ਅੱਜ ਦਾ ਆਪਣਾ ਜਿਹੜਾ ਟੌਪਿਕ ਆ ਉਹ ਹੈਗਾ ਚੇਂਜਿੰਗ ਬਿਹੇਵੀਅਰਸ। ਸੋ ਆਪਾਂ ਨੂੰ ਇਹਨਾਂ ਤਾਂ ਪਤਾ ਕਿ ਆਪਣੀਆਂ ਆਦਤਾਂ ਬਣ ਜਾਂਦੀਆਂ, ਹੈਬਿਟਸ ਬਣ ਜਾਂਦੀਆਂ, ਹੈਬਿਟ ਫੋਰਮੇਸ਼ਨ ਹੋ ਜਾਂਦੀ ਆ। ਥੋੜ੍ਹਾ ਜਿਹਾ ਆਪਾਂ ਡਿਸਕਸ ਕਰ ਲੈਂਦੇ ਹਾਂ ਵੀ ਹੈਬਿਟ ਕਿਵੇਂ ਬਣਦੀ ਆ। ਜੇ ਆਪਾਂ ਨੂੰ ਇਹ ਪਤਾ ਲੱਗ ਜਾਵੇ ਵੀ ਹੈਬਿਟ ਕਿਵੇਂ ਬਣਦੀ ਆ, ਫਿਰ ਆਪਾਂ ਅੰਡਰਸਟੈਂਡ ਕਰ ਸਕਦੇ ਹਾਂ ਵੀ ਆਦਤ ਨੂੰ ਤੋੜਨਾ ਕਿੰਨਾ ਕੁ ਮੁਸ਼ਕਲ ਆ ਅਤੇ ਕਿਸ ਤਰੀਕੇ ਨਾਲ ਆਪਾਂ ਆਪਣੀ ਡਿਫਰੈਂਟ ਆਦਤਾਂ ਪਾ ਸਕਦੇ ਹਾਂ। ਸੋ ਪਹਿਲਾਂ ਜਦੋਂ ਪਹਿਲਾ ਪਾਰਟ ਆਪਾਂ ਆਦਤ ਨੂੰ ਸਮਝ ਲੈਂਦੇ ਹਾਂ, ਆਦਤ ਕਿਵੇਂ ਬਣਦੀ ਆ। ਪਹਿਲਾਂ ਜਦੋਂ ਆਪਾਂ ਜੰਮਦੇ ਹਾਂ, ਬੱਚਾ ਹੁੰਦਾ, ਉਦੋਂ ਆਪਣੇ ਕੋਲ ਸਿਰਫ ਫੀਲਿੰਗਸ ਹੁੰਦੀਆਂ। ਕੁਛ ਦੇਰ ਬਾਅਦ ਆਪਣੇ ਕੋਲ ਥੋਟਸ ਆਉਂਦੇ ਆ, ਥੋਟਸ ਪਹਿਲਾਂ ਨਹੀਂ ਆਉਂਦੇ, ਪਹਿਲਾਂ ਫੀਲਿੰਗਸ ਹੁੰਦੀਆਂ ਜਦੋਂ ਬੱਚਾ ਜੰਮਦਾ। ਫਿਰ ਥੋਟਸ ਆਉਣੇ ਸ਼ੁਰੂ ਹੁੰਦੇ ਆ, ਫਿਰ ਆਪਾਂ ਵਰਡਸ ਯੂਜ਼ ਕਰਦੇ ਹਾਂ, ਸ਼ਬਦ ਆਉਂਦੇ ਆ, ਔਰ ਇਹ ਤਿੰਨ ਚੀਜ਼ਾਂ ਨਾਲ ਮਿਲਦੀਆਂ। ਫਿਰ ਜਦੋਂ ਆ ਤਿੰਨੋਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ, ਫਿਰ ਆਪਾਂ ਕੁਛ ਐਕਸ਼ਨਸ ਕਰਦੇ ਹਾਂ, ਔਰ ਐਕਸ਼ਨਸ ਇਹਨਾਂ ਤਿੰਨਾਂ ਦੇ ਇਰਦ ਗਿਰਦ ਕਰਦੇ ਹਾਂ। ਉਸ ਤੋਂ ਬਾਅਦ ਜਦੋਂ ਆਹ ਸਾਰੀਆਂ ਚੀਜ਼ਾਂ ਇਕੱਠੀਆਂ ਹੁੰਦੀਆਂ, ਫਿਰ ਆਪਾਂ ਹੈਬਿਟਸ ਫੋਰਮ ਕਰਦੇ ਹਾਂ, ਆਪਣੀਆਂ ਹੈਬਿਟਸ ਫੋਰਮ ਹੁੰਦੀਆਂ ਆਹ ਸਾਰਿਆਂ ਦਾ ਮਿਕਸਚਰ, ਚਾਰਾਂ ਚੀਜ਼ਾਂ ਦਾ। ਬਹੁਤ ਸਾਰੀਆਂ ਹੈਬਿਟਸ ਨੂੰ ਬਣ ਕੇ ਫਿਰ ਫਾਈਨਲ ਆਪਣੀ ਪਰਸਨੈਲਿਟੀ ਬਣਦੀ ਆ। ਹੈਬਿਟਸ ਗੁੱਡ ਚੀਜ਼ ਆ ਚੇਂਜਿੰਗ ਬਿਹੇਵੀਅਰ ਦੀ, ਵੀ ਜਿਹੜੀਆਂ ਹੈਬਿਟਸ ਆ ਉੱਥੋਂ ਤੱਕ ਅਗਰ ਆਪਾਂ ਨੇ ਗੱਲ ਕਰਨੀ ਆ, ਉਦੋਂ ਤੱਕ ਆਪਾਂ ਚੇਂਜ ਕਰ ਸਕਦੇ ਹਾਂ। ਸੋ ਵੀ ਕੈਨ ਚੇਂਜ ਆਪਣੀਆਂ ਹੈਬਿਟਸ ਨੂੰ, ਆਪਾਂ ਚੇਂਜ ਕਰ ਸਕਦੇ ਹਾਂ ਆਦਤਾਂ ਨੂੰ, ਆਦਤ ਬਦਲੀ ਜਾ ਸਕਦੀ ਆ। ਲੇਕਿਨ ਜੇ ਉਹ ਪਰਸਨੈਲਿਟੀ ਬਣ ਗਈ ਫਿਰ ਨਹੀਂ ਬਦਲੀ ਜਾ ਸਕਦੀ, ਫਿਰ ਦੈਨ ਵੀ ਕੈਂਟ ਚੇਂਜ। ਸੋ ਇਸ ਕਰਕੇ ਜਿੰਨੀਆਂ ਜਿੱਥੋਂ ਜੇ ਆਪਣੀ ਆਦਤ ਤੱਕ ਕੁਛ ਚੀਜ਼ਾਂ ਸੀਮਤ ਰਹਿੰਦੀਆਂ ਉਹ ਆਪਾਂ ਤਬਦੀਲ ਕਰ ਸਕਦੇ ਹਾਂ। ਸੋ ਜੇ ਬੱਚਾ ਸਕੂਲ ਨਹੀਂ ਜਾਂਦਾ, ਆਪਾਂ ਉਹਨੂੰ ਉਹ ਕੁਛ ਚੀਜ਼ਾਂ ਐਸੀਆਂ ਕਰ ਸਕਦੇ ਹਾਂ ਜਿਹਦੇ ਨਾਲ ਕਿ ਉਹ ਸਕੂਲ ਜਾਣਾ ਸ਼ੁਰੂ ਕਰ ਲਵੇ, ਉਹ ਚੀਜ਼ ਚੇਂਜ ਕੀਤੀ ਜਾ ਸਕਦੀ ਆ। ਪਰ ਜੇ ਉਹਦੀ ਪਰਸਨੈਲਿਟੀ ਡਿਵੈਲਪ ਹੋ ਗਈ ਕਿ ਮੈਂ ਪੜ੍ਹਨਾ ਹੀ ਨਹੀਂ, ਫਿਰ ਨਹੀਂ ਤੁਸੀਂ ਕੁਛ ਕਰ ਸਕਦੇ, ਫਿਰ ਤੁਸੀਂ ਜੋ ਮਰਜ਼ੀ ਜ਼ੋਰ ਲਾਈ ਜਾਓ, ਕਿਉਂਕਿ ਉਹਨੇ ਪੜ੍ਹਨਾ ਹੀ ਨਹੀਂ, ਉਹਨੇ ਬਣਾ ਲਿਆ ਆਪਣਾ ਪਰਸਨੈਲਿਟੀ ਦਾ ਹਿੱਸਾ ਵੀ ਮੈਂ ਨਹੀਂ ਪੜ੍ਹਨਾ, ਫਿਰ ਤੁਸੀਂ ਕੁਛ ਨਹੀਂ ਕਰ ਸਕਦੇ, ਫਿਰ ਦੇਰ ਇਜ਼ ਨਥਿੰਗ ਯੂ ਕੈਨ ਡੂ। ਸੋ ਇੱਥੋਂ ਤੱਕ ਤਾਂ ਆਪਾਂ ਚੇਂਜ ਕਰ ਸਕਦੇ ਹਾਂ, ਵਿਚ ਇਜ਼ ਅ ਗੁੱਡ ਥਿੰਗ ਕਿ ਆਪਾਂ ਐਨਾਲਾਈਜ਼ ਕਰ ਲਈਏ ਵੀ ਆਪਣੀ ਹੈਬਿਟ ਆ। ਸੋ ਜਦੋਂ ਤੁਸੀਂ ਦੁਨੀਆ ਦੇ ਵਿੱਚ ਦੇਖਦੇ ਹੋ, ਜਦੋਂ ਕਈ ਬੰਦੇ ਕਹਿੰਦੇ ਆ ਵੀ ਯਾਰ ਉਹਨੂੰ ਬੜੀ ਅਸੀਂ ਮਿਹਨਤ ਕੀਤੀ, ਉਹਨੂੰ ਹੋਸਪਿਟਲ 'ਚ ਵੀ ਠਹਿਰਾਇਆ ਪਰ ਉਹਨੇ ਸ਼ਰਾਬ ਨਹੀਂ ਛੱਡੀ, ਇਸ ਤਰ੍ਹਾਂ ਦੀਆਂ ਤੁਸੀਂ ਐਗਜ਼ਾਮਪਲਾਂ ਦੇਖਦੇ ਹੋ ਸੋਸਾਇਟੀ ਦੇ ਵਿੱਚ ਬਈ ਉਹਨੂੰ ਬੜੀ ਕੋਸ਼ਿਸ਼ ਕੀਤੀ, ਸਾਰਿਆਂ ਨੇ ਉਹਨੂੰ ਹੱਲਾਸ਼ੇਰੀ ਵੀ ਦਿੱਤੀ, ਬੜੀ ਵਾਰ ਉਹ ਹੋਸਪਿਟਲ ਵੀ ਜਾ ਕੇ ਆਇਆ, ਲੇਕਿਨ ਉਹਦੇ ਤੋਂ ਸ਼ਰਾਬ ਨਹੀਂ ਛੁੱਟੀ, ਉਹ ਅਖੀਰ 'ਚ ਪੀ ਕੇ ਮਰ ਗਿਆ। ਈਵਨ ਮਰਨ ਲੱਗਿਆ ਵੀ ਉਹ ਕਹਿੰਦਾ ਸੀ ਯਾਰ ਮੈਨੂੰ ਥੋੜ੍ਹੀ ਜਿਹੀ ਦੇ ਦਿਉ, ਹੁਣ ਮੇਰਾ ਜੀ ਜਿਹਾ ਘੱਟਦਾ। ਇਹਦਾ ਮਤਲਬ ਉਹ ਜਿਹੜੀ ਉਹਦੀ ਪੀਣ ਦੀ ਆਦਤ ਆ ਉਹ ਉਹਦੀ ਪਰਸਨੈਲਿਟੀ ਦਾ ਇੱਕ ਹਿੱਸਾ ਬਣ ਚੁੱਕੀ ਆ, ਹੁਣ ਨਹੀਂ ਚੇਂਜ ਹੋਣਾ ਉਹਨੇ, ਦੈਟਸ ਨਥਿੰਗ ਵੀ ਕੈਨ ਡੂ। ਜੇ ਆਦਤ ਆ ਸ਼ਰਾਬ ਪੀਣ ਦੀ, ਇਹਨੂੰ ਚੇਂਜ ਕੀਤਾ ਜਾ ਸਕਦਾ, ਛੱਡੀ ਵੀ ਜਾ ਸਕਦੀ ਆ। ਕਈ ਬੰਦੇ 20 ਸਾਲ ਸ਼ਰਾਬ ਪੀਂਦੇ ਰਹਿੰਦੇ ਆ, ਫਿਰ ਇੱਕ ਦਿਨ ਉਹਨਾਂ ਦੇ ਮਨ 'ਚ ਆਉਂਦਾ ਵੀ ਹੁਣ ਨਹੀਂ ਮੈਂ ਸ਼ਰਾਬ ਪੀਣੀ, ਪਟਾਕ ਦੇਣੇ ਛੱਡ ਦਿੰਦੇ ਆ, ਥੋੜ੍ਹਾ ਜਿਹਾ ਉਹਨਾਂ ਨੂੰ ਤਕਲੀਫ ਹੁੰਦੀ ਆ, ਬਸ ਉਸ ਤੋਂ ਬਾਅਦ ਉਹਨਾਂ ਦਾ ਡੱਸ ਹੈ, ਕਿਉਂਕਿ ਉਹਨਾਂ ਦੀ ਆਦਤ ਸੀ। ਸੋ ਆਦਤ ਤੱਕ ਆਪਾਂ ਕੋਈ ਚੀਜ਼ ਨੂੰ ਚੇਂਜ ਕਰ ਸਕਦੇ ਹਾਂ, ਪਰ ਜਦੋਂ ਉਹ ਪਰਸਨੈਲਿਟੀ ਦਾ ਹਿੱਸਾ ਬਣ ਜਾਂਦੀ ਹੈ ਫਿਰ ਨਹੀਂ ਚੇਂਜ ਹੋ ਸਕਦਾ, ਦੈਨ ਵੀ ਕੈਨ ਚੇਂਜ। ਸੋ ਜਦੋਂ ਤੱਕ ਆਦਤ ਦਾ ਸੰਬੰਧ ਆ ਉਦੋਂ ਤੱਕ ਆਪਾਂ ਜਿਹੋ ਜਿਹੀ ਮਰਜ਼ੀ ਹੋਵੇ, ਭਾਵੇਂ 20 ਸਾਲ ਦੀ ਤੁਹਾਨੂੰ ਆਦਤ ਹੋਵੇ ਜੂਆ ਖੇਡਣ ਦੀ, ਜੇ ਤੁਹਾਡੇ ਮਨ 'ਚ ਆ ਗਿਆ ਚੇਂਜ ਹੋਣਾ, ਤੁਸੀਂ ਚੇਂਜ ਹੋ ਜਾਓਗੇ। ਪਰ ਜਿਹੜੀ ਪਰਸਨੈਲਿਟੀ ਆ ਇਹ ਤੁਹਾਨੂੰ ਚੇਂਜ ਨਹੀਂ ਹੋਣ ਦਿੰਦੀ, ਇਹ ਤੁਹਾਡੇ ਨਾਲੇ ਰਹਿੰਦੀ ਆ, ਰਾਈਟ। ਇਹ ਕੋਰ ਤੁਹਾਡੇ ਬਿਲੀਫ ਸਿਸਟਮ ਆ। ਪਰਸਨੈਲਿਟੀ ਦਾ ਮਤਲਬ ਆ ਤੁਸੀਂ ਜਿਸ ਚੀਜ਼ ਦੇ ਬਣੇ ਹੋਏ ਹੋ ਉਹਨੂੰ ਨਹੀਂ ਚੇਂਜ ਕੀਤਾ ਜਾ ਸਕਦਾ, ਸੋ ਯੂ ਕੈਂਟ ਚੇਂਜ ਇਟ। ਜਿਵੇਂ ਸਰਟਨ ਪਰਸਨੈਲਿਟੀਜ਼ ਆ, ਜਿਵੇਂ ਸਾਈਕੋਪੈਥਸ ਹੁੰਦੇ ਆ, ਸੋਸੀਓਪੈਥਸ ਹੁੰਦੇ ਆ, ਜਿਹੜੇ ਕਿਸੇ ਦਾ ਕਤਲ ਕਰਦੇ ਆ, ਉਹਨਾਂ ਦੀਆਂ ਕੋਰ ਪਰਸਨੈਲਿਟੀਜ਼ ਹੁੰਦੀਆਂ, ਉਹਨਾਂ ਨੂੰ ਠੀਕ ਨਹੀਂ ਕੀਤਾ ਜਾ ਸਕਦਾ ਕਾਉਂਸਲਿੰਗ ਦੇ ਰਾਹੀਂ, ਕਿਉਂਕਿ ਉਹਨਾਂ ਦੀ ਉਹ ਇੱਕ ਪਾਰਟ ਉਹਨਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਕਿਸੇ ਨੂੰ ਕਤਲ ਕਰਨਾ, ਔਰ ਉਹ ਇੰਜੋਏ ਵੀ ਕਰਦੇ ਆ ਕਤਲ ਕਰਨਾ, ਉਹ ਇੱਕ ਪਰਸਨੈਲਿਟੀ ਆ, ਉਹ ਹੈਬਿਟ ਨਹੀਂ ਗੀ, ਕਤਲ ਕਰਨਾ ਉਹਨਾਂ ਦਾ ਹੈਬਿਟ ਨਹੀਂ ਗਾ, ਉਹ ਇਹਨਾਂ ਦੀ ਪਰਸਨੈਲਿਟੀ ਆ। ਉਹਨੂੰ ਪਰਸਨੈਲਿਟੀ ਨੂੰ ਅਸੀਂ ਕੁਛ ਨਹੀਂ ਕਰ ਸਕਦੇ, ਦੇਰ ਇਜ਼ ਨਥਿੰਗ ਵੀ ਕੈਨ ਡੂ ਐਟ ਦਿਸ ਟਾਈਮ, ਰਾਈਟ। ਸੋ ਜਿਹੜੇ ਬੱਚਿਆਂ ਨਾਲ ਸੈਕਸ ਕਰਦੇ ਆ ਉਹਨਾਂ ਦੀ ਇਹ ਪਰਸਨੈਲਿਟੀ, ਉਹਨਾਂ ਦੀ ਹੈਬਿਟ ਨਹੀਂ ਗੀ, ਇਸ ਕਰਕੇ ਉਹਨਾਂ ਨੂੰ ਠੀਕ ਨਹੀਂ ਕੀਤਾ ਜਾ ਸਕਦਾ। ਸੋ ਦੇਰ ਇਜ਼ ਨੋ ਕਾਉਂਸਲਿੰਗ ਸੈਸ਼ਨਸ ਵੀ ਜਿਹੜੇ ਬੱਚਿਆਂ ਨਾਲ ਸੈਕਸ ਕਰਦੇ ਉਹਨਾਂ ਨੂੰ ਅਸੀਂ ਫਿਕਸ ਕਰ ਲਾਂਗੇ, ਦੇਰ ਇਜ਼ ਨੋ ਸੱਚ ਥਿੰਕ। ਉਹਨਾਂ ਦੀ ਪਰਸਨੈਲਿਟੀ ਡਿਫੋਰਮ ਹੋ ਜਾਂਦੀ ਆ, ਯਾਨੀ ਸਾਈਕੋਲੋਜੀਕਲੀ ਦੇ ਬਿਕਮ ਡਿਫੋਰਮਡ।
ਉਸ ਚੀਜ਼ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ। ਹੈਬਿਟ ਨੂੰ ਚੇਂਜ ਕਰ ਸਕਦੇ ਹਾਂ, ਕੋਈ ਜ਼ਿਆਦਾ ਪੜ੍ਹਦਾ ਉਹਨੂੰ ਕਿਹਾ ਜਾ ਸਕਦਾ ਵੀ ਘੱਟ ਪੜ੍ਹ ਲਾ, ਕਿਉਂਕਿ ਉਹਦੀ ਹੈਬਿਟ ਆ, ਉਹਦੀ ਪਰਸਨੈਲਿਟੀ ਨਹੀਂ ਗੀ। ਸੋ ਜੇ ਇਹ ਚੀਜ਼ ਸਮਝ ਆ ਗਈ ਫਿਰ ਆਪਾਂ ਬਿਹੇਵੀਅਰ ਚੇਂਜ ਕਰ ਸਕਦੇ ਹਾਂ, ਕਿਉਂਕਿ ਬਿਹੇਵੀਅਰ ਦਾ ਹੈਬਿਟ ਦੇ ਨਾਲ ਡਾਇਰੈਕਟ ਰਿਲੇਸ਼ਨਸ਼ਿਪ ਆ। ਸੋ ਸੈਕੰਡ ਪਾਰਟ ਕੀ ਆ ਕਿ ਜਿਹੜੀ ਆਪਣੀ ਹੈਬਿਟ ਆ ਉਹਦਾ ਬਿਹੇਵੀਅਰ ਦੇ ਨਾਲ ਰਿਲੇਸ਼ਨਸ਼ਿਪ ਆ, ਆਪਾਂ ਕਿਵੇਂ ਵਿਚਰਦੇ ਹਾਂ। ਔਰ ਹੈਬਿਟ ਔਰ ਬਿਹੇਵੀਅਰ ਇਹ ਇਉਂ ਵੀ ਡਿਪੈਂਡ ਕਰਦੇ ਆ ਕਿ ਤੁਹਾਡੀਆਂ ਵੈਲਿਊ ਸਿਸਟਮ ਕੀ ਆ। ਸੋ ਜੇ ਆਪਾਂ ਨੇ ਬਿਹੇਵੀਅਰ ਚੇਂਜ ਕਰਨਾ ਤਾਂ ਆਪਾਂ ਨੂੰ ਇਹਨੂੰ ਵੀ ਚੇਂਜ ਕਰਨਾ ਪਊਗਾ, ਇਹਨੂੰ ਵੀ, ਫਿਰ ਇਹਨੂੰ ਵੀ ਚੇਂਜ ਕਰਨਾ ਪਊਗਾ, ਫਿਰ ਬਿਹੇਵੀਅਰ ਚੇਂਜ ਹੋਊਗਾ। ਇਟ ਸੈਲਫ ਬਿਹੇਵੀਅਰ ਚੇਂਜ ਨਹੀਂ ਹੋਣਾ ਜੇ ਤੁਸੀਂ ਵੈਲਿਊ ਨਹੀਂ ਚੇਂਜ ਕੀਤੀ। ਅਗਰ ਤੁਸੀਂ ਇਹ ਮੰਨ, ਜੇ ਅਗਰ ਤੁਹਾਡਾ ਵੈਲਿਊ ਸਿਸਟਮ ਆ ਕਿ ਮੇਰੀ ਜਵਾਨ ਕੁੜੀ ਜਾਂ ਮੇਰਾ ਜਵਾਨ ਮੁੰਡਾ ਡੇਟਿੰਗ ਨਾ ਕਰੇ, ਅਗਰ ਇਹ ਤੁਹਾਡਾ ਵੈਲਿਊ ਸਿਸਟਮ ਆ, ਫਿਰ ਤੁਹਾਡੀਆਂ ਕੁਝ ਹੈਬਿਟਸ ਵੀ ਉਹੀ ਜਿਹੀਆਂ ਹੀ ਹੋਣਗੀਆਂ, ਤੁਹਾਨੂੰ ਗੁੱਸਾ ਵੀ ਆਊਗਾ। ਹੈ ਅਗਰ ਤੁਹਾਡਾ ਬੱਚਾ ਡੇਟਿੰਗ ਕਰਦਾ ਪਰ ਤੁਹਾਡੀ ਵੈਲਿਊ ਸਿਸਟਮ ਆ ਵੀ ਡੇਟਿੰਗ ਨਹੀਂ ਕਰਨੀ, ਪਰ ਤੁਹਾਡਾ ਬੱਚਾ ਕਰਦਾ, ਫਿਰ ਤੁਹਾਨੂੰ ਗੁੱਸਾ ਵੀ ਆਊਗਾ। ਸੋ ਤੁਸੀਂ ਇਕੱਲਾ ਗੁੱਸੇ ਨੂੰ ਕਿਵੇਂ ਡੀਲ ਕਰੋਗੇ ਜਦ ਤੱਕ ਤੁਸੀਂ ਵੈਲਿਊ ਸਿਸਟਮ ਨਹੀਂ ਚੇਂਜ ਸ਼ਿਫਟ ਕਰਦੇ? ਕਿਉਂਕਿ ਗੁੱਸਾ ਤਾਂ ਤੁਹਾਨੂੰ ਇਸ ਕਰਕੇ ਆਉਂਦਾ ਕਿਉਂਕਿ ਤੁਹਾਡਾ ਬੱਚਾ ਡੇਟਿੰਗ ਕਰਦਾ, ਡੇਟਿੰਗ ਤੁਸੀਂ ਚਾਹੁੰਦੇ ਨਹੀਂ ਵੀ ਉਹ ਕਰੇ, ਅਤੇ ਕੋਈ ਤੁਹਾਨੂੰ ਕਹੀ ਜਾਵੇ ਵੀ ਤੂੰ ਆਪਣੇ ਗੁੱਸੇ ਨੂੰ ਕੰਟਰੋਲ ਕਰ, ਤੂੰ ਆਪਣੇ ਗੁੱਸੇ ਨੂੰ ਕੰਟਰੋਲ ਕਰ, ਪਰ ਉਹ ਗੁੱਸੇ ਨੂੰ ਕਿਵੇਂ ਕੰਟਰੋਲ ਕਰੂਗਾ ਜਦੋਂ ਵੈਲਿਊ ਸਿਸਟਮ ਹੀ ਨਹੀਂ ਉਹਦਾ ਇਨਸਿੰਕਟ? ਇਹਦਾ ਮਤਲਬ ਦੋ ਸਾਈਮਲਟੇਨੀਅਸਲੀ ਚੇਂਜਿਸ ਆਉਣੀਆਂ ਚਾਹੀਦੀਆਂ ਆਪਣੇ 'ਚ। ਆਪਣੇ 'ਚ ਵੈਲਿਊ ਸਿਸਟਮ ਦੀ ਵੀ ਸ਼ਿਫਟ ਹੋਣੀ ਚਾਹੀਦੀ ਆ, ਆਪਣੇ 'ਚ ਹੈਬਿਟ ਦੀ ਵੀ ਸ਼ਿਫਟ ਹੋਣੀ ਚਾਹੀਦੀ ਆ, ਫਿਰ ਬਿਹੇਵੀਅਰ ਚੇਂਜ ਹੋ ਜੂ। ਪਰ ਆਪਾਂ ਇੱਕੋ ਹੀ ਚੀਜ਼ ਕਰਦੇ ਹਾਂ ਐਟ ਏ ਟਾਈਮ, ਆਪਾਂ ਜਾਂ ਤਾਂ ਵੈਲਿਊ ਸਿਸਟਮ ਚੇਂਜ ਕਰ ਲੈਂਦੇ ਹਾਂ ਜਾਂ ਫਿਰ ਆਪਾਂ ਚੁੱਪ ਕਰਕੇ ਆਪਣੇ ਹੈਬਿਟ ਚੇਂਜ ਕਰ ਲੈਂਦੇ ਹਾਂ। ਸੋ ਇਟ ਡਜ਼ਨਟ ਵਰਕ ਦੈਟ ਵੇ, ਸੋ ਯੂ ਹੈਵ ਟੂ ਸ਼ਿਫਟ ਬੋਥ। ਆਹ ਜਿਹੜਾ ਸਿਸਟਮ ਹੈ ਇਹਦੇ 'ਤੇ ਆਪਾਂ ਥੋੜ੍ਹੀ ਜਿਹੀ ਗੱਲ ਕਰ ਲਈਏ, ਕਿਉਂਕਿ ਇਹ ਨੁਕਸਾਨ ਬਹੁਤ ਪਹੁੰਚਾਉਂਦਾ ਵੈਲਿਊ ਸਿਸਟਮ। ਵੈਲਿਊ ਸਿਸਟਮ ਤੁਹਾਨੂੰ ਤੁਹਾਡੇ ਪੇਰੈਂਟਸ ਤੋਂ ਮਿਲਦਾ, ਤੁਸੀਂ ਜਿਸ ਮਾਹੌਲ 'ਚ ਪੈਦਾ ਹੁੰਦੇ ਹੋ ਉਹਦੇ ਤੋਂ ਤੁਹਾਨੂੰ ਸਿਸਟਮ ਮਿਲਦਾ, ਕਦਰਾਂ ਕੀਮਤਾਂ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ, ਇਹ ਸਾਡੀਆਂ ਕਦਰਾਂ ਕੀਮਤਾਂ। ਇਹ ਜਿਹੜੀਆਂ ਵੈਲਿਊਜ਼ ਆ, ਜਿਹੜੀਆਂ ਕਦਰਾਂ ਕੀਮਤਾਂ, ਇਹ ਚੇਂਜ ਹੁੰਦੀਆਂ ਰਹਿੰਦੀਆਂ ਟਾਈਮ ਟੂ ਟਾਈਮ। ਅੱਜ ਤੋਂ 50 ਸਾਲ ਪਹਿਲਾਂ ਆਪਣੇ ਪੰਜਾਬ ਦੇ ਵਿੱਚ ਅਗਰ ਤੁਸੀਂ ਜਾਓ ਤਾਂ ਜਨਾਨੀਆਂ ਘੁੰਡ ਕੱਢਦੀਆਂ ਸੀ, ਜੇ ਤੁਸੀਂ 60-70 ਸਾਲ ਪਹਿਲਾਂ ਚਲੇ ਜਾਓ। ਅੱਜ ਕੱਲ੍ਹ ਕੋਈ ਘੁੰਡ ਕੱਢਦਾ? ਇਹਦਾ ਮਤਲਬ ਵੈਲਿਊ ਸਿਸਟਮ ਚੇਂਜ ਹੋ ਗਈ। ਵੈਲਿਊਜ਼ ਕਦੇ ਵੀ ਇੱਕ ਸਾਰ ਨਹੀਂ ਰਹਿੰਦੀਆਂ, ਵੈਲਿਊਜ਼ ਬੜੀਆਂ ਫਲੂਇਡ ਆ, ਟਾਈਮ ਦੇ ਅਨੁਸਾਰ, ਸੋਸਾਇਟੀ ਦੇ ਅਨੁਸਾਰ, ਮਾਡਰਨਿਟੀ ਦੇ ਅਨੁਸਾਰ ਇਹ ਸ਼ਿਫਟ ਹੁੰਦੀਆਂ ਰਹਿੰਦੀਆਂ। ਲੇਕਿਨ ਕਈ ਇਨਸਾਨ ਜ਼ਿੰਦਗੀ 'ਚ ਪਕੜ ਕਰ ਲੈਂਦੇ ਆ ਵੈਲਿਊ ਨੂੰ, ਪਕੜ ਕਰਕੇ ਔਰ ਬਹਿ ਗਏ, ਫਿਰ ਉਹ ਪਹਿਰਾ ਦਿੰਦੇ ਆ ਉਸ ਵੈਲਿਊ 'ਤੇ, ਔਰ ਫਿਰ ਉਹਨਾਂ ਨੂੰ ਨੁਕਸਾਨ ਬਹੁਤ ਹੁੰਦਾ। ਸੋ ਵੈਲਿਊਜ਼ ਕੋਈ ਐਸੀ ਚੀਜ਼ ਨਹੀਂ ਗੀ ਵੀ ਜਿਹੜੀ ਇਹ ਫੰਡਾਮੈਂਟਲ ਆ ਅਤੇ ਤੁਸੀਂ ਇਹਦੇ 'ਤੇ ਜਾਨ ਦੇਣੀ ਆ, ਦੇਰ ਇਜ਼ ਨੋ ਸੱਚ ਥਿੰਗ। ਪ੍ਰਿੰਸੀਪਲਸ 'ਤੇ ਤੁਸੀਂ ਜਾਨ ਦੇ ਸਕਦੇ ਹੋ, ਪ੍ਰਿੰਸੀਪਲਸ 'ਤੇ, ਰਾਈਟ, ਪਰ ਵੈਲਿਊ ਸਿਸਟਮ ਬੜੀਆਂ ਫਲੂਇਡ ਆ, ਇਹ ਫਲੂਇਡ ਆ। ਇਹਦਾ ਮਤਲਬ ਆ ਕਿ ਇਹ ਬੜੀਆਂ ਚੱਲਦੀਆਂ ਫਿਰਦੀਆਂ, ਇਹ ਮਤਲਬ ਕਿ ਜੈਲੋ ਦੀ ਤਰ੍ਹਾਂ, ਜਿਵੇਂ ਜੈਲੋ ਨਹੀਂ ਹੁੰਦੀ ਹਿਲਦੀ, ਇਹ ਹਿਲਦੀਆਂ, ਲੇਕਿਨ ਪ੍ਰਿੰਸੀਪਲਸ ਨਹੀਂ ਹਿਲਦੇ। ਸੋ ਜੇ ਆਪਾਂ ਨੂੰ ਇਹ ਸਮਝ ਆ ਜੇ ਵੀ ਹਰ ਇੱਕ ਚੀਜ਼ ਫਲੂਇਡ ਆ, ਟਾਈਮ ਦੇ ਅਨੁਸਾਰ ਬਦਲਦੇ ਆ, ਹਰ ਇੱਕ ਚੀਜ਼ ਬਦਲਦੇ ਆ, ਕੋਈ ਚੀਜ਼ ਟਾਈਮ ਦੇ ਅਨੁਸਾਰ ਸਥਿਰ ਨਹੀਂ ਰਹਿੰਦੀ। ਬਿਲਡਿੰਗਾਂ ਬਦਲ ਜਾਂਦੀਆਂ, ਆਰਕੀਟੈਕਚਰ ਬਦਲ ਜਾਂਦਾ, ਜ਼ਬਾਨ ਬਦਲ ਜਾਂਦੀ ਆ। ਪਿੰਡਾਂ 'ਚੋਂ ਜਿਹੜੇ ਬਜ਼ੁਰਗ ਆਉਂਦੇ ਆ ਜਿਨ੍ਹਾਂ ਨੇ ਵਿਚਾਰਿਆਂ ਨੇ ਕਦੇ ਵੀ ਜ਼ਿੰਦਗੀ 'ਚ ਅੰਗਰੇਜ਼ੀ ਨਹੀਂ ਬੋਲੀ, 3 ਸਾਲ ਬਾਅਦ ਉਹਨਾਂ ਨੂੰ ਦੇਖੋ, ਉਹ ਵੀ ਕਹਿਣਗੇ ਵੀ ਗਾਰਬੇਜ ਬਾਹਰ ਰੱਖ ਦਿਓ, ਉਹ ਵੀ ਪਿਕਅਪ ਕਰ ਲੈਂਦੇ ਆ ਕਿਉਂਕਿ ਜ਼ਬਾਨ ਚੇਂਜ ਹੋ ਗਈ। ਇੱਥੇ ਕੋਈ ਨਹੀਂ ਕਹੂਗਾ ਵੀ ਕੂੜਾ ਬਾਹਰ ਸੁੱਟ ਦਿਓ, ਹਰ ਇੱਕ ਬੰਦਾ ਕਹਿਣ ਲੱਗ ਜਾਂਦਾ ਗਾਰਬੇਜ ਆ। ਕਾਰ 'ਚ ਜਾਣਾ, ਡਾਕਟਰ ਦੇ ਜਾਣਾ, ਉਹ ਪਤਾ ਕਾਰਡ ਹੈਗਾ, PR ਕਾਰਡ ਹੈਗਾ, ਇਹ ਜਿਹੜੀ ਨਵੇਂ, ਕਿਉਂਕਿ ਕਨੇਡਾ 'ਚ ਰਹਿੰਦੇ ਹਾਂ, ਇੰਨੇ ਕੁ ਵਰਲਡ ਆਪਾਂ ਨੂੰ ਆਉਣੇ ਪੈਂਦੇ ਆ, ਆਪਣੀਆਂ ਹੁਣ ਇਹ ਸਿਸਟਮ ਚੇਂਜ ਹੋ ਗਿਆ, ਵੈਲਿਊ ਚੇਂਜ ਹੋ ਗਈਆਂ। ਸੋ ਇਹ ਫਲੂਇਡ ਆ, ਲੇਕਿਨ ਜਦੋਂ ਆਪਾਂ ਇਹਨੂੰ ਪਕੜ ਲੈਂਦੇ ਹਾਂ ਫਿਰ ਆਪਾਂ
ਉਸ ਹਿਸਾਬ ਨਾਲ ਹੀ ਆਪਾਂ ਆਉਣੀਆਂ ਆਦਤਾਂ ਬਣਨਗੀਆਂ। ਰਹਿਣਾ ਆਪਾਂ ਨੇ ਕੈਨੇਡਾ 'ਚ ਆ, ਵੈਲਿਊ ਸਿਸਟਮ ਆਪਾਂ ਪੰਜਾਬ ਵਾਲੀ ਆ, ਤਾਂ ਫਿਰ ਨੁਕਸਾਨ ਤਾਂ ਹੋਊਗਾ ਹੀ, ਕਿਉਂਕਿ ਇੱਥੋਂ ਦੇ ਕਾਨੂੰਨ ਹੋਰ ਆ, ਇੰਡੀਆ ਦੇ ਕਾਨੂੰਨ ਤਾਂ ਹੈ ਨਹੀਂ ਇੱਥੇ। ਸੋ ਜਿੰਨਾ ਜ਼ਿਆਦਾ ਕੋਈ ਬੰਦਾ ਇਸ ਸਿਸਟਮ ਨੂੰ ਪਕੜ ਕੇ ਰੱਖਦਾ, ਉਨਾ ਜ਼ਿਆਦਾ ਹੀ ਉਹਨੂੰ ਦੁੱਖ ਹੁੰਦਾ। ਇਹਦੇ ਨਾਲ ਇਹਦੇ ਉਲਟ ਵੀ ਆ, ਜਿੰਨਾ ਜ਼ਿਆਦਾ ਕੋਈ ਸਿਸਟਮ ਨੂੰ ਬਿਲਕੁਲ ਹੀ ਤੋੜ ਲੈਂਦਾ, ਉਹਨੂੰ ਵੀ ਦੁੱਖ ਪਹੁੰਚਦਾ, ਕਿਉਂਕਿ ਇੱਕ ਲਿਮਿਟ 'ਚ ਤੁਸੀਂ ਇਹਨੂੰ ਸ਼ਿਫਟ ਕਰ ਸਕਦੇ ਹਾਂ, ਬਾਹਲਾ ਸ਼ਿਫਟ ਨਹੀਂ ਕਰ ਸਕਦੇ। ਨਹੀਂ ਤਾਂ ਫਿਰ ਅਗਲਾ ਕਹਿੰਦਾ, ਜਿਵੇਂ ਤੁਸੀਂ ਸੁਣਿਆ ਹੋਣਾ, ਉਹ ਯਾਰ ਫਲਾਨਾ ਬੰਦਾ ਉਹ ਤਾਂ ਆਪਣੇ ਆਪ ਨੂੰ ਗੋਰਾ ਹੀ ਸਮਝਦਾ। ਇਹਦਾ ਮਤਲਬ ਵੀ ਉਹਨੇ ਆਪਣੀ ਵੈਲਿਊ ਸ਼ਿਫਟ ਇੰਨੀ ਕਰ ਲਈ ਕਿ ਹੁਣ ਆਪਣੀ ਸੋਸਾਇਟੀ ਦੇ ਵਿੱਚ ਫਿੱਟ ਨਹੀਂ ਹੁੰਦਾ। ਦੂਸਰੇ ਪਾਸੇ ਇਹ ਵੀ ਆ ਵੀ ਅਗਲੇ ਬੰਦੇ ਕਹਿੰਦੇ ਆ, ਯਾਰ ਤੂੰ ਥੋੜ੍ਹਾ ਜਿਹਾ ਤਾਂ ਚੇਂਜ ਹੋ ਜਾ, ਕਿਉਂ ਤੂੰ ਹੁਣ ਪਿੰਡਾਂ ਵਾਲੀਆਂ ਗੱਲਾਂ ਕਰਦਾ। ਦੂਸਰੇ ਪਾਸੇ ਇਹ ਵੀ ਕਹਿੰਦੇ ਆ। ਸੋ ਇੱਕ ਮੀਡੀਅਮ ਜਿਹਾ ਆਪਾਂ ਨੂੰ ਰੱਖਣਾ ਪੈਂਦਾ, ਲੇਕਿਨ ਕਈਆਂ ਤੋਂ ਇਹ ਮੀਡੀਅਮ ਰੱਖ ਨਹੀਂ ਹੁੰਦਾ, ਇਸ ਕਰਕੇ ਉਹਨਾਂ ਦਾ ਬਿਹੇਵੀਅਰਸ ਚੇਂਜ ਨਹੀਂ ਆਉਂਦੇ, ਉਹ ਉੱਥੇ ਖੜ੍ਹੇ ਆ, ਅਟਲ ਖੜ੍ਹੇ ਆ ਉਹ 10 ਸੌ ਅਤੇ ਗੰਡੂ। ਹੁਣ ਇੱਕ ਵੈਲਿਊ ਇਹ ਵੀ ਹੋ ਸਕਦੀ ਆ ਕਿ ਮੈਂ ਆਪਣੇ ਮੁੰਡੇ ਕੁੜੀ ਦਾ ਵਿਆਹ ਕਰੂੰਗਾ, ਇਹ ਵੀ ਵੈਲਿਊ ਹੋ ਸਕਦੀ ਆ, ਕਿਉਂਕਿ ਉਹਨਾਂ ਦੇ ਜ਼ਮਾਨੇ ਦੇ ਵਿੱਚ ਉਹਦਾ ਵਿਆਹ ਉਹਦੇ ਫਾਦਰ ਨੇ ਕੀਤਾ ਸੀ। ਹੁਣ ਇਸ ਜ਼ਮਾਨੇ ਦੇ ਵਿੱਚ ਉਹ ਜਿਹੜਾ ਮੁੰਡਾ ਉਹ ਕਹਿੰਦਾ, ਨਹੀਂ ਮੈਂ ਆਪਣੇ ਬੱਚੇ ਦਾ ਵਿਆਹ ਕਰੂੰ, ਅਤੇ ਉਹ ਬੱਚੇ ਨੂੰ ਕਹਿੰਦਾ ਵੀ ਮੈਂ ਚੱਲ ਹੁਣ ਆਪਾਂ ਵਿਆਹ ਕਰੀਏ, ਉਹ ਕਹਿੰਦੇ ਨਾ ਮੈਂ ਤਾਂ ਨਹੀਂ ਵਿਆਹ ਕਰਨਾ। ਇਹਦਾ ਮਤਲਬ ਉਹਨਾਂ ਦੇ ਘਰ 'ਚ ਹੁਣ ਕਲੇਸ਼ ਪਊਗਾ, ਅਤੇ ਹੁਣ ਬਿਹੇਵੀਅਰ ਨਹੀਂ ਚੇਂਜ ਹੋਣਾ, ਘਰ 'ਚ ਲੜਾਈ ਰਹੂਗੀ। ਹੁਣ ਜੇ ਕੋਈ ਬੰਦਾ ਬਾਹਰੋਂ ਆ ਕੇ ਉਹਨਾਂ ਨੂੰ ਕਹੇ ਵੀ ਤੁਸੀਂ ਲੜਿਆ ਨਾ ਕਰੋ ਹੌਲੀ ਬੋਲੀ ਦਾ, ਤਾਂ ਉਹ ਤਾਂ ਗੱਲ ਨਹੀਂ ਨਾ ਬਣਨੀ, ਕਿਉਂਕਿ ਹੌਲੀ ਉਹ ਕਹੂਗਾ ਹੌਲੀ ਕਿਵੇਂ ਬੋਲਣਾ, ਇਹ ਮੇਰਾ ਕਹਿਣੇ ਨਹੀਂ ਮੰਨਦਾ, ਮੈਂ ਹੌਲੀ ਕਿਵੇਂ, ਮੈਂ ਤਾਂ ਪਿਆਰ ਨਾਲ ਇਹਨੂੰ ਸਮਝਾ ਕੇ ਦੇਖ ਲਿਆ ਵੀ ਚੱਲ ਇੰਡੀਆ ਵਿਆਹ ਕਰਾਉਣੇ ਤਾਂ ਜਾਂਦਾ ਹੀ ਨਹੀਂ, ਹੌਲੀ ਬੋਲਣ ਦੀ ਕੀ ਗੱਲ ਆ। ਸੋ ਇਸ ਕਰਕੇ ਜਿਹੜੀਆਂ ਵੈਲਿਊ ਸਿਸਟਮ ਆ ਉਹਨੂੰ ਐਨਾਲਾਈਜ਼ ਕਰਨਾ ਬੜਾ ਜ਼ਰੂਰੀ ਆ। ਔਰ ਜੇ ਅੱਜ ਜਿਹੜਾ ਵੈਲਿਊ ਸਿਸਟਮ ਮੈਂ ਅੱਜ ਲਈ ਬੈਠਾ, 20 ਸਾਲਾਂ ਨੂੰ ਇਹ ਚੱਲਣਾ ਨਹੀਂ। ਜਿਵੇਂ ਫੋਰ ਐਗਜ਼ਾਮਪਲ ਆਪਣਾ ਵੈਲਿਊ ਸਿਸਟਮ ਆ ਕਿ ਜਿਹੜੇ ਆਦਮੀ ਆ, ਇਹ ਆਪਣਾ ਵੈਲਿਊ ਸਿਸਟਮ ਆ ਪੰਜਾਬ 'ਚ ਆਇਆ, ਆਪਾਂ ਜੰਮੇ ਪਲੇ ਹਾਂ ਇਹਦੇ 'ਚ। ਆਦਮੀ ਦਾ ਕੰਮ ਹੈਗਾ ਮਿਹਨਤ ਕਰਕੇ ਪੈਸੇ ਲਿਆ ਕੇ ਘਰ ਬਣਾਉਣਾ, ਇਹ ਇੱਕ ਵੈਲਿਊ ਸਿਸਟਮ ਆ ਆਪਣਾ, ਇਹ ਫਿੱਟ ਨਹੀਂ ਹੁੰਦਾ ਕੈਨੇਡਾ ਦੀ ਸਿਵਿਲਾਈਜੇਸ਼ਨ 'ਚ। ਆਪਣਾ ਕੰਮ ਸਿਰਫ ਮਿਹਨਤ ਕਰਕੇ ਪੈਸਾ ਲਿਆ ਕੇ ਮੋਰਗੇਜ ਪੇ ਕਰਨਾ ਨਹੀਂ ਗਾ, ਆਪਣਾ ਕੰਮ ਬੱਚਿਆਂ ਦੀ ਪਰਵਰਿਸ਼ ਕਰਨਾ ਵੀ ਆ, ਪਰ ਉਹ ਆਪਣੇ ਵੈਲਿਊ ਸਿਸਟਮ 'ਚ ਹੈ ਹੀ ਨਹੀਂ ਗਾ, ਕਿਤੇ ਫਿੱਟ ਹੀ ਨਹੀਂ ਬਹਿੰਦਾ। ਉਦੋਂ ਹੀ ਪਤਾ ਲੱਗਦਾ ਜਦੋਂ 17 ਸਾਲ ਦਾ ਕਹਿੰਦਾ, ਅੱਛਾ ਤੂੰ ਮੇਰਾ ਡੈਡੀ ਆ, ਉਹ ਯਾਰ ਦੇਖਿਆ ਹੀ ਨਹੀਂ ਤੈਨੂੰ ਕਦੇ। ਕਿਉਂਕਿ ਤੁਸੀਂ ਮਿਹਨਤ ਕੀਤੀ, ਤੁਸੀਂ ਸਾਰੀ ਉਮਰ 16 ਘੰਟੇ 8 ਘੰਟੇ ਤੁਸੀਂ ਮਿਹਨਤ ਕੀਤੀ, ਕਿਉਂਕਿ ਤੁਹਾਡੀ ਵੈਲਿਊ ਸਿਸਟਮ ਇਹ ਕਹਿੰਦੀ ਆ ਵੀ ਘਰ 10 ਸਾਲਾਂ 'ਚ ਪੇ ਆਫ ਕਰ ਦਿਓ, ਐਵੇਂ ਬਾਹਲੀ ਦੇਰ ਦੀ ਮੋਰਗੇਜ ਦੇਣ ਦੀ ਕੀ ਜ਼ਰੂਰਤ ਆ, ਇੱਕ ਵੈਲਿਊ ਸਿਸਟਮ ਆ ਆਪਣਾ। ਲੇਕਿਨ ਬੱਚਾ ਤਾਂ ਨਹੀਂ ਨਾ ਸਮਝਦਾ, ਬੱਚੇ ਦਾ ਤਾਂ ਵੈਲਿਊ ਸਿਸਟਮ ਹੋਰ ਆ ਨਾ, ਬੱਚਾ ਤਾਂ ਚਾਹੁੰਦਾ ਵੀ ਤੁਸੀਂ ਮੇਰੇ ਨਾਲ ਬਾਹਰ ਜਾਓ, ਪਿਕਨਿਕ 'ਤੇ ਜਾਈਏ, ਵਸਾਗਾ ਬੀਚ ਜਾਈਏ, ਕੈਂਪਿੰਗ ਕਰੀਏ ਜਾਈਏ, ਅਤੇ ਆਪਣਾ ਇਹ ਵੈਲਿਊ ਸਿਸਟਮ ਹੀ ਨਹੀਂ ਗਾ। ਆਪਾਂ ਤਾਂ ਇੰਡੀਆ ਜਾਂਦੇ ਹਾਂ, ਕਦੇ ਕਿਊਬਾ ਗਏ ਹੋ? ਇੱਥੋਂ ਦੇ ਬੱਚੇ ਨੇ ਬੱਚੇ ਕਿੱਥੇ ਜਾਣਾ, ਕਹਿੰਦਾ ਕਿਊਬਾ ਜਾਂ ਕੈਲੀਫੋਰਨੀਆ ਜਾਂ ਇਹੋ ਜਿਹੀਆਂ ਚੀਜ਼ਾਂ 'ਤੇ, ਹੈ ਨਾ। ਉਹ ਕਿਉਂ ਆਏ, ਲਾਈਕ ਵਾਈ ਇਜ਼ ਇਟ ਵੀ ਉਹ ਆਏ ਆ, ਉਹਦਾ ਰੀਜ਼ਨ ਆ, ਕਿਉਂਕਿ ਉਹ ਇੱਥੋਂ ਦੇ, ਉਹਨਾਂ ਦਾ ਵੈਲਿਊ ਸਿਸਟਮ ਇੱਥੋਂ ਦਾ। ਉਹ ਨਹੀਂ ਲਾਈਕ ਕਰਦੇ ਵੀ ਤੁਸੀਂ ਜਾ ਕੇ ਉਹਨਾਂ ਨੂੰ ਪਿੰਡ 'ਚ ਬਿਠਾ ਦਿਓ, ਚਾਹੇ ਪੀ ਜਾਓ ਇੱਕ ਦੂਜੇ ਦੇ ਘਰ ਜਾ ਕੇ, ਦੇ ਡੋਂਟ ਲਾਈਕ ਇਟ, ਵੈਲਿਊ ਸਿਸਟਮ ਹੋਰ ਆ। ਸੋ ਆਪਾਂ ਜਿਹੜਾ ਵੈਲਿਊ ਸਿਸਟਮ ਨੂੰ ਅਡੋਪਟ ਕਰਨਾ, ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਟੂ ਲੁੱਕ ਐਟ ਕਿ ਜਿਹੜਾ ਆਪਣਾ ਕਦਰਾਂ ਕੀਮਤਾਂ ਆਪਾਂ ਲੈ ਕੇ ਆਏ ਹਾਂ ਉਹ ਇੱਥੋਂ ਦੇ ਕੰਟੈਕਸਟ ਦੇ ਵਿੱਚ ਫਿੱਟ ਹੁੰਦੀਆਂ, ਡਜ਼ ਇਟ ਈਵਨ ਫਿੱਟ। ਗੋਰਿਆਂ ਦੇ ਬੱਚੇ ਵੀ ਵਿਗੜਦੇ ਆ, ਕਾਲਿਆਂ ਦੇ ਵੀ ਵਿਗੜਦੇ ਆ, ਆਪਣੇ ਵੀ ਵਿਗੜਦੇ ਆ, ਸਾਰੇ ਬੱਚੇ ਵਿਗੜਦੇ ਆ, ਕਿਉਂਕਿ ਆਪਣੀਆਂ ਜਿਹੜੀਆਂ ਟੈਕਨੀਕਸ ਆ, ਜਿਹੜੀਆਂ ਸਿਸਟਮ ਦੇ ਨਾਲ ਆਪਾਂ ਬੱਚਿਆਂ ਨੂੰ ਪਰਵਰਿਸ਼ ਕੀਤਾ, ਉਹ ਫਿੱਟ ਨਹੀਂ ਆਉਂਦੀਆਂ, ਉਹ ਫਿੱਟ ਨਹੀਂ ਆਉਂਦੀਆਂ। ਆਪਾਂ ਜਿਹੜੇ ਜਦੋਂ ਬੱਚੇ ਵੱਡੇ ਹੋਣੇ ਸ਼ੁਰੂ ਕਰਦੇ ਆ, 12 ਸਾਲ ਤੋਂ ਵੱਡਾ ਬੱਚਾ ਹੁੰਦਾ, ਆਪਾਂ ਰਿਸਪੋਂਸੀਬਿਲਟੀ ਦਿੰਦੇ ਹੀ ਨਹੀਂ, ਆਪਾਂ ਆਪੇ ਲਈ ਜਾਂਦੇ ਹਾਂ, ਆਪੇ ਹੀ ਉਹਨਾਂ ਨੂੰ ਕਾਰਾਂ 'ਚ ਪਾ ਕੇ ਸਕੂਲੇ ਛੱਡਦੇ ਹਾਂ, ਫਿਰ ਸਕੂਲੋਂ ਪਿਕਅਪ ਕਰਦੇ ਹਾਂ, ਕਈਆਂ ਨੇ ਤਾਂ ਵਿਚਾਰਿਆਂ ਨੇ ਘਰ ਹੀ ਸਕੂਲ ਦੇ ਕੋਲੇ ਲਿੱਤਾ। ਇੱਕ ਬੰਦੇ ਦੀ ਫੁੱਲ ਟਾਈਮ ਜੋਬ ਆ, ਔਰ ਮੈਂ ਬੜਾ ਹੈਰਾਨ ਹੁੰਦਾ ਕਈ ਵਾਰੀ ਵੀ ਹਾਊ ਕਮ ਦਿਸ ਇਜ਼ ਇਟ, ਲਾਈਕ ਵਾਈ ਇਜ਼ ਇਟ ਪੇਰੈਂਟਸ, ਉਹ ਜ਼ਮਾਨਾ ਕਿੱਥੇ ਗਿਆ? ਤੁਸੀਂ ਵੀ ਤਾਂ ਪਿੰਡਾਂ 'ਚ ਪਲੇ ਹੋ, ਤੁਸੀਂ ਵੀ ਤਾਂ ਤੁਰ ਕੇ ਸਕੂਲ ਜਾਂਦੇ ਰਹੇ ਹੋ, ਵੀ ਮੈਨੂੰ ਨਹੀਂ ਸਮਝ ਆਉਂਦੀ ਵੀ ਬੱਚੇ ਨੂੰ ਕੀ ਹੁੰਦਾ ਤੁਰ ਕੇ ਸਕੂਲ ਜਾਣਾ, ਆਈ ਡੋਂਟ ਅੰਡਰਸਟੈਂਡ।
ਇੱਕ ਇਹ ਕੋਈ ਨੋਰਮ ਨਹੀਂ ਗਾ ਦਿਸ ਵਾਜ਼ਨਟ ਇਹ ਤਾਂ ਆਲ ਆਫ ਏ ਸਡਨ ਸੋਸਾਇਟੀ ਦੇ ਵਿੱਚ ਉਹਨਾਂ ਨੇ ਜ਼ਰੂਰਤ ਨਾਲੋਂ ਜ਼ਿਆਦਾ ਇਹ ਕਰਤਾ ਅਦਰਵਾਈਜ਼ ਤਾਂ ਬੱਚੇ ਤਾਂ ਹਮੇਸ਼ਾ ਸਕੂਲ ਤੁਰ ਕੇ ਜਾਂਦੇ ਰਹੇ ਆ ਕਾਫੀ ਕਾਫੀ ਦੂਰ ਤੁਰ ਕੇ ਜਾਂਦੇ ਰਹੇ ਆ ਸਾਈਕਲਾਂ 'ਤੇ ਜਾਂਦੇ ਰਹੇ ਆ ਹੁਣ ਕਿਉਂਕਿ ਆਪਣੇ ਕੋਲ ਗੱਡੀਆਂ ਆ ਗਈਆਂ ਲੇਜ਼ੀ ਕਰ ਲਿਆ ਆਪਾਂ ਚਮਲਾ ਲਿਆ ਇਸ ਕਰਕੇ ਉਹ ਜੀ ਬੱਚੇ ਟੌਰ ਨਾਲ ਕਹਿੰਦੇ ਆ ਵੀ ਮੈਨੂੰ ਦਿਓ ਮੈਨੂੰ ਲੈ ਕੇ ਜਾਓ ਸਕੂਲ ਛੱਡ ਕੇ ਆਓ ਔਰ ਹਾਈ ਸਕੂਲ ਦੇ ਬੱਚੇ ਵੀ ਡਿਮਾਂਡ ਕਰਦੇ ਆ ਵੀ ਸਾਨੂੰ ਸਕੂਲ ਛੱਡੋ ਲੈ ਕੇ ਉਹ ਰਿਸਪੋਂਸੀਬਿਲਟੀ ਉਹ ਕਹਿੰਦੇ ਸਾਡੀ ਰਿਸਪੋਂਸੀਬਿਲਟੀ ਨਹੀਂ ਜਿਵੇਂ ਪਤਾ ਨਹੀਂ ਕੋਈ ਫਰਜ਼ ਅਦਾ ਕਰਦੇ ਆ ਪੇਰੈਂਟਸ ਦੇ ਉੱਤੇ ਬੜਾ ਵੱਡਾ ਕੋਈ ਉਹਨਾਂ ਦਾ ਉਹ ਹੈਗਾ ਵੀ ਅਸੀਂ ਪੜ੍ਹਿਆ ਨੇ ਗ੍ਰੇਡ 12 ਕਰ ਰਹੇ ਹਾਂ ਇਹ ਨਹੀਂ ਗਾ ਵੀ ਸਾਡੀ ਰਿਸਪੋਂਸੀਬਿਲਟੀ ਆ ਪੜ੍ਹਨਾ ਇਹ ਨਹੀਂ ਗਾ ਵੀ ਅਸੀਂ ਤੁਹਾਡੇ ਕਰਕੇ ਜਾਂਦੇ ਹਾਂ ਵੀ ਜੇ ਤੁਸੀਂ ਨਹੀਂ ਸਾਨੂੰ ਛੱਡ ਕੇ ਆਉਂਦੇ ਤਾਂ ਨਹੀਂ ਜਾਂਦੇ ਦੈਟਸ ਹਾਊ ਦੇਅਰ ਐਟੀਟਿਊਡ ਇਜ਼ ਸੋ ਇਹਦਾ ਮਤਲਬ ਜਿਹੜੀਆਂ ਵੈਲਿਊਜ਼ ਆ ਉਹ ਆਪਣੀਆਂ ਸ਼ਿਫਟ ਹੋ ਗਈਆਂ ਔਰ ਆਪਾਂ ਮਾਡਰਨ ਵੈਲਿਊਜ਼ ਨੂੰ ਜਾਂ ਕੈਨੇਡਾ ਦੀਆਂ ਵੈਲਿਊਜ਼ ਨੂੰ ਆਪਾਂ ਅੰਡਰਸਟੈਂਡ ਹੀ ਨਹੀਂ ਕਰ ਸਕੇ ਆਪਾਂ ਇੰਨੇ ਆਪਣੀਆਂ ਵੈਲਿਊਜ਼ ਦੇ ਵਿੱਚ ਖੁੱਭੇ ਹੋਏ ਹਾਂ ਡੀਪਲੀ ਕਿ ਸਾਨੂੰ ਪਤਾ ਹੀ ਨਹੀਂ ਗਾ ਕਿ ਜ਼ਿੰਦਗੀ ਕਿੱਧਰਲੇ ਪਾਸੇ ਨੂੰ ਤੋਰ ਲੈਂਦੀ ਆ ਦੈਟਸ ਹਾਊ ਆਵਰ ਵੈਲਿਊਜ਼ ਆਰ ਵੀ ਵਰਕ ਹਾਰਡ ਇੱਕ ਵੈਲਿਊ ਆ ਇਹ ਆਮ ਨੋਟ ਸੇਇੰਗ ਵੀ ਮਤਲਬ ਕਿ ਸਾਰੇ ਜਣੇ ਵੈਲਫੇਅਰ 'ਤੇ ਚਲੇ ਜਾਓ ਦੈਟਸ ਨੋਟ ਵਟ ਆਈ ਐਮ ਸੇਇੰਗ ਪਰ ਕੋਈ ਕੋਈ ਪਰਸਪੈਕਟਿਵ ਤਾਂ ਹੋਣਾ ਚਾਹੀਦਾ ਨਾ ਲਾਈਫ ਦਾ ਪਰ ਜਿੰਨੇ ਵੀ ਪੰਜਾਬੀ ਮਿਲੇ ਆ ਸਾਰਿਆਂ ਦਾ ਤੋਂ ਮੈਂ ਇਹੀ ਮੈਨੂੰ ਸਿੱਖਣ ਨੂੰ ਮਿਲਿਆ ਕਿ ਉਹਨਾਂ ਨੇ ਮਿਹਨਤ ਬਹੁਤ ਕੀਤੀ ਆ ਬੇ ਇੰਤਹਾ ਮਿਹਨਤ ਕੀਤੀ ਆ ਉਹਨਾਂ ਨੇ ਯਾਨੀ ਦਿਨ ਰਾਤ ਜਿਵੇਂ ਇੱਕ ਕਰਨਾ ਹੁੰਦਾ ਉਹਨਾਂ ਨੇ ਕੀਤੀ ਕਿਉਂਕਿ ਜਿਹੜੀ ਵੈਲਿਊ ਸਿਸਟਮ ਆ ਉਹ ਇਹ ਕਹਿੰਦੀ ਆ ਵੀ ਘਰ ਲੈ ਕੇ ਇਹਨੂੰ ਪੇ ਆਫ ਕਰੋ ਉਹਦਾ ਫਿਰ ਕੁਛ ਤਾਂ ਤੁਹਾਨੂੰ ਕਰਨਾ ਪਊਗਾ ਨਾ ਕਿਤੇ ਤਾਂ ਸੈਕਰੀਫਾਈਸ ਹੋਊਗਾ ਬੱਚਿਆਂ ਨਾਲ ਨਹੀਂ ਗੱਲ ਹੋਊਗੀ ਕਿਉਂਕਿ ਤੁਸੀਂ ਤਾਂ ਕੌਂਸਟੈਂਟਲੀ ਥੱਕੇ ਹੋਏ ਹੋ ਜੇ ਤੁਸੀਂ ਮਤਲਬ ਕਿ 14 ਘੰਟੇ ਜਾਂ 16 ਘੰਟੇ ਕੰਮ ਕਰਦੇ ਹੋ ਦੈਟਸ ਨੋਟ ਐਨ ਈਜ਼ੀ ਜੋਬ ਤੁਸੀਂ ਕਿੰਨੇ ਆਖਰ ਤੁਸੀਂ ਹਿਊਮਨ ਬੀਂਗ ਹੋ ਕਿਵੇਂ ਆ ਕੇ ਤੁਸੀਂ ਆਪਣੇ ਬੱਚੇ ਦੇ ਨਾਲ ਵੀ ਫਿਰ 2 ਘੰਟੇ ਸਪੈਂਡ ਕਰ ਲਓਗੇ ਲੈ ਕੇ ਇਟਸ ਨੋਟ ਪੋਸੀਬਲ ਇਟਸ ਜਸਟ ਨੋਟ ਪੋਸੀਬਲ ਸੋ ਇਸ ਕਰਕੇ ਆਹ ਜਿਹੜਾ ਸਿਸਟਮ ਆ ਜਿਹੜਾ ਵੈਲਿਊ ਸਿਸਟਮ ਆ ਇਹ ਆਪਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਜਨਮ ਦਿੰਦਾ ਵੈਲਿਊ ਸਿਸਟਮ ਜਨਮ ਦਿੰਦਾ ਇਹ ਥਕਾਉਂਦਾ ਵੀ ਆ ਹੁਣ ਜੇ ਮੇਰਾ ਵੈਲਿਊ ਸਿਸਟਮ ਆ ਵੀ ਮੈਂ 10 ਸਾਲ 'ਚ ਮੋਰਗੇਜ ਪੇ ਕਰਨੀ ਆ ਤਾਂ ਫਿਰ ਆਈ ਵਿਲ ਹੈਵ ਟੂ ਵਰਕ ਹਾਰਡ ਤਾਂ ਫਿਰ ਮੈਂ ਥੱਕੂੰਗਾ ਵੀ ਅਤੇ ਜੇ ਮੈਂ 7 ਦਿਨ ਹੀ ਕੰਮ ਕਰਦਾ ਜੇ ਮੇਰਾ ਆਪਣਾ ਬਿਜ਼ਨਸ ਆ ਔਰ ਉਹਨੂੰ ਚਲਾਉਣ ਦੀ ਖਾਤਰ ਫਿਰ ਮੈਂ 7 ਦਿਨ ਕੰਮ ਕਰਦਾ ਦੈਟਸ ਈਵਨ ਹੁਣ ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿ ਐਟ ਵਟ ਕੋਸਟ ਆਰ ਵੀ ਪੇਇੰਗ ਉਹ ਕੋਸਟ ਕਿਤੋਂ ਤਾਂ ਨਿਕਲਣੀ ਆ ਸੋ ਆਪਾਂ ਨੂੰ ਪਹਿਲਾਂ ਇਹਨਾਂ ਨੂੰ ਵੀ ਦੇਖਣਾ ਪੈਣਾ ਵੀ ਆਪਣਾ ਵੈਲਿਊ ਸਿਸਟਮ ਫਿੱਟ ਹੁੰਦਾ ਕਿ ਨਹੀਂ ਕੈਨੇਡਾ ਦੇ ਕੋਂਟੈਕਸ ਦੇ ਵਿੱਚ ਉਹਨੂੰ ਥੋੜ੍ਹਾ ਜਿਹਾ ਤੁਹਾਨੂੰ ਦੇਖਣਾ ਕਿਉਂਕਿ ਪਰਿਵਾਰ ਤਾਂ ਤੁਹਾਡਾ ਹੀ ਆ ਤੁਹਾਡੇ ਬੱਚੇ ਆ ਤੁਹਾਡੀ ਵਾਈਫ ਆ ਤੁਹਾਡੇ ਮਾਂ ਪਿਓ ਆ ਤੁਹਾਡੇ ਭੈਣ ਭਰਾ ਸੋ ਦੇਅਰ ਆਲ ਦੇਅਰ ਸੋ ਤੁਸੀਂ ਦੇਖਣਾ ਵੀ ਤੁਹਾਡਾ ਸਿਸਟਮ ਕੀ ਆ ਕਿਵੇਂ ਤੁਸੀਂ ਕਰ ਸਕਦੇ ਹੋ ਹਾਓ ਕੈਨ ਯੂ ਉਹਦੇ ਤੋਂ ਫਿਰ ਬੇਸਡ ਤੁਹਾਡੀਆਂ ਆਦਤਾਂ ਡਿਫਰੈਂਟਲੀ ਚੇਂਜ ਹੋਣਗੀਆਂ ਹੁਣ ਜਿਹੜੀਆਂ ਆਦਤਾਂ ਫਿਰ ਉਹ ਨਹੀਂ ਰਹਿਣਗੀਆਂ ਕਿਉਂਕਿ ਆਹ ਵੈਲਿਊ ਸਿਸਟਮ ਦੇ ਬੇਸ 'ਤੇ ਤੁਹਾਡੀਆਂ ਆਦਤਾਂ ਬਣੀਆਂ ਹੋਈਆਂ ਜੇ ਤੁਸੀਂ 16 ਘੰਟੇ ਕੰਮ ਕਰਦੇ ਹੋ ਤੁਹਾਨੂੰ ਮੈਂ ਕਹਾਂ ਤੁਸੀਂ 8 ਘੰਟੇ ਕੰਮ ਕਰੋ ਤੁਸੀਂ ਕਹੋਗੇ ਕਿਉਂ ਕਿਉਂਕਿ ਬੇਸਿਕਲੀ ਜਿਹੜਾ ਬਿਲੀਫ ਆ ਉਹ ਤਾਂ ਹੈਗਾ ਵੀ ਮੈਂ 10 ਸਾਲਾਂ 'ਚ ਮੋਰਗੇਜ ਪੇ ਕਰਨੀ ਆ ਅਤੇ ਤੁਸੀਂ ਆਦਤ ਚੇਂਜ ਹੀ ਨਹੀਂ ਕਰੋਗੇ ਜਦ ਤੱਕ ਤੁਸੀਂ ਆਪਣੀ ਵੈਲਿਊ ਸਿਸਟਮ ਨਹੀਂ ਚੇਂਜ ਕਰਦੇ ਵੀ ਕੋਈ ਫਰਕ ਨਹੀਂ ਪੈਂਦਾ ਯਾਰ 20 ਸਾਲਾਂ ਨੂੰ ਪੇ ਕਰ ਲਾਂਗੇ ਕੀ ਫਰਕ ਪੈਂਦਾ ਅਤੇ ਜੇ 20 ਸਾਲਾਂ ਨੂੰ ਵੀ ਨਾ ਪੇ ਹੋਊਗੀ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਦੇ ਕੇ ਜਾਣਾ ਉਹ ਆਪੇ ਪੇ ਕਰ ਲੈਣਗੇ ਕੀ ਇਹਨਾਂ ਕੀ ਪ੍ਰੋਬਲਮ ਆ ਐਟਲੀਸਟ ਉਹਨਾਂ ਨੂੰ ਕੁਛ ਤਾਂ ਮਿਲਿਆ ਤੁਹਾਡੇ ਕੋਲ ਤਾਂ ਕੁਛ ਵੀ ਨਹੀਂ ਸੀ ਜਦੋਂ ਇੰਡੀਆ 'ਤੇ ਆਏ ਸੀ ਤੁਸੀਂ ਤਾਂ ਕੁਛ ਵੀ ਨਹੀਂ ਸੀ ਲੈ ਕੇ ਆਏ ਤੁਸੀਂ ਤਾਂ ਸਾਰਾ ਕੁਛ ਹੀ ਇੱਥੇ ਬਣਾਇਆ ਉਹਨਾਂ ਨੂੰ ਤਾਂ ਕੁਛ ਤਾਂ ਤੁਸੀਂ ਉਹ ਕੀ ਕਹਿੰਦੇ ਆ ਇੱਕ ਸਟੇਜ ਉੱਤੇ ਤਾਂ ਛੱਡ ਕੇ ਚੱਲੇ ਹੋ ਵੀ ਉਹਨਾਂ ਕੋਲ ਹੈਗਾ ਹੁਣ ਥੋੜ੍ਹਾ ਜਿਹਾ ਰਹਿ ਗਈ ਮੋਰਗੇ 50,000 ਦੀ ਪੇ ਕਰ ਦਿਓ ਐਗਜੈਕਟਲੀ ਤਾਂ ਫਿਰ ਕਿਹਦੀ ਖਾਤਰ ਆਪਾਂ ਇੰਨਾ ਟੁੱਟ ਕੇ ਮਰੇ ਹਾਂ ਪਰ ਉਹ ਤਾਂ ਆਪਾਂ ਇਹ ਆਨਸਰ ਕਰ ਸਕਦੇ ਹਾਂ ਜੇ ਆਪਾਂ ਇੱਥੇ ਬੈਠ ਕੇ ਆਪਣੀ ਵਾਈਫ ਦੇ ਨਾਲ ਜਾਂ ਆਪਣੇ ਪਰਿਵਾਰ ਦੇ ਨਾਲ ਗੱਲ ਕਰੀਏ ਪਰ ਉਹ ਤਾਂ ਆਪਾਂ ਕਰਦੇ ਨਹੀਂ ਗੇ ਕਿਉਂਕਿ ਆਪਣਾ ਸਿਸਟਮ ਇੰਨਾ ਰਿਜਿਡ ਆ ਵੈਲਿਊਜ਼ ਦਾ ਕਿ ਆਪਾਂ ਨੇ ਇਹ ਦਿਮਾਗ ਦੇ ਵਿੱਚ ਰੱਖਿਆ ਹੋਇਆ ਵੀ 10 ਸਾਲਾਂ 'ਚ ਘਰ ਪੇ ਆਫ ਕਰਨਾ ਇਹ ਸਿਸਟਮ ਆ ਇਸੇ ਤਰ੍ਹਾਂ ਹੀ ਆਪਣਾ ਐਕਸਟੈਂਡਡ ਫੈਮਿਲੀ ਸਿਸਟਮ ਆ ਵੀ ਮਾਂ ਪਿਓ ਨੂੰ ਨਾਲ ਰੱਖਣਾ ਇਹ ਆਪਣਾ ਸਿਸਟਮ ਆ ਚਾਹੇ ਆਪਣੇ ਪਰਿਵਾਰ 'ਚ ਬਣਦੀ ਆ ਚਾਹੇ ਨਹੀਂ ਬਣਦੀ ਆਪਾਂ ਨੇ ਮਾਂ ਪਿਓ ਨੂੰ ਨਾਲ ਰੱਖਣਾ ਇਹ ਸਿਸਟਮ ਆ ਆਪਣਾ
ਇਸੇ ਤਰ੍ਹਾਂ ਹੀ ਬਹੁਤ ਸਾਰੇ ਸਿਸਟਮ ਆਪਣੇ ਕਦਰਾਂ ਕੀਮਤਾਂ ਉਹ ਕਦਰਾਂ ਕੀਮਤਾਂ ਸ਼ਿਫਟ ਨਹੀਂ ਹੁੰਦੀਆਂ ਸਰਕਮਸਟਾਂਸਿਸ ਨੂੰ ਦੇਖ ਕੇ ਉਹ ਸ਼ਿਫਟ ਨਹੀਂ ਕਰਦੇ ਉਹ ਸ਼ਿਫਟ ਨਹੀਂ ਕਰਦੇ ਤਾਂ ਫਿਰ ਸਮਥਿੰਗ ਵਿਲ ਗਿਵ ਅਪ ਫਿਰ ਕੁਛ ਨਾ ਕੁਛ ਤਾਂ ਚੇਂਜ ਹੋਊਗਾ ਹੀ ਉਹਦੇ ਹਿਸਾਬ ਨਾਲ ਤੁਹਾਡੀਆਂ ਆਦਤਾਂ ਉਹਦੇ ਹਿਸਾਬ ਨਾਲ ਤੁਹਾਡਾ ਬਿਹੇਵੀਅਰ ਆ ਐਂਡ ਦੈਟਸ ਵਟ ਹੈਪਨਸ ਦੈਨ ਐਂਡ ਦੈਨ ਇਟ ਕੰਟੀਨਿਊਸਲੀ ਹੈਪਨਸ ਇਹ ਸਿਸਟਮ ਆ ਸੋ ਪਹਿਲਾਂ ਤੁਸੀਂ ਐਨਾਲਾਈਜ਼ ਕਰੋ ਆਪਣਾ ਵੈਲਿਊ ਸਿਸਟਮ ਕਿਸ ਤਰ੍ਹਾਂ ਦਾ ਸਿਸਟਮ ਆ ਤੁਸੀਂ ਜ਼ਿੰਦਗੀ ਕਿਵੇਂ ਜਿਉਣੀ ਆ ਔਰ ਜਿਹੜੀ ਸਾਰਿਆਂ ਨਾਲੋਂ ਘੱਟ ਡਿਸਕਸ਼ਨ ਹੁੰਦੀ ਆ ਉਹ ਇੱਥੇ ਹੁੰਦੀ ਆ ਵੀ ਜ਼ਿੰਦਗੀ ਕਿਵੇਂ ਜਿਉਣੀ ਆ ਆਪਾਂ ਪੁੱਠਾ ਚੱਲਦੇ ਹਾਂ ਸਾਰਾ ਕੁਛ ਆਪਣਾ ਪੁੱਠਾ ਆਪਾਂ ਘਰ ਲੈਣ ਤੋਂ ਪਹਿਲਾਂ ਇਹ ਨਹੀਂ ਡਿਸਕਸ਼ਨ ਕਰਦੇ ਵੀ ਲੈਣਾ ਚਾਹੀਦਾ ਕਿ ਨਹੀਂ ਆਪਾਂ ਕਹਿੰਦੇ ਪਹਿਲਾਂ ਘਰ ਲੈ ਲਓ ਫਿਰ ਦੇਖਾਂਗੇ ਜੇ ਨਾ ਚੱਲਿਆ ਤਾਂ ਬੇਸਮੈਂਟ ਕਿਰਾਏ 'ਤੇ ਦੇ ਦਾਂਗੇ ਆਪਾਂ ਪੁੱਠਾ ਚੱਲਣਾ ਸਾਰਾ ਕੁਛ ਪੁੱਠਾ ਕਰਨਾ ਐਵਰੀਥਿੰਗ ਇਜ਼ ਬੈਕਵਰਡ ਆਪਣੀ ਕੋਈ ਆਪਣੇ ਫਾਈਨੈਂਸ਼ੀਅਲ ਪਲੈਨਿੰਗ ਕੌਣ ਕਰਦਾ ਨੋਬਡੀ ਡਜ਼ ਫਾਈਨੈਂਸ਼ੀਅਲ ਪਲੈਨਿੰਗ ਵੈਰੀ ਫਿਊ ਪੀਪਲ ਕਮਾਈ ਜਾਣਾ ਕਿਉਂਕਿ ਉਹਦੀ ਉਹ ਸਾਨੂੰ ਬੜਾ ਕਲੀਅਰ ਆ ਉਹ ਐਨ ਕ੍ਰਿਸਟਲ ਕਲੀਅਰ ਆ ਵੀ ਮਿਹਨਤ ਬਹੁਤ ਕਰੀਦੀ ਆ ਦੱਬ ਕੇ ਉਹਦਾ ਆਪਾਂ ਨੂੰ ਪਤਾ ਆਪਾਂ ਨੂੰ ਇਹ ਨਹੀਂ ਪਤਾ ਕਿ ਆਪਾਂ ਜਿਹੜੇ ਪੈਸੇ ਇਨਵੈਸਟ ਕਰਨੇ ਆ ਉਹ ਗਾਂ ਕਿਵੇਂ ਉਹਦਾ ਇੰਟਰਸਟ ਕਿੱਥੋਂ ਹੋਊਗਾ ਉਹਦਾ ਟੈਕਸ ਕ੍ਰੈਡਿਟ ਕਿਵੇਂ ਲੈਣਾ ਇਹੋ ਜਿਹੀਆਂ ਚੀਜ਼ਾਂ 'ਚ ਆਪਾਂ ਨਹੀਂ ਉਹਨੇ ਮਾਹਰ ਕਿਉਂਕਿ ਵੈਲਿਊ ਸਿਸਟਮ 'ਚ ਹੈ ਨਹੀਂ ਗਾ ਉਹ ਫਾਈਨੈਂਸ਼ੀਅਲ ਪਲੈਨਿੰਗ ਕੀ ਹੁੰਦੀ ਆ ਅਕਾਊਂਟੈਂਟਸ ਕੋਲ ਕਿਉਂ ਚਾਹੀਦਾ ਹੁੰਦਾ ਇਨਵੈਸਟਮੈਂਟ ਕਿਵੇਂ ਕਰੀਦੀ ਆ ਮਿਊਚੁਅਲ ਫੰਡਸ ਕੀ ਆ ਜੀ ਆਈ ਸੀ ਕੀ ਆ ਤੁਹਾਡੀ ਮਤਲਬ ਕਿ ਡਾਇਵਰਸੀਫਾਈਡ ਪੋਰਟਫੋਲੀਓ ਕੀ ਆ ਇਹੋ ਜਿਹੀਆਂ ਚੀਜ਼ਾਂ ਦਾ ਆਪਾਂ ਉੱਧਰਲੇ ਪਾਸੇ ਦਿਮਾਗ ਨਹੀਂ ਚੱਲਦਾ ਕਿਉਂਕਿ ਵੈਲਿਊ ਸਿਸਟਮ 'ਚ ਨਹੀਂ ਵੈਲਿਊ ਸਿਸਟਮ 'ਚ ਕੀ ਆ ਕਰ ਲੈ ਲਓ ਛੇਤੀ ਦੇਣੇ ਮਿਹਨਤ ਕਰਕੇ ਉਹਨੂੰ ਪੇ ਆਫ ਕਰ ਦਿਉ ਇਹ ਬੜਾ ਕ੍ਰਿਸਟਲ ਕਲੀਅਰ ਆ ਤਕਰੀਬਨ ਸਾਰਿਆਂ ਦੀਆਂ ਵੈਲਿਊਜ਼ ਇਹੋ ਜਿਹੀ ਹੋਈ ਆ ਇਹ ਵੀ ਪਤਾ ਆਪਾਂ ਨੇ ਇਹ ਆਪਣੀ ਵੈਲਿਊ ਸਿਸਟਮ ਇਹ ਵੀ ਬੜੀ ਕਲੀਅਰ ਆ ਵੀ ਘਰਾਂ ਦੀ ਪ੍ਰਾਈਸ ਵੱਧ ਜਾਂਦੀ ਆ ਛੋਟਾ ਘਰ ਲੈ ਲਓ ਪੰਜਾਂ ਕੁ ਸਾਲਾਂ ਨੂੰ ਉਹਦੀ ਪ੍ਰਾਈਸ ਵੱਧ ਜੂ ਉਹਨੂੰ ਵੇਚ ਕੇ ਇੱਕ ਹੋਰ ਲੈ ਲਓ ਜਾਂ ਉਹ ਦੇਰ ਨੂੰ ਸਾਲ ਕੁ ਬਾਅਦ ਉਹਨੇ ਬਣਨਾ ਉਦੋਂ ਪਹਿਲਾਂ ਬੁੱਕ ਕਰਾ ਦਿਉ ਜਦ ਨੂੰ ਉਹਦੀ ਪ੍ਰਾਈਸ ਵੱਧ ਜੂ ਇਹੋ ਜਿਹੀਆਂ ਚੀਜ਼ਾਂ 'ਤੇ ਸਾਡਾ ਵੈਲਿਊ ਸਿਸਟਮ ਬਹੁਤ ਕੰਮ ਕਰਦਾ ਇਹ ਕ੍ਰਿਸਟਲ ਕਲੀਅਰ ਆ ਸੋ ਇਕਨੋਮਿਕਸ ਪੈਸਾ ਉਹਦੇ ਬਾਰੇ ਆਪਾਂ ਨੂੰ ਕਾਫੀ ਚਾਨਣਾ ਕਾਫੀ ਹੈਗਾ ਪੂਰਾ ਨਹੀਂ ਗਾ ਪਰ ਕਾਫੀ ਆ ਲੇਕਿਨ ਜੇ ਇਹ ਡਿਸਕਸ਼ਨ ਆਪਾਂ ਇਹ ਕਰੀਏ ਵੀ ਬੱਚਿਆਂ ਨੂੰ ਆਪਾਂ ਹੋਣਹਾਰ ਕਿਵੇਂ ਬਣਾਉਣਾ ਉਹਦੇ ਬਾਰੇ ਆਪਣਾ ਕੁਛ ਨਹੀਂ ਉਹਦੇ ਬਾਰੇ ਕੋਈ ਡਿਸਕਸ਼ਨ ਹੀ ਨਹੀਂ ਹੁੰਦੀ ਆਪਣੇ ਘਰਾਂ 'ਚ ਆਪਣੀ ਕੋਈ ਡਿਸਕਸ਼ਨ ਨਹੀਂ ਹੁੰਦੀ ਆਪਾਂ ਨੂੰ ਕਿਸੇ ਨੂੰ ਨਹੀਂ ਪਤਾ ਬਈ ਪਹਿਲੇ 6 ਸਾਲਾਂ 'ਚ ਬੱਚੇ ਦਾ ਬ੍ਰੇਨ ਡਿਵੈਲਪ ਹੁੰਦਾ ਅਤੇ ਉਹਨੂੰ ਆਪਾਂ ਨੂੰ ਕਰੈਕਟ ਮੈਸੇਜਿਸ ਦੇਣੇ ਬੜੇ ਜ਼ਰੂਰੀ ਆ ਪਹਿਲੇ 6 ਸਾਲ 'ਚ ਪਹਿਲੇ 2-3 ਸਾਲਾਂ 'ਚ ਤਾਂ ਚੱਕ ਇੰਡੀਆ ਭੇਜ ਦਿੰਦੇ ਆ ਵੀ ਦਾਦਾ ਦਾਦੀ ਕੋਲ ਰਹਿਣਗੇ ਚੱਲ ਅਸੀਂ ਕੰਮ ਕਰਕੇ ਮੌਰਗੇਜ ਲਾ ਲਾਂਗੇ ਆਪਣਾ ਤਾਂ ਕੰਮ ਹੀ ਪੁੱਠਾ ਆਪਾਂ ਨੂੰ ਤਾਂ ਪਤਾ ਹੀ ਨਹੀਂ ਗਾ ਆਪਣੀ ਤਾਂ ਸਿਸਟਮ ਹੀ ਹੋਰ ਆ ਕਿਉਂਕਿ ਸਿਸਟਮ ਅਗਰ ਇਕਨੋਮਿਕਸ ਡਰਿਵਨ ਆ ਫਿਰ ਆਪਣੀਆਂ ਹੈਬਿਟਸ ਵੀ ਇਕਨੋਮਿਕਸ ਡਰਿਵਨ ਆ ਜੇ ਇਕਨੋਮਿਕਸ ਦੇ ਡਰਿਵਨ ਆਪਣੀਆਂ ਆਦਤਾਂ ਤਾਂ ਫਿਰ ਬਿਹੇਵੀਅਰ ਵੀ ਉਹੋ ਜਿਹੇ ਹੋਣਗੇ ਸੋ ਇਸ ਕਰਕੇ ਜੇ ਆਪਾਂ ਨੇ ਚੇਂਜ ਬਿਹੇਵੀਅਰ ਕਰਨਾ ਤਾਂ ਆਹ 3 ਚੀਜ਼ਾਂ ਨੂੰ ਸਮਝਣਾ ਬੜਾ ਜ਼ਰੂਰੀ ਆ ਇਕੱਲਾ ਬਿਹੇਵੀਅਰ ਚੇਂਜ ਨਹੀਂ ਹੋ ਸਕਦਾ ਐਵੇਂ ਮੈਨੂੰ ਕੋਈ ਕਹੀ ਜਾਵੇ ਵੀ ਤੂੰ ਗੁੱਸੇ ਨਹੀਂ ਹੋਣਾ ਤੂੰ ਗੁੱਸੇ ਨਹੀਂ ਹੋਣਾ ਤੂੰ ਸ਼ਰਾਬ ਨਹੀਂ ਪੀਣੀ ਤੂੰ ਫਲਾਨਾ ਨਹੀਂ ਕਰਨਾ ਤੂੰ ਉੱਚੀ ਨਹੀਂ ਬੋਲਣਾ ਤੂੰ ਜੂਆ ਨਹੀਂ ਖੇਡਣਾ ਤੂੰ ਕੰਮ ਬਹੁਤ ਕਰਦਾ ਤੇਰੇ ਗੋਡੇ ਦੁਖਣਗੇ ਤੇਰਾ ਫਲਾਨਾ ਹੋਊਗਾ ਇੱਥੇ ਇਕੱਲਾ ਚੇਂਜ ਕਰੋ ਇਹ ਇਕੱਲਾ ਚੇਂਜ ਨਹੀਂ ਹੋਣਾ ਜਦ ਤੱਕ ਆਹ 2 ਚੀਜ਼ਾਂ ਨਹੀਂ ਦੇਖਦੇ ਆਪਾਂ ਨਾਟ ਕਨਾ ਵਰਕ ਸੋ ਯੂ ਹੈਵ ਟੂ ਰੀਅਲੀ ਲੁੱਕ ਐਟ ਵੇਅਰ ਯੂਅਰ ਵੈਲਿਊ ਸਿਸਟਮ ਇਜ਼ ਐਂਡ ਵੇਅਰ ਯੂਅਰ ਹੈਬਿਟਸ ਆਰ ਸੋ ਵੈਲਿਊ ਸਿਸਟਮ ਨੂੰ ਥੋੜ੍ਹਾ ਜਿਹਾ ਤੁਸੀਂ ਐਨਾਲਾਈਜ਼ ਕਰ ਲਓ ਤੁਸੀਂ ਆਪਣੇ ਪਰਿਵਾਰ ਨੂੰ ਕਿਵੇਂ ਦੇਖਦੇ ਹੋ ਤੁਸੀਂ ਬੱਚਿਆਂ ਨੂੰ ਕਿਵੇਂ ਦੇਖਦੇ ਹੋ ਕਿਹੜੀਆਂ ਕਿਹੜੀਆਂ ਚੀਜ਼ਾਂ ਜਾਣਨ ਦੀ ਲੋੜ ਆ ਬੱਚਿਆਂ ਨੂੰ ਕਹਿਣੇ ਕਿਵੇਂ ਮੰਨਣਾ ਅਗਰ ਉਹ ਵੱਡੇ ਹੋ ਗਏ ਆ ਔਰ ਉਹ ਲਿਸਨ ਨਹੀਂ ਕਰਦੇ ਤੁਹਾਡੇ ਕੋਲ ਕਿਹੜੀਆਂ ਟੈਕਨੀਕਸ ਆ ਉਹਨਾਂ ਨੂੰ ਲਿਸਨ ਕਰਾਉਣ ਦੀਆਂ ਉਹ ਤਾਂ ਚੇਂਜ ਨਹੀਂ ਹੁੰਦੇ ਤੁਸੀਂ ਚੇਂਜ ਹੋ ਸਕਦੇ ਹੋ ਤੁਹਾਨੂੰ ਚੇਂਜ ਹੋ ਕੇ ਉਹ ਵੀ ਚੇਂਜ ਹੋ ਜਾਣਗੇ ਪਰਸਪੈਕਟਿਵਸ ਕੀ ਆ ਲਾਈਫ ਦਾ ਬੈਠ ਕੇ ਤੁਸੀਂ ਸਿੱਖ ਸਕਦੇ ਹੋ ਦੇਖ ਸਕਦੇ ਹੋ ਵਿਚਾਰ ਸਕਦੇ ਹੋ ਸੋ ਦੋਜ਼ ਆਰ ਸਮ ਆਫ ਦਾ ਥਿੰਗਸ ਦੈਟ ਯੂ ਕੈਨ ਡੂ ਇਸ ਸਿਸਟਮ 'ਚ ਜਦੋਂ ਤੁਸੀਂ ਵੈਲਿਊਮ ਸਿਸਟਮ ਕਲੀਅਰ ਕਰ ਲਿਆ ਦੈਨ ਯੂ ਕੈਨ ਸ਼ਿਫਟ ਯੂਅਰ ਸੋ ਦੇਰ ਆਰ ਸਰਟਨ ਪ੍ਰਿੰਸੀਪਲਸ ਇਹਨਾਂ ਦੇ ਨਾਲ ਮਿਲਦੇ ਜੁਲਦੇ ਆ ਥੋੜ੍ਹਾ ਜਿਹਾ ਫਰਕ ਆ ਪ੍ਰਿੰਸੀਪਲਸ ਦਾ ਅਤੇ ਵੈਲਿਊ ਸਿਸਟਮ ਦਾ ਆਹ ਜ਼ਿਆਦਾ ਮਜ਼ਬੂਤ ਹੋਣੇ ਚਾਹੀਦੇ ਆ ਇਹਨਾਂ ਨਾਲੋਂ ਆਪਣੇ ਉਲਟਾ ਆਪਣੇ ਆਹ ਸਿਸਟਮ ਮਜ਼ਬੂਤ ਆ ਇਹਨਾਂ ਨਾਲ ਪ੍ਰਿੰਸੀਪਲਸ ਮਜ਼ਬੂਤ ਨਹੀਂ ਗੇ ਪੰਜਾਬੀ ਕਮਿਊਨਿਟੀ 'ਚ ਸਿੱਖ ਧਰਮ 'ਚ ਵੀ ਪ੍ਰਿੰਸੀਪਲਸ ਮਜ਼ਬੂਤ ਨਹੀਂ ਗੇ ਆਪਣੇ ਇਸੇ ਕਰਕੇ ਆਪਾਂ ਸਿੱਖ ਘੱਟ ਹਾਂ ਪ੍ਰਿੰਸੀਪਲਸ ਕਿਸੇ ਆਧਾਰ 'ਤੇ ਬੇਸਡ ਹੁੰਦੇ ਆ ਕਿਵੇਂ ਬੇਸਡ ਆ ਸਿੱਖ ਦਾ ਪ੍ਰਿੰਸੀਪਲ ਹੈਗਾ ਕਿ ਕੋਈ ਜਾਤ ਪਾਤ ਨਹੀਂ ਗੀ ਵੈਲਿਊ ਸਿਸਟਮ ਦਾ ਪ੍ਰਿੰਸੀਪਲ ਹੈਗਾ ਕਿ ਜਾਤ ਪਾਤ ਹੈਗੀ ਆ ਸੋ 5000 ਸਾਲ ਤੋਂ ਅਸੀਂ ਇੱਥੇ ਅੜੇ ਹੋਏ ਹਾਂ ਅਸੀਂ ਉੱਥੇ ਨਹੀਂ ਜਾ ਸਕੇ 600 ਸਾਲ
ਦੀ ਸਟਰਗਲ ਦੇ ਬਾਅਦ ਵੀ ਅਸੀਂ ਇੱਥੇ ਖੜ੍ਹੇ ਹਾਂ, ਅਸੀਂ ਇੱਥੇ ਪਹੁੰਚੇ ਨਹੀਂ ਪ੍ਰਿੰਸੀਪਲਸ 'ਤੇ, ਅਸੀਂ ਨਹੀਂ ਮੰਨਦੇ ਐਸੇ ਸਿੱਖ ਵੀ ਕੋਈ ਜਾਤ ਪਾਤ ਨਹੀਂ ਗੀ, ਅਸੀਂ ਮੰਨਦੇ ਹਾਂ, ਅਸੀਂ ਕਹਿੰਦੇ ਹਾਂ ਵੀ ਹਾਂ ਦੇਰੇ ਸੱਚ ਥਿੰਗ, ਜੱਟਾਂ ਦਾ ਵਿਆਹ ਜੱਟਾਂ 'ਚ ਹੀ ਹੋਊਗਾ ਅਤੇ ਰਾਮਗੜੀਆਂ ਦਾ ਵਿਆਹ ਰਾਮਗੜੀਆਂ 'ਚ ਹੀ ਹੋਊਗਾ ਅਤੇ ਫਲਾਣਿਆਂ ਦਾ ਵਿਆਹ ਫਲਾਣਿਆਂ 'ਚ ਹੀ ਹੋਊਗਾ, ਅਸੀਂ ਹਜੇ ਵੀ ਇੱਥੇ ਖੜ੍ਹੇ ਹਾਂ, ਵੈਲਿਊ ਸਿਸਟਮ ਆ ਸਾਡੀ, ਅਸੀਂ ਪ੍ਰਿੰਸੀਪਲਸ ਨੂੰ ਤਾਂ ਮੰਨਣਾ ਹੀ ਨਹੀਂ ਗਾ, ਜਿੰਨਾ ਮਰਜ਼ੀ ਗੁਰੂ ਸ਼ੋਰ ਪਾਈ ਜਾਵੇ ਉਸ ਅਸੀਂ ਨਹੀਂ ਮੰਨ ਸਕਦੇ, ਕਿਉਂਕਿ ਵੈਲਿਊ ਸਿਸਟਮ ਆ, ਵੈਲਿਊ ਸਿਸਟਮ ਹਮੇਸ਼ਾ ਬੈਕਵਰਡ ਹੁੰਦਾ, ਪ੍ਰਿੰਸੀਪਲਸ ਕਿਸੇ ਧਰਮ ਦੇ ਉਹ ਹਮੇਸ਼ਾ ਅਗਾਂਹ ਵਧੂ ਹੁੰਦੇ ਆ, ਦੀਜ਼ ਆਰ ਫੋਰਵਰਡ ਥਿੰਕਿੰਗ, ਆਹ ਜਿਹੜੇ ਆ ਇਹ ਰਿਗਰੈਸ ਕਰਦੇ ਆ, ਖਿੱਚ ਕੇ ਪਿੱਛੇ ਨੂੰ ਲਿਆਉਂਦੇ ਆ ਕਿਸੇ ਨੂੰ ਪਿੱਛੇ ਨੂੰ, ਆਹ ਡਿਵਾਈਸਿਵ ਆ। ਵੈਲਿਊ ਸਿਸਟਮ ਹੈਗਾ ਬਈ ਜਿਹੜੇ ਲੰਬੜਦਾਰ ਹੋਣਗੇ ਉਹ ਟੌਰ ਰੱਖਣਗੇ, ਇਹ ਵੈਲਿਊ ਸਿਸਟਮ ਆ। ਪ੍ਰਿੰਸੀਪਲ ਕਹਿੰਦਾ ਵੀ ਸਾਰੇ ਬੰਦਿਆਂ ਨੂੰ ਇੱਕੋ ਜਿਹਾ ਬਿਹੇਵ ਕਰੋ, ਨਿਮਰਤਾ ਨਾਲ ਰਹੋ, ਦੈਟਸ ਅ ਪ੍ਰਿੰਸੀਪਲ। ਕੁਆਲਿਟੀ ਦੇ ਹਿਸਾਬ ਨਾਲ ਹੋਣਾ ਚਾਹੀਦਾ, ਲਿਆਕਤ ਦੇ ਨਾਲ ਹੋਣਾ ਚਾਹੀਦਾ। ਵੈਲਿਊ ਸਿਸਟਮ ਕਹਿੰਦੀ ਆ ਕਿਹੜਾ ਲਿਆਕਤ ਆ ਤੁਹਾਡੇ ਕੋਲ, ਹੈਗੀ ਕਿ ਨਹੀਂ, ਜੇ ਤੁਹਾਡੇ ਤੁਹਾਡੇ ਕੋਲ ਪੈਸਾ ਆ ਜਾਂ ਤੁਹਾਡੇ ਕੋਲ ਤਾਕਤ ਆ, ਤੁਹਾਡਾ ਮੁੰਡਾ ਆਪਣੇ ਆਪ ਹੀ ਚੜ੍ਹ ਜੂ। ਪ੍ਰਿੰਸੀਪਲ ਤਾਂ ਉੱਥੇ ਕੋਈ ਕੰਮ ਹੀ ਨਹੀਂ ਨਾ, ਉੱਥੇ ਤਾਂ ਪੈਸੇ ਦਾ ਅਤੇ ਤਾਕਤ ਦਾ ਕੰਮ ਆ ਨਾ, ਉਹ ਵੈਲਿਊ ਸਿਸਟਮ ਆ। ਪ੍ਰਿੰਸੀਪਲ 'ਚ ਕਹਿੰਦਾ ਵੀ ਕੁੜੀ ਮੁੰਡਾ ਸਭ ਬਰਾਬਰ ਆ, ਵੈਲਿਊ ਕਹਿੰਦਾ ਵੀ ਮੁੰਡਾ ਜ਼ਰੂਰ ਹੋਣਾ ਚਾਹੀਦਾ ਭਾਵੇਂ 10 ਕੁੜੀਆਂ ਹੋ ਜਾਣ, ਵੈਲਿਊ ਸਿਸਟਮ ਆ ਨਾ ਵੀ ਮੁੰਡਾ ਹੋਣਾ ਚਾਹੀਦਾ। ਪਰ ਪ੍ਰਿੰਸੀਪਲ 'ਚ ਕਹਿੰਦਾ ਵੀ ਇਟ ਰੀਅਲੀ ਡਜ਼ਨਟ ਮੈਟਰ, ਜੋ ਕੁਛ ਰੱਬ ਨੇ ਦਿੱਤਾ ਸਭ ਠੀਕ ਆ, ਆਈ ਐਕਸੈਪਟ ਇਟ, ਦੈਟਸ ਇਟ, ਆਈ ਐਕਸੈਪਟ ਇਟ। ਪਰ ਜਿਹੜਾ ਵੈਲਿਊ ਸਿਸਟਮ ਆ ਉਹ ਕਹਿੰਦਾ ਨਹੀਂ, ਨੋ, ਐਕਸੈਪਟ ਕਿਵੇਂ ਨਹੀਂ ਕਹਿੰਦਾ। ਇਸ ਤਰ੍ਹਾਂ ਦੀਆਂ ਵੀ ਤੁਸੀਂ ਸਟੋਰੀਆਂ ਕਨੇਡਾ 'ਚ ਵੀ ਸੁਣੀਆਂ, ਇੰਡੀਆ 'ਚ ਤਾਂ ਖੈਰ ਇਹ ਆਮ ਹੀ ਗੱਲ ਆ, ਪਿੰਡਾਂ 'ਚ ਤਾਂ ਇਟਸ ਨੋਟ ਅ ਬਿਗ ਡੀਲ, ਇੱਥੇ ਵੀ ਹੈਗਾ। ਹਸਬੈਂਡ ਵਾਈਫ ਨੇ ਵਿਆਹ ਕੀਤਾ, 10 ਸਾਲ ਹੋ ਗਏ, ਬੱਚਾ ਨਹੀਂ ਹੋਇਆ, ਉਹ ਕਹਿੰਦਾ ਵੀ ਸੋਰੀ ਵੀ ਮੈਂ ਤਾਂ ਹੁਣ ਤੇਰੇ ਨਾਲ ਰਹਿ ਨਹੀਂ ਸਕਦਾ, ਮੈਨੂੰ ਤਾਂ ਬੱਚਾ ਚਾਹੀਦਾ, ਉਹਨੇ ਉਹਨੂੰ ਡਿਵੋਰਸ ਕਰਕੇ ਇੱਕ ਹੋਰ ਵਿਆਹ ਕਰਾ ਲਿਆ। ਇਹ ਵੈਲਿਊ ਸਿਸਟਮ ਆ ਨਾ, ਪ੍ਰਿੰਸੀਪਲ ਤਾਂ ਕੋਈ ਨਹੀਂ ਗਾ, ਪ੍ਰਿੰਸੀਪਲ ਤਾਂ ਕੋਈ ਨਹੀਂ, ਇਹ ਤਾਂ ਵੈਲਿਊ ਸਿਸਟਮ ਆ ਵੀ ਸਾਨੂੰ ਬੱਚਾ ਚਾਹੀਦਾ, ਚਲੋ ਕੋਈ ਕੀ ਫਰਕ ਪੈਂਦਾ, ਡਿਵੋਰਸ ਕਰ ਦਿਉ, ਨਾ ਕੋਈ ਪਿਆਰ ਹੋਇਆ ਨਾ ਕੋਈ ਕੁਛ ਹੋਇਆ। ਸੋ ਇਸ ਕਰਕੇ ਇਹਨਾਂ ਦੋਨਾਂ 'ਚ ਫਰਕ ਥੋੜ੍ਹਾ ਜਿਹਾ ਕਲੀਅਰ ਕਰ ਲੈਣਾ ਚਾਹੀਦਾ। ਜਿਹੜੇ ਬੰਦੇ ਪ੍ਰਿੰਸੀਪਲ 'ਤੇ ਜਿਉਂਦੇ ਆ ਉਹ ਕਾਫੀ ਹੱਦ ਤੱਕ ਸੁਖੀ ਰਹਿੰਦੇ ਆ, ਜੇ ਤੁਹਾਡੇ ਪ੍ਰਿੰਸੀਪਲਸ ਸਹੀ ਆ, ਨੋਰਮਲ ਆ, ਐਬਸੋਲੂਟਲੀ ਕਲੀਅਰ ਹੋ ਤੁਸੀਂ ਫਿਰ ਤੁਹਾਨੂੰ ਮਤਲਬ ਕਿ ਨਾ ਤੁਹਾਡੇ ਜਿਹੜੇ ਪ੍ਰਿੰਸੀਪਲਸ ਹੈਗੇ ਆ, ਅਗਰ ਤੁਸੀਂ ਪ੍ਰਿੰਸੀਪਲ 'ਤੇ ਖੜ੍ਹਦੇ ਹੋ, ਯੂ ਬਿਕਮ ਦੈਟ ਮੱਚ ਕਲੀਅਰ। ਸੋ ਇਸ ਕਰਕੇ ਇਹ ਇੰਪੋਰਟੈਂਟ ਆ ਕਿ ਤੁਹਾਡੇ ਸਰਟਨ ਪ੍ਰਿੰਸੀਪਲਸ ਹੋਣੇ ਚਾਹੀਦੇ ਆ। ਸੋ ਜਿਹੜੀ ਵੈਲਿਊਜ਼ ਹੁੰਦੀਆਂ ਕਿਸੇ ਵੀ ਸਮਾਜ ਦੀਆਂ ਵੈਲਿਊਜ਼ ਹੁੰਦੀਆਂ, ਇਹ ਬਹੁਤ ਪਿੱਛੇ ਨੂੰ ਚੱਲਦੀਆਂ, ਇਹ ਬੈਕਵਰਡ ਆ ਵੈਲਿਊਜ਼। ਇਹ ਸਟੇਟਮੈਂਟ ਤੁਸੀਂ ਸੁਣੀ ਹੋਣੀ ਆ ਆਮ ਘਰਾਂ ਦੇ ਵਿੱਚ, ਆਪਣੇ ਬੱਚਿਆਂ ਨੂੰ ਆਪਾਂ ਕਾਲਿਆਂ ਦੇ ਬੱਚਿਆਂ ਨਾਲ ਖੇਲਣ ਨਹੀਂ ਦਿੰਦੇ, ਉਹ ਵੈਲਿਊ ਸਿਸਟਮ ਆ। ਕਾਲੇ ਰੰਗ ਨੂੰ ਹਜੇ ਵੀ ਨਹੀਂ ਪੰਜਾਬ ਦੇ ਵਿੱਚ ਚੰਗਾ ਸਮਝਿਆ ਜਾਂਦਾ, ਕੁੜੀ ਕਾਲੇ ਰੰਗ ਦੀ ਹੋਵੇ ਉਹਦਾ ਵਿਆਹ ਕਰਨਾ ਔਖਾ ਹੋ ਜਾਂਦਾ, ਕੋਈ ਰੰਗ ਦਾ ਵੀ ਤਾਂ ਡਿਸਕ੍ਰੀਮੀਨੇਸ਼ਨ ਆ, ਵਿਤਕਰਾ ਕੀਤਾ ਜਾਂਦਾ ਰੰਗ 'ਤੇ ਵੀ। ਸੋ ਪਰ ਪ੍ਰਿੰਸੀਪਲਸ ਤਾਂ ਇਹ ਨਹੀਂ ਕਹਿੰਦੇ ਵੀ ਰੰਗ 'ਤੇ ਵਿਤਕਰਾ ਕਰੋ, ਪ੍ਰਿੰਸੀਪਲਸ ਤਾਂ ਇਹ ਕਹਿੰਦੇ ਆ, ਧਰਮ ਦੇ ਪ੍ਰਿੰਸੀਪਲਸ ਤਾਂ ਇਹ ਕਹਿੰਦੇ ਆ ਵੀ ਤੁਸੀਂ ਵਿਤਕਰਾ ਕਰ ਹੀ ਨਹੀਂ ਸਕਦੇ, ਇਟਸ ਨੋਟ ਅਲਾਊਡ। ਪਰ ਸੱਭਿਆਚਾਰ ਤਾਂ ਕਹਿੰਦਾ ਵੀ ਦੱਬ ਕੇ ਵਿਤਕਰਾ ਕਰੋ। ਜਿਹੜੀਆਂ ਬਹੁਤ ਸਾਰੀਆਂ ਕਲਚਰਲ ਵੈਲਿਊਜ਼ ਹੁੰਦੀਆਂ, ਕਲਚਰਲ ਜਿਹੜੀਆਂ ਕਦਰਾਂ ਕੀਮਤਾਂ ਹੁੰਦੀਆਂ, ਉਹ ਜ਼ਿਆਦਾ ਡੋਮੀਨੇਟਿੰਗ ਆ ਧਾਰਮਿਕ ਕਦਰਾਂ ਕੀਮਤਾਂ ਨਾਲ। ਸੋ ਤਿੰਨ ਤਰ੍ਹਾਂ ਦੀਆਂ ਵੈਲਿਊਜ਼ ਹੁੰਦੀਆਂ, ਇੱਕ ਹੁੰਦੀਆਂ ਹੈਗੀਆਂ ਰਿਲੀਜੀਅਸ, ਇੱਕ ਹੁੰਦੀਆਂ ਕਲਚਰਲ, ਇੱਕ ਹੁੰਦੀਆਂ ਫੈਮਿਲੀ ਦੀਆਂ। ਤਿੰਨ ਵੈਲਿਊਜ਼ ਦਿੱਤੀਆਂ ਜਾਂਦੀਆਂ ਕਿਸੇ ਬੱਚੇ ਨੂੰ, ਇਹ ਡਿਪੈਂਡ ਕਰਦਾ ਕਿ ਤੁਸੀਂ ਆਪਣੇ ਬੱਚੇ ਨੂੰ ਵੈਲਿਊਜ਼ ਕਿਹੜੀਆਂ ਦਿੰਦੇ ਹੋ। ਮਨੁੱਖਤਾ ਦੀਆਂ ਵੈਲਿਊਜ਼ ਦਿੰਦੇ ਹੋ, ਡੈਮੋਕਰੈਟਿਕ ਵੈਲਿਊਜ਼ ਦਿੰਦੇ ਹੋ, ਕਿਹੜੀਆਂ ਵੈਲਿਊਜ਼ ਦਿੰਦੇ ਹੋ, ਲਾਈਕ ਵਟ ਕਾਇੰਡ ਆਫ ਵੈਲਿਊਜ਼ ਡੂ ਯੂ ਗਿਵ, ਕਿਸ ਬੇਸ 'ਤੇ ਆ ਉਹ ਆਧਾਰ, ਕਿਸ ਬੇਸ 'ਤੇ ਆ ਉਹਨਾਂ ਦਾ ਵੈਲਿਊਜ਼ ਦਾ, ਕਦਰਾਂ ਕੀਮਤਾਂ ਦਾ ਆਧਾਰ ਕਿਹੜਾ।
ਸੋ ਜੇ ਆਪਾਂ ਹਿਊਮਨ ਬੀਂਗਸ ਦੀ ਪ੍ਰਫੁੱਲਤਾ ਵਾਸਤੇ ਆਪਾਂ ਕੰਮ ਨਹੀਂ ਕਰਦੇ, ਬੱਚੇ ਨੂੰ ਟ੍ਰੇਨ ਨਹੀਂ ਕਰਦੇ ਸੇਵਾ ਭਾਵਨਾ 'ਚ, ਵੰਡ ਛਕਣ 'ਚ, ਨਾਮ ਜਪਣ 'ਚ, ਉਹਦੇ 'ਚ ਉਹਨਾਂ ਨੂੰ ਬੇਸਿਕ ਟ੍ਰੇਨਿੰਗ ਨਹੀਂ ਮਿਲਦੀ ਇਹਨਾਂ ਚੀਜ਼ਾਂ 'ਚ, ਕੰਪੈਸ਼ਨ 'ਚ, ਕਾਇੰਡਨੈਸ 'ਚ, ਅਤੇ ਫਿਰ ਤਾਂ ਨੈਚੁਰਲੀ ਮਤਲਬ ਕਿ ਉਹਦਾ ਹੈਬਿਟਸ ਵੀ ਹੋਰ ਤਰ੍ਹਾਂ ਦੀਆਂ ਹੋਣਗੀਆਂ, ਬਿਹੇਵੀਅਰਸ ਵੀ ਦੂਜੇ ਹਿਊਮਨ ਬੀਂਗ ਪ੍ਰਤੀ ਹੋਰ ਤਰ੍ਹਾਂ ਦੇ ਹੋਣਗੇ, ਆਪਣੇ ਪ੍ਰਤੀ ਵੀ ਉਹਦਾ ਜਿਹੜਾ ਵਿਵਹਾਰ ਆ ਹੋਰ ਤਰ੍ਹਾਂ ਦਾ ਹੋਊਗਾ। ਕਿਉਂਕਿ ਜਿਹੜੀਆਂ ਆਹ ਤਿੰਨ ਕਦਰਾਂ ਕੀਮਤਾਂ ਇਹ ਕੋਈ ਸਲਟਨ ਕ੍ਰਾਈਟੀਰੀਆ 'ਤੇ ਨਹੀਂ ਬਣੀਆਂ, ਜਿਵੇਂ ਬੇਸਿਕ ਯੂਨੀਵਰਸਲ ਐਕਸੈਪਟਡ ਆ ਸਾਰੇ ਧਰਮਾਂ ਦਾ ਯੂਨੀਵਰਸਲ ਐਕਸੈਪਟੈਂਸ ਆ ਕਿ ਲਾਈਫ ਇਜ਼ ਸੀਕਰਡ, ਕਿਸੇ ਦੀ ਜਾਨ ਨਹੀਂ ਲੈਣੀ, ਇਹ ਧਰਮਾਂ ਦਾ ਸਾਰੇ ਧਰਮਾਂ ਦਾ ਇਹ ਨਿਚੋੜ ਆ, ਲਾਈਫ ਇਜ਼ ਸੀਕਰਡ। ਆਪਣੇ ਧਰਮ 'ਚ ਵੀ ਆ, ਹਿੰਦੂ ਧਰਮ 'ਚ ਵੀ ਆ, ਇਸਲਾਮ 'ਚ ਵੀ ਆ, ਬੁੱਧਿਜ਼ਮ 'ਚ ਵੀ ਆ, ਜੈਨਿਜ਼ਮ 'ਚ ਵੀ ਆ, ਹੋਰ ਜਿਹੜੇ ਬਾਕੀ ਦੇ ਧਰਮ ਆ ਉਹਨਾਂ ਧਰਮਾਂ 'ਚ ਸਾਰਿਆਂ 'ਚ ਇਹ ਹੈਗਾ ਵੀ ਜਿਹੜੀ ਜਾਨ ਆ ਉਹ ਨਹੀਂ ਲਿੱਤੀ ਜਾਣੀ ਚਾਹੀਦੀ, ਤੁਹਾਨੂੰ ਕੋਈ ਹੱਕ ਨਹੀਂ ਗਾ ਜਾਨ ਲੈਣ ਦਾ। ਨਾ ਹੁਣ ਜੇ ਜਦੋਂ ਆਪਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨੀਆਂ, ਸੈਕੰਡ ਕ੍ਰਾਈਟੀਰੀਆ ਅਕਰੋਸ ਦਾ ਵਰਲਡ ਧਰਮ ਇਹ ਕਹਿੰਦੇ ਆ ਕਿਸੇ ਦਾ ਦਿਲ ਨਹੀਂ ਦੁਖਾਉਣਾ, ਸਾਰੇ ਧਰਮ ਕਹਿੰਦੇ ਆ, ਇਹ ਨਹੀਂ ਗਾ ਵੀ ਇੱਕ ਧਰਮ ਕਹਿੰਦਾ, ਸਾਰੇ ਧਰਮ ਕਹਿੰਦੇ ਆ ਇਹ ਯੂਨੀਵਰਸਲ ਆ ਇਹ ਵੀ ਕਿਸੇ ਦਾ ਦਿਲ ਨਹੀਂ ਦਿਖਾਉਣਾ। ਹੁਣ ਕਿੰਨੀ ਕੁ ਵਾਰੀ ਆਪਾਂ ਘਰਾਂ 'ਚ ਇਹ ਡਿਸਕਸ਼ਨ ਕਰਦੇ ਹਾਂ ਬੱਚੇ ਨੂੰ ਵੀ ਤੁਸੀਂ ਯੂਨੀਵਰਸਲੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਜਾਂ ਵੀ ਲਾਈਫ ਸੀਕਰਡ ਆ, ਵੀ ਡੋਂਟ ਡੂ ਇਟ, ਔਰ ਕੋਈ ਐਕਟ ਨਹੀਂ ਕਰਦਾ, ਇਹ ਨਹੀਂ ਗਾ ਵੀ ਆਪਾਂ ਹੀ ਨਹੀਂ ਐਕਟ ਕਰਦੇ, ਕੋਈ ਵੀ ਨਹੀਂ ਐਕਟ ਕਰਦਾ ਇਹਨਾਂ 'ਤੇ, ਇਸ ਕਰਕੇ ਤੁਸੀਂ ਦੇਖੋਗੇ ਵੀ ਗੁੱਸਾ ਵੀ ਬਹੁਤ ਆ। ਔਰ ਸਾਰਿਆਂ ਨੇ ਇਹ ਪਿਛਲੇ ਵਾਰੀ ਵੀ ਆਪਾਂ ਗੱਲ ਕੀਤੀ ਸੀ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੰਜ ਚੀਜ਼ਾਂ 'ਤੇ ਯੂਨੀਵਰਸਲੀ ਐਕਸੈਪਟਡ ਨੋਰਮਸ ਆ ਇਹ ਸਿਵਿਲਾਈਜੇਸ਼ਨ ਦੇ, ਉਹਨਾਂ ਨੇ ਬੜੀਆਂ ਰੀਸਰਚ ਕਰਕੇ, ਬੜੀਆਂ ਐਕਸਪੀਰੀਅੰਸ ਕਰਕੇ ਉਹਨਾਂ ਨੇ ਇਹ ਕਿਹਾ ਵੀ ਯਾਰ ਇਹ ਚੀਜ਼ਾਂ ਵਾਕਈ ਮਨੁੱਖ ਨੂੰ ਖਰਾਬ ਕਰਦੀਆਂ, ਇਹਨਾਂ ਦੇ ਬਾਰੇ ਕੁਛ ਕੀਤਾ ਜਾਣਾ ਚਾਹੀਦਾ। ਸੋ 5000 ਸਾਲ ਤੋਂ ਸ਼ੋਰ ਪਾਈ ਜਾਂਦੇ ਆ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚੋ, ਕੋਈ ਨਹੀਂ ਬਚ ਰਿਹਾ। ਉਹਦਾ ਰੀਜ਼ਨ ਇਸੇ ਕਰਕੇ ਆ ਕਿ ਜਿਹੜੀਆਂ ਕੋਰ ਸਟਰਗਲਸ ਹੋਣੀਆਂ ਚਾਹੀਦੀਆਂ ਘਰ ਦੇ ਵਿੱਚ ਬੈਠ ਕੇ ਡਿਸਕਸ ਕਰਨੀਆਂ ਚਾਹੀਦੀਆਂ ਬੱਚੇ ਦੀ, ਉਹਦੇ ਬਾਰੇ ਆਪਣੇ ਕੋਲ ਟਾਈਮ ਹੀ ਹੈ ਨਹੀਂ, ਨੋਬਡੀ ਡਿਸਕਸਿਸ, ਕੋਈ ਪੇਰੈਂਟ ਨਹੀਂ ਬੈਠ ਕੇ ਆਪਣੇ ਬੱਚੇ ਨੂੰ ਕਹਿੰਦਾ ਵੀ ਓਕੇ ਲੈਟਸ ਲੁੱਕ ਐਟ ਦੀਜ਼ 5 ਫਿਲੋਸੋਫੀਕਲ ਪ੍ਰਿੰਸੀਪਲਸ ਜਿਹੜੀਆਂ ਕਹਿੰਦੇ ਆ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆ, ਇਹਦੇ ਬਾਰੇ ਆਪਾਂ ਪਹਿਲਾਂ ਡੀਪ 'ਚ ਡਿਸਕਸ਼ਨ ਕਰੀਏ ਵੀ ਹੈ ਕੀ ਚੀਜ਼ਾਂ, ਪਹਿਲਾਂ ਇਹਨੂੰ ਆਪ ਖੁਦ ਸਮਝੀਏ ਫਿਰ ਬੱਚੇ ਨੂੰ ਸਮਝਾਈਏ। ਪਰ ਇਹਦੇ ਬਾਰੇ ਤਾਂ ਡਿਸਕਸ਼ਨ ਨਹੀਂ ਹੁੰਦੀ, ਡਿਸਕਸ਼ਨ ਤਾਂ ਇਸ ਬਾਰੇ ਹੁੰਦੀ ਆ ਵੀ ਤੁਸੀਂ ਗੁਰਦੁਆਰੇ ਜਾਣਾ, ਮਸਜਿਦ ਜਾਣਾ, ਮੰਦਰ ਜਾਣਾ, ਜਾਓ ਆਪਣਾ ਜਿਹੜਾ ਤੁਸੀਂ ਘੰਟਾ 2 ਘੰਟੇ ਲਾਉਣੇ ਆ ਲਾਓ, ਬਾਕੀ ਦੇ ਘਰ 'ਚ ਆ ਜਾਓ ਅਤੇ ਫਿਰ ਉਹੀ ਕਰੋ ਜਿਹੜਾ ਕੁਛ ਕਰਨਾ। ਇਸ ਕਰਕੇ ਬਿਹੇਵੀਅਰ ਤਾਂ ਚੇਂਜ ਹੋ ਹੀ ਨਹੀਂ ਰਿਹਾ, ਦੇਰ ਇਜ਼ ਨੋ ਨੋ ਬਿਹੇਵੀਅਰ ਚੇਂਜ, ਉਸੇ ਤਰ੍ਹਾਂ ਚੱਲੀ ਜਾਂਦਾ। ਸੋ ਜਿਹੜੇ ਜਿਹੜਾ ਕੰਟਰੀ 'ਚ ਇੰਨੇ ਜ਼ਿਆਦਾ ਧਾਰਮਿਕ ਆ, ਜਿਵੇਂ ਇੰਡੀਆ ਬਹੁਤ ਜ਼ਿਆਦਾ ਧਰਮਾਂ ਦਾ ਬਣਿਆ ਹੋਇਆ, ਸਾਰੇ ਨਾਲ ਜ਼ਿਆਦਾ ਕਰਪਸ਼ਨ ਉੱਥੇ ਕਿਉਂ ਆ? ਆਖਿਰ ਕਿਤੇ ਤਾਂ ਵੈਲਿਊ ਸਿਸਟਮ ਇਨ ਸਿੰਕ ਨਹੀਂ ਗੀ, ਪ੍ਰਿੰਸੀਪਲ ਹੈ ਨੋ ਪ੍ਰਿੰਸੀਪਲ। ਇੰਨਾ ਮਾੜਾ ਹਾਲ ਆ ਪੰਜਾਬ 'ਚ ਕਿ ਤੁਸੀਂ ਆਪਣੀ ਧੀ ਨੂੰ ਬਾਹਰ ਨਹੀਂ ਕੱਢ ਸਕਦੇ, ਵੀ ਤੁਸੀਂ ਇਹ ਨਹੀਂ ਅਫੋਰਡ ਕਰ ਸਕਦੇ ਵੀ ਤੁਸੀਂ ਉਹਨੂੰ ਕਹੋਗੇ ਜਾਂ 8 ਵਜੇ ਕੋਈ ਨਹੀਂ, ਤੂੰ ਰਿਕਸ਼ਾ ਲੈ ਕੇ ਅਤੇ ਜਾਂ ਸਕੂਟਰ ਲੈ ਕੇ ਅਤੇ ਤੂੰ ਉੱਥੋਂ ਫਲਾਣੀ ਜਗ੍ਹਾ ਤੋਂ ਬੱਸ ਲੈ ਕੇ ਅਤੇ ਘਰ ਪਹੁੰਚੀ, ਯੂ ਕੈਂਟ, ਯੂ ਹੈਵ ਟੂ ਗੋ ਵਿਦ ਹਰ। ਆਹ ਸਟੈਂਡਰਡ ਕਰਤਾ ਅਸੀਂ ਪੰਜਾਬ ਦਾ, ਦਿਸ ਇਜ਼ ਏ ਸਟੈਂਡਰਡ। ਸੋ ਕਿਹੜਾ ਵੈਲਿਊ ਸਿਸਟਮ ਦੀ ਆਪਾਂ ਗੱਲ ਕਰਦੇ ਹਾਂ ਵੀ ਮਤਲਬ ਕਿ ਸਾਡਾ ਪ੍ਰਿੰਸੀਪਲਸ ਬਹੁਤ ਵਧੀਆ ਅਤੇ ਅਸੀਂ ਸਿਵਿਲਾਈਜੇਸ਼ਨ ਬਹੁਤ ਵਧੀਆ ਅਤੇ ਅਸੀਂ ਰਾਈਟ। ਇਸ ਕਰਕੇ ਇਹ ਬਹੁਤ ਇੰਪੋਰਟੈਂਟ ਆ ਜਦੋਂ ਆਪਾਂ ਬਿਹੇਵੀਅਰ ਚੇਂਜ ਦੀ ਜਾਂ ਚੇਂਜਿੰਗ ਬਿਹੇਵੀਅਰਸ ਦੀ ਗੱਲ ਕਰਦੇ ਹਾਂ ਵੀ ਆਪਣਾ ਬਿਹੇਵੀਅਰ ਚੇਂਜ ਹੋ ਜਾਵੇ, ਉਹਦੇ ਵਿੱਚ ਇਹਦਾ ਬਹੁਤ ਵੱਡਾ ਰੋਲ ਆ। ਤੁਸੀਂ ਇਹਨੂੰ ਪਹਿਲਾਂ ਆਪਣੀ ਵੈਲਿਊਜ਼ ਨੂੰ ਥੋੜ੍ਹਾ ਜਿਹਾ ਦੇਖੋ ਵੀ ਐਵੇਂ ਤਾਂ ਨਹੀਂ ਮੈਂ ਫੜੀ ਬੈਠਾ ਕੁਛ ਵੈਲਿਊਜ਼ ਜਿਹਦਾ ਕੋਈ ਜਿਹਦੀ ਕੋਈ ਇੰਪੋਰਟੈਂਸ ਹੀ ਨਹੀਂ ਗੀ ਰਾਈਟ ਨਾਓ, ਲਾਈਕ ਵਟ ਇੰਪੋਰਟੈਂਸ ਡਸ ਇਟ ਹੈਵ ਐਟ ਦਿਸ ਮੋਮੈਂਟ। ਯਾ ਸੋ ਕਹਿਣ ਤੋਂ ਮੇਰਾ ਭਾਵ ਆ ਕਿ ਵੀ ਨੀਡ ਟੂ ਲੁੱਕ ਐਟ ਆਵਰ ਵੈਲਿਊ ਸਿਸਟਮ। ਸੋ ਜੇ ਤੁਹਾਨੂੰ ਗੁੱਸਾ ਬਹੁਤ ਆਉਂਦਾ, ਤੁਸੀਂ ਆਪਣੇ ਵੈਲਿਊ ਸਿਸਟਮ ਨੂੰ ਦੇਖੋ ਵੀ ਕਾਹਤੇ ਗੁੱਸਾ ਆਉਂਦਾ, ਲਾਈਕ ਵਟ ਇਜ਼ ਇਟ ਦੈਟ ਆਈ ਐਮ ਸਟਰਗਲਿੰਗ, ਵਟ ਇਜ਼ ਮਾਈ ਵੈਲਿਊ ਸਿਸਟਮ, ਵੈਲਿਊ ਸਿਸਟਮ ਮੇਰਾ ਕੀ ਆ, ਐਂਡ ਦੈਨ ਉਹਨੂੰ 'ਚ ਕੁਛ ਸ਼ਿਫਟ ਕਰ ਸਕਦਾ ਮੈਂ ਥੋੜ੍ਹੀ ਬਹੁਤੀ, ਕੈਨ ਆਈ ਡੂ ਇਟ। ਔਰ ਸਰਟਨ ਪ੍ਰਿੰਸੀਪਲ 'ਤੇ ਤਾਂ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਫਿੱਟ ਆਉਣਾ।
ਸੋ ਹਿਊਮਨ ਬੀਇੰਗ ਦੀ ਡੈਫੀਨੇਸ਼ਨ ਕੀ ਆ, ਲਾਈਕ ਵਟ ਇਜ਼ ਅ ਹਿਊਮਨ ਬੀਇੰਗ, ਰਾਈਟ? ਹਰ ਇੱਕ ਧਰਮ ਨੇ ਆਪਣੇ ਆਪਣੇ, ਹਰ ਇੱਕ ਧਰਮ ਦੇ ਪੀਰ ਪੈਗੰਬਰ ਨੇ ਆਪਣੇ ਆਪਣੇ ਹਿਸਾਬ ਦੇ ਨਾਲ ਉਹਨਾਂ ਨੇ ਹਿਊਮਨ ਬੀਇੰਗ ਦੀ ਡੈਫੀਨੇਸ਼ਨ ਦਿੱਤੀ ਆ ਵੀ ਕੈਰੈਕਟਰਿਸਟਿਕਸ ਇੱਕ ਹਿਊਮਨ ਬੀਇੰਗ 'ਚ ਕਿਹੜੀਆਂ ਹੋਣੀਆਂ ਚਾਹੀਦੀਆਂ। ਮੇਰੇ ਕੋਲ ਸਿਰਫ ਸਿੱਖ ਧਰਮ ਦੀਆਂ ਹਿਊਮਨ ਬੀਇੰਗ ਦੀਆਂ ਹੈਗੀਆਂ। ਪ੍ਰੋਫਿਟ ਮੁਹੰਮਦ ਸਾਹਿਬ ਨੇ ਆਪਣੇ ਹਿਸਾਬ ਨਾਲ ਹਿਊਮਨ ਬੀਇੰਗ ਦੀ ਡੈਫੀਨੇਸ਼ਨ ਕੀਤੀ ਆ। ਕ੍ਰਿਸ਼ਨ ਜੀ ਨੇ ਆਪਣੇ ਹਿਸਾਬ ਨਾਲ ਗੀਤਾ ਦੇ ਵਿੱਚ, ਹਿੰਦੂ ਧਰਮ ਦੇ ਵਿੱਚ ਉਹਨਾਂ ਨੇ ਹਿਊਮਨ ਬੀਇੰਗ ਦੀ ਡੈਫੀਨੇਸ਼ਨ ਦਿੱਤੀ ਆ ਵੀ ਇੱਕ ਹਿਊਮਨ ਬੀਇੰਗ ਕਿਹੋ ਜਿਹਾ ਹੋਣਾ ਚਾਹੀਦਾ। ਮਹਾਤਮਾ ਬੁੱਧ ਨੇ ਆਪਣੇ ਹਿਸਾਬ ਨਾਲ ਡੈਫੀਨੇਸ਼ਨ ਦਿੱਤੀ ਆ ਹਿਊਮਨ ਬੀਇੰਗ ਦੀ। ਪਰ ਉਹਦੇ 'ਚ ਅਗਰ ਤੁਸੀਂ ਕੰਪੈਰੇਟਿਵ ਰਿਲੀਜਨ ਦੀ ਥੋੜ੍ਹੀ ਜਿਹੀ ਸਟੱਡੀ ਕਰੋ, ਤੁਹਾਨੂੰ ਪਤਾ ਲੱਗੂਗਾ ਵੀ ਸਰਟਨ ਕੋਰ ਵੈਲਿਊਜ਼ ਸਾਰੇ ਪੀਰ ਪੈਗੰਬਰਾਂ ਨੇ ਇੱਕੋ ਜਿਹੀਆਂ ਰੱਖੀਆਂ। ਵੈਰੀ ਫੈਸੀਨੇਟਿੰਗ ਆ। ਆਪਣਾ ਗੁਰੂ ਵੀ ਕਹਿੰਦਾ ਵੀ ਜੇ ਤੁਸੀਂ ਪਿਆਰ ਕਰੋਗੇ, ਪ੍ਰੇਮ ਕਰੋਗੇ ਤਾਂ ਤੁਹਾਨੂੰ ਰੱਬ ਦੀ ਪ੍ਰਾਪਤੀ ਹੋ ਸਕਦੀ ਆ। ਸੋ ਸਿੱਖ ਧਰਮ ਦੇ ਵਿੱਚ ਪਿਆਰ ਦੇ ਨਾਲ ਰੱਬ ਕੋਲ ਪਹੁੰਚਿਆ ਜਾ ਸਕਦਾ, ਪਾਠ ਕਰਨ ਨਾਲ ਨਹੀਂ ਪਹੁੰਚਿਆ ਜਾ ਸਕਦਾ। ਕਿਸੇ ਗੁਰੂ ਨੇ ਨਹੀਂ ਲਿਖਿਆ ਵੀ ਜੇ ਤੁਸੀਂ ਪਾਠ ਕਰੋਗੇ, ਅਖੰਡ ਪਾਠ ਕਰੋਗੇ ਤਾਂ ਤੁਸੀਂ ਰੱਬ ਕੋਲ ਪਹੁੰਚੋਗੇ। ਦੱਸ ਨਾ ਤਾਂ ਕ੍ਰਾਈਟੀਰੀਆ ਇਨ ਸਿੱਖਇਜ਼ਮ, ਕਿਉਂਕਿ ਗਿਆਨ ਨਹੀਂ ਗਾ ਨਾ, ਪੜ੍ਹੇ ਨਹੀਂ ਗੇ। ਗੁਰੂ ਸਾਹਿਬ ਨੇ ਲਿਖਿਆ ਕਿ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਉਹਨਾਂ ਨੇ ਇਹ ਨਹੀਂ ਕਿਹਾ ਵੀ ਜਿੰਨੇ ਪਾਠ ਜ਼ਿਆਦਾ ਕਰੋਗੇ ਤਾਂ ਤੁਹਾਨੂੰ ਪ੍ਰਭ ਮਿਲੇਗਾ, ਇਹ ਨਹੀਂ ਲਿਖਿਆ ਕਿਤੇ। ਦੈਟਸ ਨਾਟ ਅ ਕ੍ਰਾਈਟੀਰੀਆ, ਇਹ ਕ੍ਰਾਈਟੀਰੀਆ ਨਹੀਂ ਗਾ, ਰਾਈਟ? ਸੋ ਕਿ ਹਿਊਮਨ ਬੀਇੰਗ ਦੇ ਪ੍ਰਿੰਸੀਪਲਸ ਕੀ ਆ, ਮੈਂ ਤੁਹਾਨੂੰ ਪ੍ਰਿੰਸੀਪਲ ਸਿੱਖ ਧਰਮ ਦੇ ਦੱਸਦਾ, ਫਿਰ ਤੁਸੀਂ ਆਪਣੇ ਜਿਹੜੇ ਮਤਲਬ ਕਿ ਇਸਲਾਮ ਆ ਉਹ ਤੁਸੀਂ ਪ੍ਰੋਫਿਟ ਮੁਹੰਮਦ ਸਾਹਿਬ ਦੇ ਪੜ੍ਹੋ, ਉਹ ਤੁਹਾਨੂੰ ਦੱਸਣਗੇ ਵੀ ਸਾਡੇ ਮਤਲਬ ਕਿ ਪ੍ਰਿੰਸੀਪਲਸ ਕੀ ਆ। ਗੁਰੂ ਅਰਜਨ ਦੇਵ ਕਹਿੰਦੇ ਆ ਕਿ ਸੱਚ ਵਰਤ, ਸੰਤੋਖ ਤੀਰਥ, ਗਿਆਨ, ਧਿਆਨ, ਇਸ਼ਨਾਨ, ਦਇਆ, ਦੇਵਤਾ, ਖਿਮਾ, ਜਪ, ਮਾਲੀ, ਇਹ ਮਾਨਸ ਪ੍ਰਧਾਨ। ਇਹ ਗੁਰੂ ਅਰਜਨ ਦੇਵ ਦਾ, ਉਹਨਾਂ ਨੇ ਇੱਕ ਹਿਊਮਨ ਬੀਇੰਗ ਨੂੰ ਡਿਫਾਈਨ ਕੀਤਾ। ਹਿਊਮਨ ਬੀਇੰਗ ਕੀ ਆ, ਉਹਦੇ 'ਚ ਕਿਹੜੇ ਕਿਹੜੇ ਕੈਰੈਕਟਰਿਸਟਿਕਸ ਹੋਣੇ ਚਾਹੀਦੇ ਆ ਇੱਕ ਹਿਊਮਨ ਬੀਇੰਗ ਦੇ ਵਿੱਚ। ਹਿਊਮਨ ਬੀਇੰਗ 'ਚ ਸੱਚ ਹੋਣਾ ਚਾਹੀਦਾ। ਕੰਪੈਰੀਜ਼ਨ ਕਿਹਦੇ ਨਾਲ ਕੀਤਾ ਉਹਨਾਂ ਨੇ? ਵਰਤ ਨਾਲ। ਵਰਤ ਕਿਹੜਾ ਹੁੰਦਾ? ਉਸ ਜ਼ਮਾਨੇ ਦੇ ਵਿੱਚ ਵਰਤ ਰੱਖੇ ਜਾਂਦੇ ਸੀਗੇ। ਹਿੰਦੂ ਔਰਤਾਂ ਵੀ ਵਰਤ ਰੱਖਦੀਆਂ, ਰਾਈਟ? ਸੋ ਜਦੋਂ ਤੁਸੀਂ ਵਰਤ ਰੱਖਦੇ ਹੋ, ਕੁਛ ਪਵਿੱਤਰਤਾ ਤੁਸੀਂ ਕਰਦੇ ਹੋ, ਤੁਸੀਂ ਖਾਸ ਸਵੇਰੇ ਉੱਠਦੇ ਹੋ, ਤੁਸੀਂ ਨਹਾਉਂਦੇ ਹੋ, ਫਿਰ ਤੁਸੀਂ ਖਾਣਾ ਬਣਾਉਂਦੇ ਹੋ, ਫਿਰ ਤੁਸੀਂ ਵਰਤ ਰੱਖਦੇ ਹੋ ਅਤੇ ਸ਼ਾਮ ਨੂੰ ਤੁਸੀਂ ਫਿਰ ਖਾਂਦੇ ਹੋ, ਸੋ ਸਲਟਨ ਤੁਸੀਂ ਪ੍ਰੀ ਕੰਡੀਸ਼ਨਸ ਕ੍ਰੀਏਟ ਕਰਦੇ ਹੋ ਉਸ ਵਰਤ ਦੀਆਂ। ਉਹਦੇ ਵਾਂਗੂ ਕਹਿੰਦਾ ਤੁਸੀਂ ਸੱਚ ਬੋਲੋ। ਸੰਤੋਖ ਤੀਰਥ, ਸੱਚ ਤਾਂ ਹੋ ਗਿਆ ਟਰੁੱਥ ਲਿਵਿੰਗ, ਸੰਤੋਖ ਹੋ ਗਿਆ ਕੰਟੈਂਟਮੈਂਟ। ਕਿਹੋ ਜੀ ਤੀਰਥ ਯਾਤਰਾ ਨਹੀਂ ਹੁੰਦੀ, ਤੀਰਥ 'ਤੇ ਜਾਂਦੇ ਆ ਜਿੰਨੇ ਵੀ ਆਪਣੇ ਮੁਸਲਮਾਨ ਵੀਰ ਅਤੇ ਭੈਣਾਂ, ਉਹ ਹੱਜ 'ਤੇ ਜਾਂਦੀਆਂ, ਉਹ ਵੀ ਇੱਕ ਕਿਸਮ ਦਾ ਤੀਰਥ ਆ। ਹਿੰਦੂ ਵੀਰ ਭੈਣਾਂ ਵੀ ਜਾਂਦੀਆਂ ਤੀਰਥ 'ਤੇ। ਇਸੇ ਤਰ੍ਹਾਂ ਹੀ ਉਹ ਕਹਿੰਦੇ ਵੀ ਕਿਸ ਤਰ੍ਹਾਂ ਦਾ ਤੀਰਥ ਹੋਵੇ ਤੁਹਾਡਾ ਜਿਹਦੇ 'ਚ ਤੁਹਾਨੂੰ ਸੰਤੋਖ ਮਿਲੇ। ਜੇ ਇਹਦਾ ਮਤਲਬ ਤੁਹਾਡੀ ਜਿਹੜੀ ਬੇਸਿਕ ਕੁਆਲਿਟੀ ਆ ਉਹ ਕੰਟੈਂਟਮੈਂਟ ਵਾਲੀ ਹੋਣੀ ਚਾਹੀਦੀ, ਤੁਸੀਂ ਕੰਟੈਂਟ ਹੋਣੇ ਚਾਹੀਦੇ ਆ, ਤੁਹਾਨੂੰ ਭਾਜੜ ਨਾ ਹੋਵੇ, ਕੰਟੀਨਿਊਸਲੀ ਤੁਸੀਂ ਭੱਜੇ ਫਿਰਦੇ ਹੋ, ਭੱਜੇ ਫਿਰਦੇ ਹੋ, ਭੱਜੇ ਫਿਰਦੇ ਹੋ, ਕਾਮ ਡਾਊਨ ਹੋ ਕੇ, ਰਾਈਟ? ਸੰਤੋਖ ਹੋਣਾ ਚਾਹੀਦਾ। ਫਿਰ ਉਹ ਕਹਿੰਦੇ ਆ ਵੀ ਤੁਸੀਂ ਨਹਾਉਣਾ ਕਿਸ ਚੀਜ਼ ਦਾ? ਆਪਾਂ ਦੋ ਚੀਜ਼ਾਂ ਨਾਲ ਨਹਾਉਂਦੇ ਹਾਂ, ਪਾਣੀ ਨਾਲ ਅਤੇ ਸਾਬਣ ਨਾਲ। ਇਸ਼ਨਾਨ ਕਰਦੇ ਹਾਂ ਨਾ ਦੋ ਚੀਜ਼ਾਂ ਦਾ, ਪਾਣੀ ਅਤੇ ਸਾਬਣ ਨਾਲ। ਗੁਰੂ ਸਾਹਿਬ ਕਹਿੰਦੇ ਆ ਵੀ ਤੁਸੀਂ ਦੋ ਚੀਜ਼ਾਂ ਦਾ ਇਸ਼ਨਾਨ ਕਰੋ। ਇਸ਼ਨਾਨ ਦਾ ਮਤਲਬ ਨਹਾਉਣਾ, ਟੇਕਿੰਗ ਏ ਬੈਥ। ਕਾਹਦਾ? ਗਿਆਨ ਦਾ ਅਤੇ ਧਿਆਨ ਦਾ। ਧਿਆਨ ਦਾ ਮਤਲਬ ਹੈਗਾ ਕੰਸਨਟ੍ਰੇਸ਼ਨ, ਤੁਸੀਂ ਕਿਸੇ ਚੀਜ਼ 'ਤੇ ਕੰਸਨਟ੍ਰੇਸ਼ਨ ਕਰੋ। ਗਿਆਨ ਦਾ ਮਤਲਬ ਹੈਗਾ ਵਿਜ਼ਡਮ ਅਤੇ ਨੌਲੇਜ। ਸੋ ਕਿਸ ਚੀਜ਼ ਦਾ ਕਹਿੰਦੇ ਤੁਸੀਂ ਨਹਾਉਣਾ, ਕਿਸ ਚੀਜ਼ ਦਾ?
ਕਹਿੰਦੇ ਗਿਆਨ ਨਾਲ ਅਤੇ ਧਿਆਨ ਨਾਲ। ਕਹਿੰਦੇ ਫਿਰ ਦਇਆ ਦੇਵਤਾ, ਦੇਵਤਿਆਂ ਵਾਂਗੂ ਦਇਆ ਕਰੋ, ਕੰਪੈਸ਼ਨ। ਖਿਮਾ ਜਪ ਮਾਲੀ, ਮਾਲੀ ਤੋਂ ਇੱਥੇ ਉਹਨਾਂ ਦਾ ਮਤਲਬ ਹੈਗਾ ਰੋਜ਼ਰੀ, ਜਿਹੜੀ ਮਾਲਾ ਹੁੰਦੀ ਆ। ਖਿਮਾ ਦਾ ਮਤਲਬ ਹੈਗਾ ਫਰਗਿਵਨੈਸ। ਸੋ ਕਿੰਨੀਆਂ ਕੁਆਲਿਟੀਜ਼ ਹੈਗੀਆਂ? ਇੱਕ, ਦੋ, ਤਿੰਨ, ਚਾਰ, ਪੰਜ, ਛੇ। ਛੇ ਕੁਆਲਿਟੀਜ਼ ਆ ਇੱਕ ਇਨਸਾਨ 'ਚ, ਇਹ ਮਾਨਸ ਪ੍ਰਧਾਨ, ਆਹ ਜਿਹੜਾ ਹਿਊਮਨ ਬੀਂਗ ਆ ਇਹ ਸੁਪਰੀਮ ਆ, ਜਿਹਦੇ 'ਚ ਆਹ ਛੇ ਕੁਆਲਿਟੀਜ਼ ਆ। ਸੋ ਜੇ ਆਪਾਂ ਨੇ ਬੱਚਿਆਂ ਨੂੰ ਵਧੀਆ ਬਣਾਉਣਾ, ਆਹ ਛੇ ਕੁਆਲਿਟੀਜ਼ ਦੇ ਬਾਰੇ ਬੱਚਿਆਂ ਨਾਲ ਗੱਲ ਕੀਤੀ ਜਾ ਸਕਦੀ ਆ। ਰਾਈਟ, ਦੈਨ ਵੀ ਕੈਨ ਡੂ ਇਟ। ਆਪਾਂ ਕਹਿ ਸਕਦੇ ਹਾਂ ਵੀ ਇੱਕ ਹਿਊਮਨ ਬੀਂਗ ਦੇ ਵਿੱਚ ਟਰੁੱਥਨੈਸ ਵੀ ਹੋਣੀ ਚਾਹੀਦੀ ਆ, ਹਿੰਮਤ ਹੋਣੀ ਚਾਹੀਦੀ ਆ ਸੱਚ ਬੋਲਣ ਦੀ, ਕੰਟੈਂਟਮੈਂਟ ਹੋਣੀ ਚਾਹੀਦੀ ਆ, ਵਿਜ਼ਡਮ ਅਤੇ ਨੌਲੇਜ ਹੋਣਾ ਚਾਹੀਦਾ, ਕੰਪੈਸ਼ਨ ਹੋਣਾ ਚਾਹੀਦਾ, ਦਇਆ ਹੋਣੀ ਚਾਹੀਦੀ ਆ, ਫੋਰਗਿਵਨੈਸ ਹੋਣੀ ਚਾਹੀਦੀ ਆ, ਅਗਰ ਕਿਸੇ ਨੇ ਉਹਨੂੰ ਗਲਤ ਕੀਤਾ ਉਹਨੂੰ ਮਾਫ਼ ਕੀਤਾ ਜਾਵੇ। ਕਿੰਨੇ ਵਾਰੀ ਜਿੰਨੇ ਕਹਿੰਦੀ ਮਾਲਾ 'ਚ ਮਣ ਕੇ ਆ, ਖਿਮਾ ਜਪ ਮਾਲੀ, ਜਿੰਨੇ ਤੁਹਾਡੇ ਮਾਲਾ ਦੇ ਵਿੱਚ ਮਣ ਕੇ ਆ ਉਨੀ ਵਾਰੀ ਤੁਸੀਂ ਉਹਨੂੰ ਮਾਫ਼ ਕਰ ਦਿੱਤਾ ਜਾਵੇ। ਅਤੇ ਕੰਸਨਟ੍ਰੇਸ਼ਨ ਹੋਣੀ ਚਾਹੀਦੀ ਆ। ਆਹ ਕੁਆਲਿਟੀਜ਼ ਹਿਊਮਨ ਬੀਂਗ ਦੀਆਂ ਪ੍ਰਿੰਸੀਪਲਸ 'ਤੇ ਡਿਫਾਈਨ ਕੀਤੀਆਂ। ਇਹੀ ਤੁਸੀਂ ਕ੍ਰਿਸ਼ਨ ਜੀ ਨੂੰ ਪੜ੍ਹੋਗੇ, ਸਿਮਿਲਰ ਕ੍ਰਿਸ਼ਨ ਜੀ ਦੀਆਂ, ਇਹੀ ਪ੍ਰੋਫਿਟ ਮੁਹੰਮਦ ਸਾਹਿਬ ਦੀਆਂ, ਇਹੀ ਮਹਾਤਮਾ ਬੁੱਧ ਦੀਆਂ ਕੁਆਲਿਟੀਜ਼ ਆ, ਵੀ ਹਿਊਮਨ ਬੀਂਗ ਦੀਆਂ ਕੁਆਲਿਟੀਜ਼ ਕੀ ਆ, ਕਿਹੜੀ ਚੀਜ਼ ਆਪਾਂ ਨੂੰ ਐਨੀਮਲਸ ਤੋਂ ਡਿਫਰੈਂਟਲੀ ਖੜ੍ਹਾ ਕਰਦੀ ਆ, ਐਨੀਮਲਸ ਤੋਂ ਕਿਹੜੀ ਚੀਜ਼ ਆਪਾਂ ਨੂੰ ਡਿਫਰੈਂਟ ਕਰਦੀ ਆ। ਦੀਜ਼ ਆਰ ਸਮ ਆਫ ਦਾ ਕੁਆਲਿਟੀਜ਼ ਦੈਟ ਮੇਕ ਅਸ ਡਿਫਰੈਂਟ। ਆਹ ਚੀਜ਼ਾਂ ਡਿਫਰੈਂਟ ਕਰਦੀਆਂ ਆਪਾਂ ਨੂੰ, ਪਰ ਜੇ ਹੈ ਨਹੀਂ ਗਿਆ ਤਾਂ ਫਿਰ ਤਾਂ ਵੀ ਕੈਨ ਡੂ ਵਟ ਐਵਰ ਵੀ ਵਾਂਟ। ਸੋ ਇਸ ਕਰਕੇ ਜੇ ਆਪਾਂ ਜਦੋਂ ਆਪਾਂ ਬਿਹੇਵੀਅਰ ਚੇਂਜ ਦੀ ਗੱਲ ਕਰਦੇ ਹਾਂ, ਜੇ ਆਪਾਂ ਆਹ ਸਾਰੀਆਂ ਚੀਜ਼ਾਂ ਨਹੀਂ ਕਰਦੇ, ਆਪਣੀਆਂ ਬਹੁਤ ਸਾਰੀਆਂ ਪ੍ਰੋਬਲਮਸ, ਆਪਣੀਆਂ ਲੈਕ ਆਫ ਫਰਗਿਵਨੈਸ ਕਰਕੇ ਆ ਆਪਾਂ ਲੜਾਈਆਂ ਕਰਦੇ ਹਾਂ, ਜਿੱਦ ਹੁੰਦੀਆਂ, ਕਲੇਸ਼ ਹੁੰਦਾ ਘਰ 'ਚ, ਕਿਉਂਕਿ ਅਸੀਂ ਕਿਸੇ ਨੂੰ ਮਾਫ਼ ਨਹੀਂ ਕਰਦੇ, ਤੂੰ ਕਿਹਾ ਸੀ ਮੈਨੂੰ, 20-20 ਸਾਲ ਆਪਾਂ ਉਹ ਪ੍ਰੋਬਲਮ ਨੂੰ ਪਕੜ ਕੇ ਰੱਖਦੇ ਹਾਂ। ਸੋ ਇਸ ਤਰ੍ਹਾਂ ਦੀਆਂ ਅਗਰ ਤੁਸੀਂ ਵੈਲਿਊਜ਼ ਨੂੰ ਤੁਸੀਂ ਦੇਖੋ, ਬਹੁਤ ਸਾਰੀਆਂ ਜਿਹੜੀਆਂ ਵੈਲਿਊਜ਼ ਆ ਉਹ ਇਹਨਾਂ ਦੇ ਡੈਡ ਸੈੱਟ ਆਪਾਂ ਅਗੇਂਸਟ ਲਈ ਬੈਠੇ ਹਾਂ, ਫਿਰ ਇਸੇ ਕਰਕੇ ਘਰ 'ਚ ਕਲੇਸ਼ ਹੁੰਦਾ, ਹੋਰ ਤਾਂ ਕਿਸੇ ਕਰਕੇ ਨਹੀਂ ਹੁੰਦਾ। ਸੋ ਆਹ ਜਿਹੜੇ ਵੱਡੇ ਪ੍ਰਿੰਸੀਪਲਸ ਆ, ਆਹ ਜਿਹੜੇ ਜ਼ਿੰਦਗੀ ਦੇ ਪ੍ਰਿੰਸੀਪਲਸ ਆ, ਇਹਨਾਂ ਨੂੰ ਤੁਸੀਂ ਆਪਣੇ ਵੈਲਿਊਜ਼ ਨਾਲ ਕੰਪੇਅਰ ਕਰਕੇ ਦੇਖੋ ਵੀ ਤੁਸੀਂ ਜਿਹੜੀਆਂ ਤੁਸੀਂ ਪਕੜ ਰੱਖੀ ਆ, ਸੋਚ ਆ ਜਿਸ 'ਤੇ ਤੁਸੀਂ ਬਣੇ ਹੋਏ ਹੋ, ਉਹ ਫਿੱਟ ਹੁੰਦੀਆਂ ਇਹਨਾਂ ਚੀਜ਼ਾਂ 'ਚ? ਉਹ ਕਾਇੰਡਨੈਸ 'ਚ, ਕੰਪੈਸ਼ਨ 'ਚ ਕਿਤੇ ਫਿੱਟ ਹੁੰਦੀ ਆ ਤੁਹਾਡੀ ਵੈਲਿਊਜ਼? ਅਗਰ ਨਹੀਂ ਹੁੰਦੀ ਤਾਂ ਯੂ ਵਿਲ ਹੈਵ ਟੂ ਮੇਕ ਅ ਸ਼ਿਫਟ। ਨਹੀਂ ਕਰੋਗੇ ਤਾਂ ਪ੍ਰੋਬਲਮਸ ਤਾਂ ਫਿਰ ਹੈਗੀਆਂ, ਬਲੱਡ ਪ੍ਰੈਸ਼ਰ ਤਾਂ ਵਧੂਗਾ ਹੀ ਵਧੂਗਾ। ਜੇ ਤੁਸੀਂ ਕੰਟੈਂਟ ਨਹੀਂ ਤਾਂ ਫਿਰ ਤੁਹਾਨੂੰ ਮਤਲਬ ਕਿ ਭੱਜ ਨੱਠ ਕਰੋਗੇ, ਹਮੇਸ਼ਾ ਫਿਕਰ 'ਚ ਰਹੋਗੇ, ਸਪੀਡ 'ਤੇ ਭੱਜੇ ਨੱਠੇ ਫਿਰ ਰਹੇ ਹੋ ਤੁਸੀਂ, ਤੁਹਾਨੂੰ ਲੱਗਦਾ ਮੈਂ ਕਿਤੇ ਪਹੁੰਚ ਕੇ ਤਾਂ ਰਿਹਾ ਨਹੀਂ, ਦੈਨ ਦੈਟ ਬਿਕਮਸ ਦੈਨ ਏ ਪ੍ਰੋਬਲਮ। ਸੋ ਯੂ ਹੈਵ ਟੂ ਡਿਸਾਈਡ ਕਿ ਤੁਹਾਡੀਆਂ ਵੈਲਿਊ ਸਿਸਟਮ ਇਹਨਾਂ ਪ੍ਰਿੰਸੀਪਲਸ 'ਤੇ ਬੇਸਡ ਹੈਗੀਆਂ ਕਿ ਨਹੀਂ। ਆਰ ਨੋਟ ਮਾਈ ਪ੍ਰਿੰਸੀਪਲ। ਸੋ ਤੁਸੀਂ ਮਹਾਤਮਾ ਬੁੱਧ ਦੀਆਂ ਪ੍ਰਿੰਸੀਪਲਸ ਦੇਖ ਲਓ, ਵੀ ਵਿਲ ਟਾਕ ਅਬਾਊਟ ਦ ਸੇਮ ਥਿੰਗ। ਪ੍ਰੋਫਿਟ ਮੁਹੰਮਦ ਸਾਹਿਬ ਦੇ ਪ੍ਰਿੰਸੀਪਲਸ ਦੇਖੋ, ਬਹੁਤ ਕਾਇੰਡ ਐਂਡ ਕੰਪੈਸ਼ਨੇਟ ਹਿਊਮਨ ਬੀਂਗ ਸੀਗਾ ਪ੍ਰੋਫਿਟ ਮੁਹੰਮਦ ਸਾਹਿਬ। ਤੁਸੀਂ ਉਹਨਾਂ ਦੀਆਂ ਐਗਜ਼ਾਮਪਲਸ, ਲਾਈਫ ਦੀ ਹਿਸਟਰੀ ਪੜ੍ਹ ਕੇ ਦੇਖੋ। ਸੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦੇਖਣੀਆਂ ਪੈਣਗੀਆਂ ਜਦੋਂ ਤੁਸੀਂ ਪ੍ਰਿੰਸੀਪਲਸ ਦੇ ਆਧਾਰ 'ਤੇ ਖੜ੍ਹਦੇ ਹਾਂ। ਵਟ ਆਰ ਦਾ ਪ੍ਰਿੰਸੀਪਲ? ਹਾਂ, ਜਿਹੜੇ ਇੰਟਰਪ੍ਰੇਟ ਕਰਦੇ ਆ ਉਹ ਫਿਰ ਆਪਣੇ ਹਿਸਾਬ ਨਾਲ ਕਰ ਲੈਂਦੇ ਇੰਟਰਪ੍ਰਟੇਸ਼ਨਸ। ਉਹ ਫਿਰ ਜਿਹੜੀਆਂ ਚੀਜ਼ਾਂ ਮੈਨੂੰ ਪਸੰਦ ਨਹੀਂ ਉਹ ਨਹੀਂ ਮੈਂ ਫਿਰ ਪੜ੍ਹਨੀਆਂ, ਉਹ ਮੈਂ ਇਗਨੋਰ ਕਰ ਦੇਣੀਆਂ, ਉਹ ਪਿੱਛੇ ਰੱਖ ਦੇਣੀਆਂ। ਜਿਹੜੀਆਂ ਮੈਨੂੰ ਚੰਗੀਆਂ ਲੱਗਦੀਆਂ ਮੈਂ ਤਾਂ ਉਹੀ ਪ੍ਰੋਜੈਕਟ ਕਰਨੀ ਆ, ਉਹ ਬੇਈਮਾਨੀ ਆ, ਦੈਟਸ ਅ ਡਿਸੀਟ, ਉਹ ਚਲਾਕੀ ਆ। ਸੋ ਇਸ ਕਰਕੇ ਬਹੁਤ ਇੰਪੋਰਟੈਂਟ ਆ ਕਿ ਜਿਹੜਾ ਰੀਅਲ
ਜਿਹੜਾ ਕੁਛ ਲਿਖਿਆ ਉਹ ਦੇਖੋ ਵੀ ਉਹਨਾਂ ਨੇ ਆਪਣੀ ਪ੍ਰੈਕਟੀਕਲ ਲਾਈਫ ਕਿਵੇਂ ਜਿਉਈ ਆ, ਹਾਊ ਡਿਡ ਦੇ ਲਿਵ ਦੇਅਰ ਲਾਈਫ, ਔਨ ਵਟ ਬੇਸਿਸ ਦਿਡ ਦੇ ਲਿਵ ਦੇਅਰ ਲਾਈਫ, ਉਹ ਆਪਣੇ ਪ੍ਰਿੰਸੀਪਲਸ ਆ ਉਹਨਾਂ 'ਤੇ ਚੱਲਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡਾ ਜਿਹੜੀਆਂ ਬਹੁਤ ਸਾਰੀਆਂ ਪ੍ਰੋਬਲਮਸ ਆ ਉਹ ਘੱਟ ਜਾਣਗੀਆਂ। ਦੈਨ ਯੂ ਡੋਂਟ, ਫਿਰ ਤੁਹਾਨੂੰ ਇਹ ਨਹੀਂ ਹੋਊਗਾ ਵੀ ਮੈਂ ਲੋਕਾਂ ਦੀ ਖਾਤਰ ਜਿਉਵਾਂ, ਦੈਨ ਦੈਟਸ ਨਾਟ ਵਟ, ਉਹਦਾ ਨਹੀਂ ਫਿਰ ਤੁਹਾਨੂੰ ਫਿਕਰ ਪਊਗਾ ਵੀ ਹਾਂ ਲੋਕ ਕਿਸੇ ਕੋਲ ਵੱਡਾ ਘਰ ਆ ਤਾਂ ਤੁਸੀਂ ਵੀ ਵੱਡਾ ਘਰ ਲੈ ਲਿਆ, ਜਾਂ ਉਹਨੇ ਆਹ ਕੀਤਾ ਤੁਸੀਂ ਵੀ ਕਰ ਲਿਆ, ਰੀਅਲੀ ਡਜ਼ਨਟ ਮੈਟਰ, ਤੁਸੀਂ ਫਿਰ ਆਪਣਾ ਬੜਾ ਬੈਠ ਕੇ ਤੁਸੀਂ ਕਰੋਗੇ। ਸੋ ਆਪਾਂ ਨੇ ਗੱਲ ਕਰ ਰਹੇ ਸੀਗੇ ਵੀ ਚੇਂਜਿੰਗ ਬਿਹੇਵੀਅਰਸ, ਆਪਾਂ ਨੇ ਆਪਣਾ ਬਿਹੇਵੀਅਰ ਜਿਹੜਾ ਆਪਾਂ ਨੂੰ ਟ੍ਰਬਲ 'ਚ ਪਾਉਂਦਾ, ਜਿਹੜਾ ਘਰ 'ਚ ਕਲੇਸ਼ ਖੜ੍ਹਾ ਕਰਦਾ, ਉਹ ਬਿਹੇਵੀਅਰ ਆਪਾਂ ਨੇ ਚੇਂਜ ਕਿਵੇਂ ਕਰਨਾ, ਉਹਦਾ ਮੇਰੇ ਹਿਸਾਬ ਨਾਲ ਤਿੰਨ ਚੀਜ਼ਾਂ ਬੜੀਆਂ ਲਿੰਕਡ ਆ। ਤੁਹਾਡਾ ਬਿਹੇਵੀਅਰ ਲਿੰਕ ਹੁੰਦਾ ਤੁਹਾਡੀਆਂ ਆਦਤਾਂ ਦੇ ਨਾਲ, ਤੁਹਾਡੀਆਂ ਆਦਤਾਂ ਕਿੱਥੋਂ ਜੰਮਦੀਆਂ, ਤੁਹਾਡੀਆਂ ਸਿਸਟਮ ਦੇ ਨਾਲ, ਵੈਲਿਊ ਸਿਸਟਮ ਦੇ ਨਾਲ। ਆਹ ਅਗਰ ਤੁਸੀਂ ਇਹਨੂੰ ਦੇਖ ਲਓ, ਤੁਸੀਂ ਆਪਣੀਆਂ ਆਦਤਾਂ ਨੂੰ ਦੇਖ ਲਓ, ਤੁਹਾਡਾ ਬਿਹੇਵੀਅਰ ਚੇਂਜ ਹੋ ਜਾਊਗਾ। ਲਾਈਕ ਯੂ ਵਿਲ ਬੀ ਏਬਲ ਟੂ ਚੇਂਜ ਯੂਅਰ ਬਿਹੇਵੀਅਰ, ਯੂ ਵਿਲ ਬੀ। ਸੋ ਇਸ ਕਰਕੇ ਬਹੁਤ ਇੰਪੋਰਟੈਂਟ ਆ ਕਿ ਇਹਨੂੰ ਥੋੜ੍ਹਾ ਜਿਹਾ ਗੌਰ ਨਾਲ ਤੁਸੀਂ ਵਿਚਾਰ ਲਓ। ਇਟਸ ਅਪ ਟੂ ਯੂ ਟੂ ਡਿਸਾਈਡ, ਤੋ ਤੁਹਾਨੂੰ ਇਹ ਡਿਸਾਈਡ ਕਰਨਾ ਪੈਣਾ ਕਿ ਹਾਊ ਆਰ ਯੂ ਗੋਇੰਨਾ ਸ਼ਿਫਟ ਦਾ ਬਿਹੇਵੀਅਰ, ਰਾਈਟ। ਸੋ ਜਿਹੜਾ ਆਪਣਾ ਦੁਨਿਆਵੀ ਜੀਵਨ ਆ, ਸੋ ਜਿਹੜੀਆਂ ਆਪਣੀਆਂ ਨੋਰਮਲ ਆਪਣਾ ਆਪਾਂ ਜਿਹੜੀ ਲਿਵਿੰਗ ਕਰਦੇ ਹਾਂ, ਉਹਦੇ 'ਚ ਆਪਣੇ ਬਾਹਲਾ ਲੰਬਾ ਚੌੜਾ ਪੁਆਇੰਟ ਨਹੀਂ ਗਾ। ਉਹਦੇ 'ਚ ਇੱਕ ਆਪਣਾ ਸਾਰੇ ਨਾਲੋਂ ਜ ਹੈਗਾ ਆਪਣਾ ਇੱਕ ਫੈਮਿਲੀ ਦਾ, ਸਲਟਨ ਫੈਮਿਲੀ ਦੇ ਨਾਲ ਵੈਲਿਊਜ਼ ਆ, ਸਲਟਨ ਵਰਕ ਦੇ ਰਿਲੇਟਡ ਆ, ਸਲਟਨ ਆਪਣੇ ਫਾਈਨੈਂਸਿਸ ਆ, ਫਰੈਂਡਸ ਆ, ਰੈਲੇਟਿਵਸ ਆ, ਆਪਣੀਆਂ ਸਿਵਿਕ ਰਿਸਪੋਂਸਿਬਿਲਿਟੀਜ਼ ਆ, ਸੋ ਲੈਟਸ ਸੇ ਵੀ ਆਹ ਆਪਣੀਆਂ ਆਪਣੀ ਜ਼ਿੰਦਗੀ ਦੇ ਇੰਨੇ ਕੁ ਪਹਿਲੂ ਆ ਸਮਹਾਓ। ਹੁਣ ਤੁਸੀਂ ਦੇਖੋ ਵੀ ਤੁਸੀਂ ਕਿੱਥੇ ਇਹਨੂੰ ਸ਼ਿਫਟ ਕਰਨਾ, ਇਹਨਾਂ ਨੂੰ ਵੈਲਿਊਜ਼ ਨੂੰ, ਫੈਮਿਲੀ ਦੇ ਬਾਰੇ ਤੁਸੀਂ ਕੀ ਚੀਜ਼ ਸ਼ਿਫਟ ਕਰਨੀ ਆ। ਜੇ ਆਪਣੇ ਫੈਮਿਲੀ ਦੇ ਵਿੱਚ ਕਲੇਸ਼ ਆ, ਉਹਨੂੰ ਤੁਸੀਂ ਦੇਖੋ ਤੁਸੀਂ ਕਿੱਥੋਂ ਸ਼ਿਫਟ ਕਰਨਾ, ਹਾਊ ਯੂ ਗੋਇੰ ਮੇਕ ਦੈਟ ਸ਼ਿਫਟ, ਕਾਹਦੇ ਕਰਕੇ ਕਲੇਸ਼ ਆ ਉਹ। ਆਮ ਤੌਰ 'ਤੇ ਜਿਹੜੀ ਈਜ਼ੀ ਆ ਉਹ ਤਾਂ ਇਹੀ ਆ ਵੀ ਅਗਲਾ ਬੰਦਾ ਸਾਨੂੰ ਕੁਛ ਦੁਖੀ ਕਰਦਾ, ਦੈਟਸ ਨਾ ਈਜ਼ੀ, ਬਟ ਦੈਟਸ ਨਾਟ ਹਾਓ ਹਾਊ ਯੂ ਸ਼ੁੱਡ ਲੁੱਕ। ਤੁਸੀਂ ਦੇਖੋ ਵੀ ਤੁਹਾਡੀ ਵੈਲਿਊ ਸਿਸਟਮ ਕਿੱਥੇ ਨਹੀਂ ਫਿੱਟ ਹੁੰਦਾ, ਜਾਣੀ ਜਿਹੜੀਆਂ ਸਲਟਨ ਨੋਜ਼ ਆ, ਤੁਸੀਂ ਇਹ ਕਹਿ ਸਕਦੇ ਹੋ ਪਹਿਲੀ ਨੋ ਜਿਹੜੀ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਉਹ ਇਹ ਹੈਗੀ ਆ ਕਿ ਜਿਹੜਾ ਬਲੇਮ ਐਂਡ ਕੰਪਲੇਨ ਆ ਇਹ ਨਹੀਂ ਕਰਨਾ। ਓਕੇ, ਜੇ ਤੁਸੀਂ ਇਹਨੂੰ ਕੱਢ ਦਿਓ ਬਾਹਰ, ਹੁਣ ਤੁਸੀਂ ਰੀਅਲਾਈਨ ਕਰੋ ਵੀ ਤੁਹਾਡੀ ਫੈਮਿਲੀ ਕਿੱਥੇ ਆ, ਬਲੇਮ ਨਹੀਂ ਕਰਨਾ, ਪਰ ਨਾ ਕੰਪਲੇਨ ਕਰਨੀ ਆ ਨਾ ਬਲੇਮ ਕਰਨਾ। ਜੇ ਤੁਸੀਂ ਇਸ ਸਿਸਟਮ 'ਚੋਂ ਕੱਢ ਦਿਓ ਫੜ ਕੇ, ਫਿਰ ਦੇਖੋ ਤੁਹਾਡੀ ਫੈਮਿਲੀ ਕਿੱਥੇ ਆ, ਵੇਅਰ ਇਜ਼ ਇਟ, ਫਿਰ ਤੁਹਾਨੂੰ ਯੂ ਵਿਲ ਹੈਵ ਟੂ ਮੇਕ ਅ ਚੇਂਜ। ਫਿਰ ਤਾਂ ਤੁਹਾਨੂੰ ਚੇਂਜ ਕਰਨਾ ਪਊਗਾ ਹੀ, ਕਿਉਂਕਿ ਤੁਸੀਂ ਬਲੇਮ ਨਹੀਂ ਕਰ ਸਕਦੇ, ਕੰਪਲੇਨ ਨਹੀਂ ਕਰ ਸਕਦੇ। ਨਾ ਵੇਅਰ ਇਜ਼ ਯੂਅਰ ਵੈਲਿਊ, ਤੁਹਾਡਾ ਬੱਚਾ ਨਹੀਂ ਤੁਹਾਡਾ ਕਹਿਣਾ ਮੰਨਦਾ, ਓਕੇ, ਨਾ ਮੈਂ ਬਲੇਮ ਕਰਨਾ ਨਾ ਮੈਂ ਕੰਪਲੇਨ ਕਰਨਾ, ਹੁਣ ਮੈਂ ਬੱਚੇ ਦਾ ਕੀ ਕਰਨਾ, ਇਹ ਤਾਂ ਮੈਂ ਕਹਿ ਨਹੀਂ ਸਕਦਾ ਮੇਰਾ ਬੱਚਾ ਜਾਂਦਾ ਨਹੀਂ ਗਾ, ਬੇਵਕੂਫ ਆ, ਕਨੇਡਾ ਦੇ ਬੱਚੇ ਹੈਗੇ ਆ, ਲਿਸਨ ਨਹੀਂ ਕਰਦੇ ਬੱਚੇ, ਇਹ ਬੱਚੇ ਐਂ ਕਰਦੇ ਰਹਿੰਦੇ ਆ, ਉਹ ਤਾਂ ਅਲਾਊਡ ਹੀ ਨਹੀਂ। ਉਹ ਤਾਂ ਆਪਾਂ ਨੇ ਆਲਰੇਡੀ ਡਿਸਾਈਡ ਕਰ ਲਿਆ ਕਿ ਮੈਂ ਨਾ ਬਲੇਮ ਕਰਨਾ ਨਾ ਮੈਂ ਕੰਪਲੇਨ ਕਰਨਾ, ਹੁਣ ਮੇਰਾ ਬੱਚਾ ਸਕੂਲ ਨਹੀਂ ਜਾਂਦਾ, ਵਟ ਐਮ ਆਈ ਸਪੋਜ਼ ਟੂ ਡੂ। ਕਿਉਂਕਿ ਜਿੰਨੀ ਐਨਰਜੀ ਆਹ ਖਿੱਚ ਲੈਂਦੀ ਆ, ਉਦੋਂ ਬਾਅਦ ਤੁਹਾਡੇ ਕੋਲ ਬਚਦਾ ਹੀ ਨਹੀਂ ਗਾ ਕੋਈ ਸੋਲਿਊਸ਼ਨ ਕਰਨ ਨੂੰ, ਸਾਰਾ ਜ਼ੋਰ ਤਾਂ ਬਲੇਮ ਐਂਡ ਕੰਪਲੇਨ 'ਚ ਹੀ ਲੱਗ ਜਾਂਦਾ ਆਪਣਾ, ਮੇਰੀ ਵਾਈਫ ਨਹੀਂ ਲਿਸਨ ਕਰਦੀ, ਮੇਰੇ ਬੱਚੇ ਨਹੀਂ ਲਿਸਨ ਕਰਦੇ, ਇੱਥੇ ਕੰਮ ਵਾਲੇ ਨਹੀਂ ਕਰਦੇ, ਕੰਮ ਬਹੁਤਾ ਕਰਨਾ ਪੈਂਦਾ, ਵੈਦਰ ਬਹੁਤ ਖਰਾਬ ਆ, ਇਹਦੇ ਵਿੱਚ ਹੀ ਕਿੰਨਾ ਟਾਈਮ ਲੱਗ ਜਾਂਦਾ ਆਪਣਾ, ਗੈਸ ਪ੍ਰਾਈਸਾਂ ਬਹੁਤ ਵੱਧ ਗਈਆਂ, ਮੌਰਗੇਜ ਬਹੁਤ ਵੱਧ ਗਈ, ਕੁਛ ਨਹੀਂ ਰਿਹਾ, ਪਹਿਲਾਂ ਜ਼ਮਾਨਾ ਚੰਗਾ ਹੁੰਦਾ ਸੀ। ਸੋ ਜੇ ਆਪਾਂ ਕੰਪਲੇਨ ਅਤੇ ਬਲੇਮ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਕਰਦੇ ਹਾਂ, ਇਹਦਾ ਮਤਲਬ ਆਪਣੇ ਦਿਮਾਗ ਦੀ ਐਨਰਜੀ ਤਾਂ ਵੇਸਟ ਹੋ ਗਈ ਅਤੇ ਸਲਿਊਸ਼ਨ ਨੂੰ ਤਾਂ ਟਾਈਮ ਹੀ ਨਹੀਂ ਰਿਹਾ। ਸਲਿਊਸ਼ਨ ਕਰਨ ਵਾਸਤੇ ਕਰਨਾ ਕੀ ਆ, ਸਾਰੀ ਐਨਰਜੀ ਤਾਂ ਉਹੀ ਚੂਸ ਗਈ।
ਸੋ ਜੇ ਇਹਨੂੰ ਕੱਢ ਦਿਓ ਆਪਣੀ ਮਤਲਬ ਕਿ ਵੈਲਿਊ ਸਿਸਟਮ 'ਚੋਂ, ਕੰਪਲੇਨ ਦਾ ਪਾਰਟ ਕੱਢ ਦਿਓ, ਬਲੇਮ ਦਾ ਪਾਰਟ ਕੱਢ ਦਿਓ ਇਸ ਸਿਸਟਮ 'ਚੋਂ, ਅਤੇ ਬਾਕੀ ਦਾ ਜਿਹੜਾ ਬਚਿਆ ਫਿਰ ਤਾਂ ਸਲਿਊਸ਼ਨ ਹੀ ਰਹਿ ਗਿਆ, ਉਹਦੇ 'ਤੇ ਡਿਸਕਸ਼ਨ ਹੋਊ ਵੀ ਮੈਂ ਐਜ਼ ਏ ਫਾਦਰ ਕੀ ਕਰ ਸਕਦਾ ਕਿ ਮੇਰਾ ਮੁੰਡਾ ਹਾਈ ਸਕੂਲ 'ਚ ਜਾਵੇ, ਵਟ ਕੈਨ ਆਈ ਡੂ ਐਜ਼ ਏ ਫਾਦਰ। ਹੁਣ ਕਿਤੇ ਆਪਾਂ ਪਹੁੰਚ ਸਕਦੇ ਹਾਂ, ਅਤੇ ਜੇ ਮੇਰਾ ਵੈਲਿਊ ਸਿਸਟਮ ਹੈ, ਤੂੰ ਤੈਨੂੰ ਚੰਗਾ ਭਲਾ ਖਾਣ ਨੂੰ ਦੇਣਾ, ਜਾਂਦਾ ਕਿਉਂ ਨਹੀਂ ਹੋਇਆ ਸਕੂਲ, ਕੀ ਤਕਲੀਫ ਆ ਤੈਨੂੰ? ਉਹ ਕਹੂਗਾ ਤੈਨੂੰ ਕੀ ਤਕਲੀਫ ਆ, ਕਿਉਂ ਯੈਲ ਕਰੀ ਜਾਂਦਾ ਮੇਰੇ 'ਤੇ, 911 ਕਰਾਂ? ਫਿਰ ਉਹਨੇ ਇਹ ਕਹਿਣਾ ਵੀ ਤੈਨੂੰ ਮੈਂ ਦੱਸਾਂ ਹੂ ਆਰ ਯੂ। ਅਤੇ ਜੇ ਆਪਾਂ ਡਿਫਰੈਂਟਲੀ ਉਹਨੂੰ ਪੋਜੀਸ਼ਨ ਹੀ ਡਿਫਰੈਂਟ ਕਰ ਲਈਏ, ਉਹਨੂੰ ਕਹਾਂ ਵੀ ਬੇਟੇ ਇਸ ਦੇਰ ਸਮ ਹਾਓ ਆਈ ਕੈਨ ਹੈਲਪ ਯੂ ਸੋ ਦੈਟ ਯੂ ਕੈਨ ਗੋ ਟੂ ਸਕੂਲ। ਉਹਦੇ ਕੋਲ ਚਾਰਾ ਨਹੀਂ ਗਾ, ਜਾਂ ਉਹ ਕਹੂਗਾ ਯੈਸ ਡੈਡ ਆਈ ਨੀਡ ਸਮ ਹੈਲਪ, ਜਾਂ ਨੋ ਡੈਡ ਆਈ ਐਮ ਸਟਰਗਲਿੰਗ ਆਈ ਉਹਨੂੰ ਕਹਿ ਕੇ ਇਸ ਦੇਰ ਸਮਥਿੰਗ ਦੈਟ ਆਈ ਕੈਨ ਡੂ। ਹੁਣ ਡਿਫਰੈਂਟ ਪੋਜੀਸ਼ਨ ਆ, ਹੁਣ ਤੁਹਾਡਾ ਗੁੱਸਾ ਨਹੀਂ ਗਾ, ਤੁਸੀਂ ਆਪਣੇ ਬੱਚੇ ਨੂੰ ਕਹਿ ਰਹੇ ਹੋ ਵੀ ਪੁੱਤ ਮੈਂ ਹੈਲਪ ਕਰ ਸਕਦਾ ਕੁਛ ਤੈਨੂੰ, ਕੈਨ ਆਈ ਹੈਲਪ ਯੂ ਇਨ ਸਮ ਵੇ। ਹਾਂ ਪੁੱਤ, ਕੈਨ ਯੂ ਅਪਲਾਈ ਦੈਟ ਟੂ ਯੂਰ ਵਾਈਫ? ਯਾ, ਸੇਮ ਥਿੰਗ, ਯੂ ਕੈਨ ਡੂ ਦਾ ਸੇਮ ਥਿੰਗ। ਜੇ ਤੁਸੀਂ ਫੈਮਿਲੀ 'ਚ ਆ ਜਾਂ ਤੁਸੀਂ ਕੰਮ 'ਤੇ ਆ, ਜੇ ਕੋਈ ਰੋਂਗ ਚੀਜ਼ ਹੋਈ ਆ, ਤੁਸੀਂ ਹਾਊ ਕੈਨ ਯੂ ਟੇਕ ਦ ਕੰਪਲੇਨ ਥਿੰਗ ਆਊਟ? ਜੇ ਕੰਪਲੇਨ ਨਾ ਕਰੋਗੇ ਤਾਂ ਹਾਊ ਕੈਨ ਥਿੰਗਸ ਬੀ ਕਰੈਕਟ? ਸੋ ਦੋ ਡਿਫਰੈਂਟ ਤਰ੍ਹਾਂ ਦੀਆਂ, ਇੱਕ ਹੈਗਾ ਵੀ ਤੁਸੀਂ ਕਿਸੇ ਦੇ ਨਾਲ ਬੈਠ ਕੇ ਤੁਸੀਂ ਉਹਨੂੰ ਉਹਦੀਆਂ ਕਮਜ਼ੋਰੀਆਂ ਵੀਕਨੈਸਿਸ ਦੱਸਦੇ ਹੋ, ਉਸ ਸੈਂਸ ਦੇ ਵਿੱਚ ਤੁਸੀਂ ਕੰਪਲੇਨ ਜਾਂ ਬਲੇਮ ਕਰਦੇ ਹੋ ਉਹਦੀਆਂ ਵੀਕਨੈਸਿਸ ਸਾਹਮਣੇ ਲਿਆਉਣ ਵਾਸਤੇ ਅਤੇ ਉਹਨੂੰ ਅੱਛਾ ਬਣਾਉਣ ਵਾਸਤੇ। ਇੱਕ ਹੈਗਾ ਕਿ ਤੁਸੀਂ ਸ਼ੁਰੂ ਹੀ ਬਲੇਮ ਐਂਡ ਕੰਪਲੇਨ ਤੋਂ ਕਰਦੇ ਹੋ, ਤੁਸੀਂ ਵੀਕਨੈਸ ਬਾਰੇ ਕੋਈ ਗੱਲ ਨਹੀਂ ਕੀ, ਤੁਸੀਂ ਤਾਂ ਉਹਨੂੰ ਇੱਕ ਕਿਸਮ ਦਾ ਦੱਸਣਾ। ਹੁਣ ਜਿਵੇਂ ਫਾਰ ਐਗਜ਼ਾਮਪਲ ਮੈਂ ਤੈਨੂੰ ਐਗਜ਼ਾਮਪਲ ਦਿੰਦਾ, ਜਦੋਂ ਬੰਦਾ ਸ਼ਰਾਬ ਛੱਡਦਾ, ਔਰ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਵਾਰੀ ਦੇਖਿਆ, ਜਦੋਂ ਬੰਦਾ ਸ਼ਰਾਬ ਛੱਡਦਾ ਜਿਹੜੀ ਉਹਦੀ ਵਾਈਫ ਆ ਉਸ ਬੰਦੇ ਦੀ, ਉਹਨੂੰ ਯਕੀਨ ਨਹੀਂ ਆਉਂਦਾ ਵੀ ਇਹ ਛੱਡ ਦੂ, ਉਹਨੂੰ ਯਕੀਨ ਨਹੀਂ ਆਉਂਦਾ ਵੀ ਇਹ ਛੱਡ ਦੂਗਾ, ਕਿਉਂਕਿ ਬਹੁਤ ਵਾਰੀ ਉਹ ਸ਼ਰਾਬ ਛੱਡ ਕੇ ਫਿਰ ਉਹਨੇ ਪੀਤੀ ਹੁੰਦੀ ਆ, ਇਸ ਕਰਕੇ ਹੁਣ ਜਦੋਂ ਉਹ ਛੱਡਦਾ ਉਹਨੂੰ ਇਹ ਯਕੀਨ ਨਹੀਂ ਆਉਂਦਾ। ਸੋ ਉਹ ਕਹਿੰਦਾ ਬਈ ਫਾਰ ਐਗਜ਼ਾਮਪਲ ਉਹਨੇ ਦੋ ਵੀਕ ਹੋ ਗਏ ਉਹਨੂੰ ਸ਼ਰਾਬ ਛੱਡੀ ਨੂੰ, ਅਤੇ ਉਹ ਤਿਆਰ ਤਿਊਰ ਹੁੰਦਾ ਅਤੇ ਉਹਦੀ ਵਾਈਫ ਕਹਿੰਦੀ ਹਾਂਜੀ ਕਿੱਥੇ ਚੱਲੇ ਹੋ? ਉਹ ਕਹਿੰਦਾ ਮੈਂ ਜਰਾ ਬਾਹਰ ਚੱਲਿਆ। ਆਹੋ ਮੈਨੂੰ ਪਤਾ ਹੀ ਆ ਜਿੱਥੇ ਤੂੰ ਚੱਲਿਆ, ਰਾਈਟ? ਇਹਦਾ ਮਤਲਬ ਉਹਨੇ ਉਹਦੀ ਵੀਕਨੈਸ ਬਾਰੇ ਉਹਨੂੰ ਕੋਈ ਉਹਨੂੰ ਵਿਸ਼ਵਾਸ ਤਾਂ ਹੈ ਨਹੀਂ ਗਾ। ਹੁਣ ਜੇ ਉਹ ਕਿਉਂਕਿ ਉਹਨੇ ਸ਼ਰਾਬ ਛੱਡੀ ਆ, ਦੋ ਵੀਕ ਹੋਏ ਆ, ਉਹਦੀ ਤਾਂ ਫਰਸਟ੍ਰੇਸ਼ਨ ਵਿਚਾਰੇ ਦੀ ਪਹਿਲਾਂ ਹੀ ਆ, ਉਹ ਤਾਂ ਸਟਰਗਲ ਕਰ ਰਿਹਾ ਆਪਣੇ ਆਪ ਨੂੰ ਵੀ ਮੈਂ ਪੀਣੀ ਨਹੀਂ ਪੀਣੀ, ਉਹਦੀ ਤਾਂ ਬਾਡੀ ਆਲਰੇਡੀ ਉਹਨੂੰ ਕੁੱਟ ਰਹੀ ਆ ਵੀ ਤੂੰ ਪੀ, ਕਿਉਂ ਨਹੀਂ ਪੀਂਦਾ? ਅਤੇ ਜੇ ਉਹ ਉਹਨੂੰ ਕਹਿ ਦੇਵੇ ਵੀ ਵਟ ਯੂ ਮੀਨ, ਤੂੰ ਕੀ ਕਹਿਣਾ ਕੀ ਚਾਹੁੰਦੀ ਆ? ਹੁਣ ਪੰਗਾ ਪੈ ਗਿਆ। ਕਿਉਂਕਿ ਜਿਹੜੀ ਪੁਆਇੰਟ ਸੀਗਾ, ਪੁਆਇੰਟ ਤਾਂ ਇਹ ਸੀਗਾ ਕਿ ਤੁਸੀਂ ਫਰਗਿਵ ਤਾਂ ਕੀਤਾ ਹੀ ਨਹੀਂ। ਠੀਕ ਆ, ਮੇਰੇ ਹਸਬੈਂਡ ਨੇ 20 ਵਾਰੀ ਸ਼ਰਾਬ ਪੀਤੀ ਆ, ਮੈਂ ਮੰਨਦੀ ਹਾਂ, ਪਰ ਕੀ ਮੈਂ ਫਰਗਿਵ ਕਰ ਸਕਦੀ ਹਾਂ? ਕਿਉਂਕਿ ਗੁਰੂ ਮੇਰਾ ਕਹਿੰਦਾ, ਪਰ ਉਹਦੇ 'ਚ ਤਾਂ ਸਾਨੂੰ ਵਿਸ਼ਵਾਸ ਕੋਈ ਨਹੀਂ। ਅਸੀਂ ਤਾਂ ਜਾਣਾ ਪੰਡਿਤ ਕੋਲ ਆ, $500 ਖਰਚ ਕੇ ਤਵੀਤ ਲਿਆਉਣੇ ਆ, ਉਹਦੇ 'ਚ ਤਾਂ ਵਿਸ਼ਵਾਸ ਨਹੀਂ ਨਾ, ਉਹਦੇ 'ਚ ਤਾਂ ਮੈਨੂੰ ਚੇਂਜ ਹੋਣਾ ਪੈਣਾ ਨਾ। ਪਰ ਜਿਹਨੂੰ ਵੀ ਪੁੱਛੋ, ਜਿਵੇਂ ਆ ਪਿੱਛੇ ਜੇ ਫੋਨ ਆਇਆ ਸੀਗਾ, ਸਾਡਾ 20 ਸਾਲ ਦਾ ਮੁੰਡਾ ਉਹ ਜਾਂਦਾ ਨਹੀਂ ਜੀ, ਅਖੇ ਯੂਨੀਵਰਸਿਟੀ ਘਰ ਬੈਠਾ ਰਹਿੰਦਾ। ਮੈਂ ਕਿਹਾ ਜੀ ਤੁਸੀਂ ਦੋਨੋਂ ਆ ਜਾਓ, ਕਹਿੰਦੇ ਨਹੀਂ, ਕਹਿੰਦੇ ਅਖੇ ਸਾਨੂੰ ਤਾਂ ਕਹਿੰਦੇ ਕੋਈ ਪ੍ਰੋਬਲਮ ਨਹੀਂ, ਪ੍ਰੋਬਲਮ ਕਹਿੰਦੇ ਉਹਨੂੰ ਆ, ਤੂੰ ਕਹਿੰਦੇ ਘਰ ਆ ਕੇ ਇਹਦੇ ਨਾਲ ਗੱਲ ਕਰ। ਮੈਂ ਕਿਹਾ ਜੀ ਮੈਂ ਤੁਹਾਡੇ ਘਰ ਬਿਲਕੁਲ ਨਹੀਂ ਆਉਣਾ, ਤੁਸੀਂ ਹਸਬੈਂਡ ਵਾਈਫ ਮੇਰੇ ਕੋਲ ਆਓ, ਮੈਂ ਤੁਹਾਡੇ ਨਾਲ ਗੱਲ ਕਰਦਾ ਵੀ ਕੀ ਪ੍ਰੋਬਲਮ ਆ। ਕਹਿੰਦੇ ਨਹੀਂ ਅਖੇ ਅਸੀਂ ਤੁਹਾਨੂੰ ਦੱਸੀ ਜਾਂਦੇ ਹਾਂ, ਅਖੇ ਇਹ ਨਹੀਂ ਸਕੂਲ ਯੂਨੀਵਰਸਿਟੀ ਜਾਂਦਾ। ਉਸ ਸੈਂਸ ਦੇ ਵਿੱਚ ਬਲੇਮ ਐਂਡ ਕੰਪਲੇਨ ਮਾੜਾ, ਕਿਉਂਕਿ ਤੁਸੀਂ ਡੋਮੀਨੇਟਿੰਗ ਪੋਜੀਸ਼ਨ 'ਚ ਬੈਠੇ ਹੋ, ਤੁਸੀਂ ਕਹਿੰਦੇ ਹੋ ਵੀ ਸਾਰੀ ਦੁਨੀਆ ਖਰਾਬ ਆ, ਮੈਂ ਠੀਕ ਹਾਂ, ਸੋ ਐਵਰੀਥਿੰਗ ਰਿਵੋਲਵਸ ਅਰਾਊਂਡ ਮੀ। ਉਹ ਨਹੀਂ ਚੱਲਦਾ। ਇਹ ਬੜੀ ਮਾੜੀ ਪਰਸਨੈਲਿਟੀ ਹੁੰਦੀ ਹੈ ਜਿਹੜੀ ਇਹ ਸੋਚ ਕੇ ਬਹਿ ਜਾਂਦੀ ਹੈ ਵੀ ਮੈਂ ਤਾਂ ਬਿਲਕੁਲ ਸਹੀ ਹਾਂ, ਬਾਕੀ ਸਾਰੀ ਦੁਨੀਆ ਮਾੜੀ ਆ। ਨਾਟ ਟਰੂ।
ਵੀ ਹੈਵ ਟੂ ਸ਼ਿਫਟ ਆਵਰ ਪੋਜੀਸ਼ਨ ਕਿਉਂ ਕਿਉਂਕਿ ਜੇ ਜਿੰਨਾ ਬੰਦਾ ਜ਼ਿਆਦਾ ਨੌਲੇਜੇਬਲ ਹੋਊਗਾ ਅਤੇ ਵਾਈਜ਼ ਹੋਊਗਾ ਉਨੀ ਉਹਦੇ 'ਚ ਹਿਊਮਿਲਿਟੀ ਆਊਗੀ ਸੋ ਹਿਊਮਿਲਿਟੀ ਇਜ਼ ਏ ਕੋਰ ਪ੍ਰਿੰਸੀਪਲ ਆਫ ਸਿੱਖਇਜ਼ਮ ਹਿਊਮਿਲਿਟੀ ਇਹਦੀ ਪੰਜਾਬੀ ਕੀ ਬਣਦੀ ਹੈ ਹਿਊਮਿਲਿਟੀ ਦੀ ਨਿਮਰਤਾ ਨਿਮਰਤਾ ਹੋਵੇ ਸੋ ਨਿਮਰਤਾ ਤਾਂ ਹੈ ਨਹੀਂ ਹਸਬੈਂਡ ਵਾਈਫ ਦੇ ਰਿਲੇਸ਼ਨਸ਼ਿਪ 'ਚ ਉਹ ਤਾਂ ਇੰਨੀ ਦੁਖੀ ਹੋਈ ਹੋਈ ਆ ਸ਼ਰਾਬ ਤੋਂ ਕਿ ਸ਼ੀ ਹੈਜ਼ ਲੋਸਟ ਆਲ ਵੈਲਿਊਜ਼ ਐਂਡ ਪ੍ਰਿੰਸੀਪਲਸ ਕੋਈ ਉਹਦਾ ਪ੍ਰਿੰਸੀਪਲ ਨਹੀਂ ਰਹਿ ਗਿਆ ਉਹ ਕਹਿੰਦੀ ਛੱਡਣੀਆਂ ਛੱਡ ਨਹੀਂ ਛੱਡਣੀ ਨਾ ਛੱਡ ਸੋ ਬਿਕੋਜ਼ ਸ਼ੀ ਇਜ਼ ਨੋਟ ਫੋਰਗਿਵਿੰਗ ਸੋ ਇਸ ਕਰਕੇ ਗੱਲ ਗਾਹ ਨਹੀਂ ਤੁਰਨੀ ਹੁਣ ਜੇ ਉਹਨੇ ਨਹੀਂ ਪੀਣੀ ਉਹਨੇ ਬਾਹਰ ਜਾ ਕੇ ਪੀਣਾ ਉਹਨੇ ਕਹਿੰਦਾ ਚੰਗਾ ਜੇ ਤੂੰ ਮੈਂ ਜੇ ਤੇਰਾ ਇਹੀ ਆ ਵੀ ਮੈਂ ਛੱਡਣੀ ਨਹੀਂ ਨਾ ਤੂੰ ਮੇਰੀ ਹੈਲਪ ਕਰਦੀ ਆ ਮੇਰੇ ਛਡਾਉਣ ਦੇ ਵਿੱਚ ਤਾਂ ਫਿਰ ਮੈਂ ਜਾ ਕੇ ਟੱਲੀ ਹੋ ਕੇ ਆ ਜਾਂਦਾ ਤੂੰ ਜਿਹੜੀਆਂ ਗਾਲਾਂ ਕੱਢਣੀਆਂ ਕੱਢ ਲਾ ਹੁਣ ਵੀ ਤਾਂ ਕੱਢੀ ਜਾਂਦੀ ਹਾਂ ਹੁਣ ਕਿਹੜਾ ਮੇਰੀ ਤੂੰ ਜਿਉਣਾ ਸੌਖਾ ਕੀਤਾ ਹੋਇਆ ਫਿਰ ਘੱਟੋ ਘੱਟ ਮੈਂ ਮਤਲਬ ਕਿ ਟੱਲੀ ਤਾਂ ਹੋਇਆ ਹੋਊਗਾ ਸੋ ਉਹਦੇ ਤੋਂ ਕੀ ਸਿੱਖਿਆ ਜਾਂਦਾ ਉਹ ਤੋਂ ਇਹ ਸਿੱਖਿਆ ਜਾਂਦਾ ਬਈ ਸ਼ਰਾਬੀ ਨਾਲੋਂ ਕਿਤੇ ਜ਼ਿਆਦਾ ਹੈਲਪ ਉਹਦੀ ਵਾਈਫ ਨੂੰ ਚਾਹੀਦੀ ਆ ਸ਼ਰਾਬੀ ਨੂੰ ਵੀ ਹੈਲਪ ਚਾਹੀਦੀ ਆ ਲੇਕਿਨ ਉਹਦੇ ਨਾਲੋਂ ਕਿਤੇ ਜ਼ਿਆਦਾ ਹੈਲਪ ਉਹਦੀ ਵਾਈਫ ਨੂੰ ਚਾਹੀਦੀ ਆ ਤਾਂ ਕਿ ਉਹ ਉਹਨੂੰ ਉਹ ਉਹਦੇ ਬਟਨ ਉਹ ਪੁਸ਼ ਨਾ ਕਰੇ ਕਿ ਉਹ ਮੁੜ ਕੇ ਫੇਰ ਪੀਣ ਲੱਗ ਜਾਏ ਅਤੇ ਜੇ ਉਹਨੂੰ ਕਹੋ ਵੀ ਤੁਸੀਂ ਐਂ ਨਾ ਕਰੋ ਕਿਉਂਕਿ ਮੈਂ ਇਹਨੂੰ ਕੋਈ ਪਾ ਕੇ ਦਿੱਤੀ ਸੀ ਆਪੇ ਮਰਿਆ ਬਾਹਰ ਜਾ ਕੇ ਸੋ ਇਸ ਕਰਕੇ ਇਹ ਇੰਪੋਰਟੈਂਟ ਆ ਕਿ ਜਿਹੜੇ ਪ੍ਰਿੰਸੀਪਲਸ ਹੁੰਦੇ ਆ ਇੱਕ ਇਨਸਾਨ ਬਣਨ ਦੇ ਅਗਰ ਉਹੀ ਆਪਣੇ ਆਪਾਂ ਨੂੰ ਉਹਨਾਂ ਦੀ ਸਮਝ ਹੀ ਹੈ ਨਹੀਂ ਤਾਂ ਅਫਕੋਰਸ ਆਪਾਂ ਉਹੀ ਬਟਨ ਦੱਬਾਂਗੇ ਜਿੰਨੀ ਕੁ ਆਪਾਂ ਨੂੰ ਨੌਲੇਜ ਆ ਜਿੰਨੇ ਕੁ ਆਪਣੇ ਪ੍ਰਿੰਸੀਪਲ ਦੱਸ ਵਟ ਵੀ ਕਨਾ ਡੂ ਐਂਡ ਐਜ਼ ਏ ਰਿਜ਼ਲਟ ਫਿਰ ਆਪਣਾ ਆਪਣੇ ਤਾਂ ਫਿਰ ਉਹ ਕੀ ਕਹਿੰਦੇ ਅੱਗ ਲੱਗੀ ਰਹਿਣੀ ਆ ਲਾਈਫ ਦੇ ਵਿੱਚ ਕਿਉਂਕਿ ਅਗਲਾ ਬੰਦਾ ਸਮਝ ਹੀ ਨਹੀਂ ਰਿਹਾ ਸੋ ਦੈਨ ਦੇ ਕਹਿੰਦਾ ਕੰਟੀਨਿਊਸਲੀ ਫਾਈਟ ਹੁੰਦੀ ਰਹੂਗੀ ਕੰਟੀਨਿਊਸਲੀ ਫਾਈਟ ਹੁੰਦੀ ਕਿਉਂਕਿ ਅਸੀਂ ਉਹਨਾਂ ਲਾਈਫ 'ਤੇ ਉਹਨਾਂ ਜ਼ਿੰਦਗੀ 'ਤੇ ਉਹਨਾਂ ਚੀਜ਼ਾਂ 'ਤੇ ਅਸੀਂ ਨਹੀਂ ਚੱਲਦੇ ਜਿਨ੍ਹਾਂ 'ਤੇ ਸਾਨੂੰ ਚੱਲਣਾ ਚਾਹੀਦਾ ਬਿਕੋਜ਼ ਵੀ ਡੋਂਟ ਸੋ ਇਸ ਕਰਕੇ ਆਹ ਇੱਕ ਫੰਡਾਮੈਂਟਲ ਪ੍ਰਿੰਸੀਪਲਸ ਦਾ ਸਾਰੇ ਧਰਮਾਂ ਦਾ ਸਾਰੇ ਧਰਮ ਇਹ ਕਹਿੰਦੇ ਆ ਵੀ ਤੁਸੀਂ ਸ਼ਿਕਾਇਤ ਨਹੀਂ ਕਰਨੀ ਅਤੇ ਇਲਜ਼ਾਮ ਨਹੀਂ ਲਾਉਣਾ ਬਲੇਮ ਐਂਡ ਕੰਪਲੇਨ ਦਾ ਮਤਲਬ ਆ ਬਲੇਮ ਦਾ ਮਤਲਬ ਹੈਗਾ ਇਲਜ਼ਾਮ ਲਾਉਣਾ ਕੰਪਲੇਨ ਦਾ ਮਤਲਬ ਆ ਸ਼ਿਕਾਇਤ ਕਰਨੀ ਨਾ ਤਾਂ ਤੁਸੀਂ ਸ਼ਿਕਾਇਤ ਕਰਨੀ ਆ ਨਾ ਤੁਸੀਂ ਇਲਜ਼ਾਮ ਲਾਉਣਾ ਇਹਨਾਂ ਨੂੰ ਜਦੋਂ ਤੁਸੀਂ ਕੱਢ ਦੋਗੇ ਆਪਣੀ ਵੋਕੈਬਲਰੀ 'ਚੋਂ ਬਾਕੀ ਜਿਹੜਾ ਕੁਛ ਬਚੂਗਾ ਉਹਦੇ ਨਾਲ ਹੈਲਪ ਹੁੰਦੀ ਆ ਅਗਲੇ ਦੀ ਅਤੇ ਤੁਹਾਡੀ ਇਹਨਾਂ 'ਚ ਨਾਲ ਨਹੀਂ ਹੁੰਦੀ ਕਰਕੇ ਦੇਖ ਲਓ ਸੋ ਜਿਹੜੇ ਕਾਉਂਸਲਿੰਗ ਪੋਜੀਸ਼ਨਸ ਲੈਂਦੇ ਆ ਜਿਹੜੇ ਕਾਉਂਸਲਰਸ ਆ ਉਹ ਇੱਕ ਸੈਸ਼ਨ ਅਗਲੇ ਨੂੰ ਸੁਣ ਲੈਂਦੇ ਆ ਉਹਦੇ 'ਚ ਸਾਰੀਆਂ ਕੰਪਲੇਂਟਸ ਅਤੇ ਬਲੇਮਸ ਅਤੇ ਸਾਰਾ ਕੁਛ ਲਿਖ ਲੈਂਦੇ ਆ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕਹਿੰਦੇ ਆ ਵੀ ਓਕੇ ਹੁਣ ਆਪਾਂ ਇੱਕ ਪਲਾਨ ਬਣਾਈਏ ਵੀ ਕਿਵੇਂ ਫਿਕਸ ਕਰਨਾ ਕਈ ਬੰਦੇ ਸਾਰੀ ਉਮਰ ਇਸ ਸਟੇਜ 'ਚੋਂ ਹੀ ਨਹੀਂ ਨਿਕਲਦੇ ਕਿਉਂਕਿ ਕੁਛ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਆ ਕੁਛ ਵੀ ਕਰਨ ਵਾਸਤੇ ਗੁੱਸਾ ਘਟਾਉਣਾ ਮਿਹਨਤ ਕਰਨੀ ਪਊ ਸ਼ਰਾਬ ਛੱਡਣੀ ਆ ਮਿਹਨਤ ਕਰਨੀ ਪਊ ਤੁਸੀਂ ਅੱਜ ਫੈਕਟਰੀ 'ਚ ਕੰਮ ਕਰਦੇ ਹੋ ਤੁਸੀਂ ਸੁਪਰਵਾਈਜ਼ਰ ਬਣਨਾ ਮੈਨੇਜਰ ਬਣਨਾ ਮਿਹਨਤ ਕਰਨੀ ਪਊ ਐਵੇਂ ਤਾਂ ਬਣ ਨਹੀਂ ਜਾਣਾ ਤੁਹਾਨੂੰ ਅੰਗਰੇਜ਼ੀ ਘੱਟ ਆਉਂਦੀ ਆ ਤੁਹਾਨੂੰ ਕਲਾਸਾਂ ਲੈਣੀਆਂ ਪੈਣਗੀਆਂ ਕੰਪਿਊਟਰ ਨਹੀਂ ਆਉਂਦਾ ਕੰਪਿਊਟਰ ਸਿੱਖਣਾ ਪਊਗਾ ਸੁਪਰਵੀਜ਼ਨ ਦਾ ਕੋਰਸ ਲੈਣੇ ਪੈਣਗੇ ਤੁਸੀਂ ਕੁਛ ਸਟੈਪ ਚੱਕੋਗੇ ਤਾਂ ਤੁਸੀਂ ਕਿਤੇ ਪਹੁੰਚੋਗੇ ਪਰ ਜੇ ਮੈਂ ਕਹੀ ਜਾਵਾਂ ਸਾਰੇ ਗੋਰਿਆਂ ਨੇ ਕਿਹੜਾ ਕੁਛ ਦੇਣਾ ਇਹ ਤਾਂ ਸਾਰੇ ਗੋਰਿਆਂ ਨੂੰ ਹੀ ਪ੍ਰਮੋਟ ਕਰਦੇ ਆ ਉਹ ਗੋਰਿਆਂ ਨੂੰ ਇਸ ਕਰਕੇ ਪ੍ਰਮੋਟ ਕਰਦੇ ਆ ਕਿਉਂਕਿ ਦੱਸ ਆਓ ਦੇ ਡੂ ਇਟ ਉਹਨਾਂ ਨੂੰ ਪਤਾ ਸਿਸਟਮ ਦਾ ਉਸ ਸੈਂਸ ਦੇ ਵਿੱਚ ਇਹ ਬਹੁਤ ਇੰਪੋਰਟੈਂਟ ਆ ਕਿ ਆਪਾਂ ਬਲੇਮ ਐਂਡ ਕੰਪਲੇਨ ਨਾ ਕਰੀਏ ਕਿਉਂਕਿ ਜੇ ਇਹਨੂੰ ਤੁਸੀਂ ਕਰਦੇ ਰਹੇ ਤਾਂ ਇਹਨੇ ਤੁਹਾਨੂੰ ਪਹੁੰਚਣ ਨਹੀਂ ਦੇਣਾ ਕਿਉਂਕਿ ਤੁਹਾਡੀ ਸਾਰੀ ਐਨਰਜੀ ਇੱਥੇ ਲੱਗ ਜਾ ਕਰਨੀ ਆ ਸਲਿਊਸ਼ਨ ਕਰਨ ਵਾਸਤੇ ਕੁਛ ਬਚਣਾ ਨਹੀਂ ਗਾ ਅਤੇ ਮੁੜ ਕੇ ਅਗਲਾ ਦਿਨ ਫਿਰ ਆ ਜਾਣਾ ਅਗਲੇ ਦਿਨ 'ਚ ਫਿਰ ਬਲੇਮ ਐਂਡ ਕੰਪਲੇਨ ਸ਼ੁਰੂ ਹੋ ਜਾਣੀ ਸੋ ਇੱਕ ਵਿਸ਼ਸ ਸਾਈਕਲ ਚੱਲ ਪੈਂਦਾ ਹੈ ਪਾਰਟੀਆਂ ਦੇ ਵਿੱਚ 90% ਬਲੇਮ ਐਂਡ ਕੰਪਲੇਨ ਹੁੰਦਾ ਤੁਸੀਂ ਕਿਸੇ ਪਾਰਟੀ 'ਚ ਜਾ ਕੇ ਦੇਖੋ ਤੁਸੀਂ ਨਹੀਂ ਮੈਨੂੰ ਯਕੀਨ ਕਰਦੇ ਤਾਂ ਟੇਪ ਰਿਕਾਰਡਰ ਲੈ ਕੇ ਅਤੇ ਬਾਅਦ 'ਚ ਬੈਠ ਕੇ ਸੁਣ ਲਓ ਐਨਾਲਾਈਜ਼ ਕਰ ਲਿਓ ਵੀ ਟੋਪਿਕਸ ਕਿਹੜੇ ਚੱਲੇ ਸੋ ਆਹ ਚੀਜ਼ਾਂ ਬਹੁਤ ਇੰਪੋਰਟੈਂਟ ਆ ਹੁਣ ਤੁਸੀਂ ਜ਼ਿੰਦਗੀ 'ਚ ਦੇਖ ਲਓ ਵੀ ਸਾਡੀ ਫੈਮਿਲੀ 'ਚ ਕਲੇਸ਼ ਆ ਇਹਨੂੰ ਘਟਾਉਣਾ ਕਿਵੇਂ ਆ ਕੰਮ ਕਰਦੇ ਹੋ ਇਹਦੇ ਨਾਲ ਤਾਂ ਨਹੀਂ ਕੋਈ ਨੁਕਸਾਨ ਹੋ ਰਿਹਾ ਕਿੰਨੇ ਘੰਟੇ ਕਰ ਰਹੇ ਹੋ ਕਿਉਂ ਕਰ ਰਹੇ ਹੋ ਕਿਵੇਂ ਕਰ ਰਹੇ ਹੋ ਪੈਸੇ ਤੁਸੀਂ ਕਮਾ ਰਹੇ ਹੋ ਸਾਂਭੇ ਆ ਕਿ ਨਹੀਂ ਸਾਂਭੇ ਕੌਣ ਮੈਨੇਜ ਕਰ ਰਿਹਾ ਤੁਹਾਡੇ ਫਾਈਨੈਂਸਿਸ ਤੁਹਾਨੂੰ ਪਤਾ 65 ਸਾਲ ਦੇ ਜਦੋਂ ਤੁਸੀਂ ਹੋਵੋਗੇ ਤੁਹਾਡੇ ਕੋਲ ਕਿੰਨੀ RRSP ਹੋਊਗੀ
ਤੁਹਾਨੂੰ ਪਤਾ 10 ਸਾਲਾਂ 'ਚ ਤੁਹਾਡੇ ਕੋਲ ਜੌਬ ਹੋਊਗੀ ਕਿ ਨਹੀਂ ਹੋਊ? You have to do some planning. How about friends? ਕਿੰਨੇ ਕਾ? ਇੱਕ ਹੁੰਦੇ ਆ ਦੋਸਤ, ਇੱਕ ਹੁੰਦੇ ਆ ਮੇਰੇ ਜਾਣ ਪਹਿਚਾਣ ਵਾਲੇ, ਦੋਨਾਂ 'ਚ ਫਰਕ ਪਤਾ? ਕਿ ਸਾਰਿਆਂ ਨੂੰ ਦੋਸਤਾਂ ਦੀ ਕੈਟੇਗਰੀ 'ਚ ਰੱਖਿਆ? ਰਿਸ਼ਤੇਦਾਰ ਤੁਹਾਡੇ ਆ ਕਿ ਕਿਸੇ ਹੋਰ ਦੇ ਆ, ਕਿ ਕਹਿਣ ਨੂੰ ਹੀ ਆ? ਤੁਸੀਂ ਕੈਨੇਡਾ ਦੇ ਲਾਈਫ ਦੇ ਵਿੱਚ ਕਿੰਨਾ ਕੁ ਪਾਰਟੀਸਪੇਟ ਕਰਦੇ ਹੋ? ਤੁਹਾਨੂੰ ਪਤਾ ਰੀਜਨ ਆਫ ਅਪੀਲ ਕਿਹੜੀਆਂ ਸਰਵਿਸਿਜ ਪ੍ਰੋਵਾਈਡ ਕਰਦਾ ਅਤੇ ਸਿਟੀ ਆਫ ਬਰੈਂਪਟਨ ਕਿਹੜੀਆਂ ਕਰਦਾ? ਅਤੇ ਐਮ ਪੀ ਦੀ ਕਿਹੜੀਆਂ ਰਿਸਪੋਂਸੀਬਿਲਟੀਜ਼ ਆ, ਐਮ ਪੀ ਪੀ ਦੀਆਂ ਕਿਹੜੀਆਂ ਅਤੇ ਕੌਂਸਲਰ ਦੀਆਂ ਕਿਹੜੀਆਂ? ਸਿਵਿਕ ਰਿਸਪੋਂਸੀਬਿਲਟੀ, ਤੁਸੀਂ ਕੈਨੇਡਾ 'ਚ ਰਹਿੰਦੇ ਹੋ, ਵਟ ਆਰ ਦੇਅਰ ਰਿਸਪੋਂਸੀਬਿਲਟੀਜ਼? ਅਤੇ ਜੇ ਤੁਹਾਡੇ ਬੱਚੇ ਨੂੰ ਉਹ ਐਕਸਪੈਲ ਕਰਨ, ਤੁਹਾਨੂੰ ਪਤਾ ਤੁਸੀਂ ਕਿਹਦੇ ਕੋਲ ਜਾਓਗੇ? ਜੇ ਤੁਸੀਂ ਹੋਸਪਿਟਲ 'ਚ ਜਾਂਦੇ ਹੋ, ਤੁਹਾਨੂੰ ਪਤਾ ਤੁਸੀਂ ਕਿਵੇਂ ਆਪਣੇ ਆਪ ਨੂੰ ਐਡਵੋਕੇਟ ਕਰਨਾ? ਜਾਂ ਪੁਲਿਸ ਅਫਸਰ ਨਾਲ ਤੁਸੀਂ ਕਿਵੇਂ ਡੀਲ ਕਰਨਾ, ਜਾਂ ਇਮੀਗ੍ਰੇਸ਼ਨ 'ਚ ਕਿਵੇਂ ਡੀਲ ਕਰਨਾ, ਜਾਂ ਅਨਇੰਪਲੋਇਮੈਂਟ 'ਚ ਕਿਵੇਂ ਡੀਲ ਕਰਨਾ, ਜਾਂ ਕੰਪਨਸੇਸ਼ਨ ਵਾਲਿਆਂ ਨਾਲ ਕਿਵੇਂ ਡੀਲ ਕਰਨਾ? ਤੁਹਾਨੂੰ ਪਤਾ ਤੁਹਾਡੇ ਰਾਈਟਸ ਕੀ ਆ? ਦੈਟਸ ਕਾਲਡ ਲਿਵਿੰਗ। ਸੋ ਜਿੰਨੇ ਆਪਾਂ ਅਣਜਾਣ ਆ, ਰਾਈਟ? ਸੋ ਇੱਕ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਵੀ ਆਹ ਜਿਹੜਾ ਗਿਆਨ ਧਿਆਨ ਇਹਦਾ ਜਿਹੜਾ ਤੁਸੀਂ ਨਹਾਉਣਾ, ਉਹ ਤੁਸੀਂ ਨੌਲੇਜ ਦਾ ਅਤੇ ਵਿਜ਼ਡਮ ਦਾ ਕਰੋ ਨਾ, ਤਾਂ ਕਿ ਤੁਸੀਂ ਤੁਹਾਨੂੰ ਜ਼ਿੰਦਗੀ ਦੀ ਪਹਿਚਾਣ ਤਾਂ ਹੋਵੇ। ਬਹੁਤ ਸਾਰੇ ਸਾਡੇ ਵੀਰ, ਮਤਲਬ ਕਿ ਹੁਣ ਤਾਂ ਮੇਰਾ ਇੰਨਾ ਡੀਲ ਨਹੀਂ ਹੁੰਦਾ ਕੰਪਨਸੇਸ਼ਨ ਆ, ਬਹੁਤ ਸਾਰੇ ਆਪਣੀਆਂ ਭੈਣਾਂ ਅਤੇ ਆਪਣੇ ਵੀਰਾਂ, ਉਹਨਾਂ ਦੇ ਸੱਟ ਲੱਗ ਜਾਂਦੀ ਆ, ਉਹ ਫੋਰਮੈਨ ਨੂੰ ਦੱਸ ਕੇ ਨਹੀਂ ਆਉਂਦੇ, ਪਹਿਲਾਂ ਡਾਕਟਰ ਦੇ ਚਲੇ ਜਾਂਦੇ ਆ, ਅਗਲੇ ਦਿਨ ਜਾਂਦੇ ਆ ਅਤੇ ਫੋਰਮੈਨ ਕਹਿ ਦਿੰਦਾ ਵੀ ਸੋਰੀ ਤੂੰ ਮੈਨੂੰ ਦੱਸਿਆ ਨਹੀਂ, ਮੈਨੂੰ ਨਹੀਂ ਲੱਗਦਾ ਵੀ ਤੇਰੇ ਇੱਥੇ ਸੱਟ ਲੱਗੀ ਆ, ਚਲੋ ਜੀ ਉਹਨਾਂ ਦਾ ਕੇਸ ਰੁਕ ਜਾਂਦਾ, ਕਿਉਂਕਿ ਵਿਚਾਰਿਆਂ ਨੂੰ ਪਤਾ ਹੀ ਨਹੀਂ ਸੀਗਾ ਵੀ ਆਉਣ ਤੋਂ ਪਹਿਲਾਂ, ਕੰਪਨੀ 'ਚ ਆਉਣ ਤੋਂ ਪਹਿਲਾਂ ਉੱਥੇ ਦੱਸਣਾ ਫੋਰਮੈਨ ਨੂੰ, ਉੱਥੇ ਫਾਰਮ ਭਰੀ ਦੇ, ਸਾਈਨ ਕਰੀ ਦਾ ਵੀ ਮੇਰੇ ਇੱਥੇ ਸੱਟ ਲੱਗੀ ਆ। ਬਾਅਦ 'ਚ ਲੜੀ ਜਾਓਗੇ ਤਾਂ ਬਾਅਦ 'ਚ ਕੀ ਪਤਾ ਉਹ ਜੇ ਕੋਈ ਬੇਵਕੂਫ ਆ ਜਾਵੇ, ਉਹ ਕਹੇ ਨਹੀਂ ਮੈਂ ਤਾਂ ਨਹੀਂ ਮੰਨਦਾ, ਜਾ ਲਾ ਲਾ ਜ਼ੋਰ। ਸੋ ਇਸ ਕਰਕੇ ਜਿਹੜਾ ਨੌਲੇਜ ਆ ਉਹ ਬਹੁਤ ਇੰਪੋਰਟੈਂਟ ਆ, ਜਿਹੜਾ ਸਿਆਣਪ ਪਾਉਣਾ ਉਹ ਬਹੁਤ ਇੰਪੋਰਟੈਂਟ ਆ, ਪਰ ਉੱਧਰਲੇ ਪਾਸੇ ਆਪਣਾ ਕੋਈ ਧਿਆਨ ਹੀ ਨਹੀਂ। ਵੀ ਡੋਂਟ ਕੇਅਰ, ਸਾਨੂੰ ਕੋਈ ਉਹਦਾ ਨਾਲ ਕੋਈ ਕੰਸਰਨ ਜਿਹਾ ਨਹੀਂ ਲੱਗਦਾ, ਵੀ ਰੀਅਲੀ ਨੋਟ ਕੰਸਰਨਡ, ਪ੍ਰੋਮਾਈਜ਼ ਹੋ ਸਕਦਾ। ਕਿਉਂਕਿ ਜੇ ਤੁਸੀਂ ਵਿਆਹ ਕਰਾਇਆ ਤਾਂ ਇਟ ਇਜ਼ ਆਲ ਅਬਾਊਟ ਕੰਪਰੋਮਾਈਜ਼, ਹੋ ਸਕਦਾ ਕਿ ਨਹੀਂ ਹੋ ਸਕਦਾ। ਜੇ ਤਾਂ ਹੋ ਸਕਦਾ ਤਾਂ ਦੋਨੋਂ ਜਣੇ ਕੰਪਰੋਮਾਈਜ਼ ਕਰ ਲਓ, ਜੇ ਨਹੀਂ ਹੋ ਸਕਦਾ ਫਿਰ ਬਾਹਲੀ ਦੇਰ ਨਾ ਲਾਓ, ਦੈਨ ਸੈਪਰੇਟ ਹੋ ਕੇ, ਤਾਂ ਕਿ ਬੱਚੇ ਨਾ ਡਿਸਟਰੋਏ ਹੋਣ। ਪਰ ਵਿਆਹ ਤੋਂ ਪਹਿਲਾਂ ਤਾਂ ਆਪਾਂ ਇਹ ਦੇਖਦੇ ਹਾਂ ਵੀ ਕੁੜੀ ਦਾ ਕੱਦ 5'6" ਹੈਗਾ, ਸੋਹਣੀ ਆ, ਗੋਰੀ ਆ, ਪੜ੍ਹੀ ਲਿਖੀ ਆ, BA ਕੀਤੀ ਆ, ਬੋਲਦੀ ਆ, ਦੈਟਸ ਆਲ ਵਟ ਵੀ ਲੁੱਕ। ਵੀ ਡੋਂਟ ਟਾਕ ਅਬਾਊਟ ਵੈਲਿਊਸ, ਆਪਾਂ ਉਹਦੇ 'ਤੇ ਗੱਲ ਹੀ ਨਹੀਂ ਕਰਦੇ, ਨਾ ਹੀ ਆਪਾਂ ਉਹਦੀ ਵਾਈਜ਼ਨੈਸ 'ਤੇ ਗੱਲ ਕਰਦੇ ਹਾਂ, ਨੌਲੇਜ 'ਤੇ ਗੱਲ ਕਰਦੇ ਹਾਂ, ਕਿੰਨਾ ਪੜ੍ਹੀ ਹੋਈ ਆ। ਪੜ੍ਹਿਆ ਲਿਖਿਆ ਹੋਣਾ ਮੀਨਸ ਨੌਲੇਜ ਆ, ਪਰ ਇਹਦੇ ਨਾਲ ਕੋਈ ਪਤਾ ਨਹੀਂ ਗਾ ਵੀ ਸਿਆਣਪ ਹੈਗੀ ਕਿ ਨਹੀਂ। ਤੋ ਸਿਆਣਪ ਦੀਆਂ ਕੁਸ਼ਚਨਸ ਪੁੱਛੋ ਉਹਨੂੰ, ਡਿਫੀਕਲਟ ਆ, ਸਿਆਣਪ ਦੇ ਕੁਸ਼ਚਨ ਪੁੱਛਣੇ ਡਿਫੀਕਲਟ ਆ। ਸੋ ਉਸ ਸੈਂਸ ਦੇ ਵਿੱਚ ਮੇਰਾ ਖਿਆਲ 'ਚ ਤਾਂ ਬੈਠ ਕੇ ਗੱਲ ਕੀਤੀ ਜਾ ਸਕਦੀ ਆ, ਬੱਚਿਆਂ ਨਾਲ ਵੀ ਗੱਲ ਕੀਤੀ ਜਾ ਸਕਦੀ ਆ, ਉਹਨਾਂ ਨੂੰ ਕਹੋ ਬੇਟੇ ਵੀ ਦਿਸ ਇਜ਼ ਵਟ ਇਜ਼ ਹੈਪਨਿੰਗ, ਡੂ ਯੂ ਨੋਟ ਵਾਂਟ ਟੂ ਸਟੱਡੀ, ਇਹਦੇ ਕੋਨਸੀਕੁਐਂਸਿਸ ਆਹ ਹੋਣਗੇ ਵੀ ਤੁਸੀਂ ਤੁਹਾਡੀ ਤੁਹਾਨੂੰ ਲੱਗਦਾ ਤੁਹਾਡੀ ਗੱਲ ਨਹੀਂ ਹੁੰਦੀ, ਹੋ ਸਕਦਾ ਕੋਈ ਹੋਰ ਬਾਹਰਲਾ ਬੰਦਾ ਤੁਹਾਡੇ ਨਾਲ ਉਹਨੂੰ ਗੱਲ ਕਰ ਲਵੇ ਉਹਦੇ ਨਾਲ, ਕਿ ਬਹੁਤ ਸਾਰੀਆਂ ਚੀਜ਼ਾਂ ਬੱਚੇ ਦੱਸਦੇ ਨਹੀਂ ਗੇ ਲੇਕਿਨ ਉਹਨਾਂ ਦੇ ਮਨ 'ਚ ਹੁੰਦੀ ਆ, ਲੇਕਿਨ ਸਮ ਹਾਓ ਵੀ ਹੈਵ ਟੂ ਗੈਟ ਇਟ ਡਨ। ਔਰ ਜਿਹੜੀ ਸਾਰਿਆਂ ਨਾਲੋਂ ਮਾੜੀ ਗੱਲ ਆਪਣੇ ਪਰਿਵਾਰਾਂ ਦੇ ਵਿੱਚ ਇਹ ਆ ਕਿ ਆਪਣੀ ਕੋਈ ਬੱਚਿਆਂ ਦੇ ਨਾਲ ਕਲੋਜ਼ਨੈਸ ਨਹੀਂ ਹੁੰਦੀ। ਔਰ ਮੈਂ ਬਹੁਤ ਸਾਰੇ ਘਰਾਂ ਦੇ ਵਿੱਚ ਜਾਂਦਾ ਤਾਂ ਉੱਥੇ ਉਹ ਬੱਚਿਆਂ ਦੀ ਕੋਈ ਕਨਵਰਸੇਸ਼ਨ ਮਾਂ ਪਿਓ ਨਾਲ ਬੜੀ ਲਿਮਿਟਡ ਜਿਹੀ ਹੁੰਦੀ ਹੈ, ਛੋਟੀ ਛੋਟੀ ਜਿਹੀ ਹੁੰਦੀ ਆ। ਇਹਦਾ ਮਤਲਬ ਤੁਹਾਡਾ ਰਿਲੇਸ਼ਨਸ਼ਿਪ ਹੀ ਨਹੀਂ ਗਾ ਬੱਚੇ ਨਾਲ,
ਅਗਰ ਬੱਚਾ ਤੁਹਾਡੇ ਕੋਲ ਆ ਕੇ ਬਹਿੰਦਾ ਨਹੀਂ, ਚਾਹੇ ਉਹ 18 ਸਾਲ ਦਾ, ਚਾਹੇ ਉਹ 20 ਸਾਲ ਦਾ, ਚਾਹੇ ਉਹ 6 ਸਾਲ ਦਾ, ਰੀਅਲੀ ਡਜ਼ਨਟ ਮੈਟਰ। ਜੇ ਬੱਚਾ ਭੱਜ ਕੇ ਆ ਕੇ ਤੁਹਾਡੇ ਕੋਲ ਨਹੀਂ ਬਹਿੰਦਾ, ਤੁਹਾਡੇ ਨਾਲ ਮਜ਼ਾਕ ਨਹੀਂ ਕਰਦਾ, ਤੁਹਾਡੇ ਨਾਲ ਜੰਪ ਰਾਊਂਡ ਨਹੀਂ ਕਰਦਾ, ਤੁਹਾਡੇ ਨਾਲ ਕੁਛ ਕਰਦਾ ਨਹੀਂ, ਇਹਦਾ ਮਤਲਬ ਬੜਾ ਸਿੰਪਲ ਆ ਕਿ ਤੁਹਾਡੇ ਬੱਚੇ ਦੇ ਨਾਲ ਰਿਲੇਸ਼ਨਸ਼ਿਪ ਨਹੀਂ ਗਏ। ਐਂਡ ਯੂ ਹੈਵ ਟੂ ਲੁੱਕ ਕਿ ਕਿਉਂ ਨਹੀਂ ਗਏ, ਤੁਹਾਡਾ ਹਾਓ ਭਾਓ ਕਿਹੋ ਜਿਹਾ ਕਿ ਬੱਚਾ ਤੁਹਾਡੇ ਕਲੋਜ਼ ਹੀ ਨਹੀਂ ਆਉਂਦਾ। ਤੁਸੀਂ ਇਹ ਤਾਂ ਨਾ ਬੱਚੇ ਨੂੰ ਬਲੇਮ ਕਰੀ ਜਾਓ, ਤੂੰ ਯਾਰ ਕਲੋਜ਼ ਹੀ ਨਹੀਂ ਆਉਂਦਾ ਮੇਰੇ, ਤੂੰ ਯਾਰ ਕਲੋਜ਼ ਹੀ ਨਹੀਂ ਆਉਂਦਾ। ਇੱਥੋਂ ਦੇ ਬੱਚੇ ਤਾਂ ਬਹਿੰਦੇ ਹੀ ਨਹੀਂ ਮਾਂ ਪਿਓ ਕੋਲ, ਇੱਥੋਂ ਦੇ ਬੱਚੇ ਤਾਂ ਬੈੱਡਰੂਮ 'ਚ ਹੀ ਰਹਿੰਦੇ ਆ, ਇੱਥੋਂ ਦੇ ਬੱਚੇ ਤਾਂ ਕੰਨਾਂ 'ਚ ਆਹੀ ਲਾ ਕੇ ਰੱਖਦੇ ਆ। ਦੈਟਸ ਨੋਟ ਟਰੂ। ਤੁਹਾਨੂੰ ਵੀ ਦੇਖਣਾ ਪਊਗਾ ਵੀ ਤੁਹਾਡੀਆਂ ਕਿਹੜੇ ਬਿਹੇਵੀਅਰਸ, ਕਿਹੜੇ ਤੁਸੀਂ ਇਹੋ ਜਿਹੇ ਸਿਗਨਲ ਉਹਦੇ ਕੰਨੀ ਦਿੰਦੇ ਹੋ ਜਿਹਦੇ ਨਾਲ ਕਿ ਉਹਨੂੰ ਲੱਗਦਾ ਵੀ ਯਾਰ ਪਿਓ ਕੋਲ ਜਾਵਾਂਗੇ ਐਵੇਂ ਝਿੜਕਾਂ ਹੀ ਪੈਣਗੀਆਂ, ਐਵੇਂ ਉਹਨੇ ਲੈਕਚਰ ਹੀ ਦੇਣਾ, ਮੈਡਮ ਚੁੱਪ ਹੀ ਕਰ ਜਾਓ, ਜਾਓ ਹੀ ਨਾ ਉਹਦੇ ਕੋਲ। ਇਜ਼ ਦੈਟ ਵਟ ਦ ਸਿਸਟਮ ਹੈਜ਼ ਬੀਨ ਕ੍ਰੀਏਟਡ ਐਟ ਹੋਮ। ਕੁਛ ਆਪਣੀਆਂ ਮਦਰਸ ਵੀ ਬੜੀਆਂ ਵਧੀਆ, ਉਹਨਾਂ ਨੇ ਵੀ ਵੱਟ ਕੱਢੇ ਪਏ ਆ ਜਵਾਕਾਂ ਦੇ ਟੋਕਾ ਟਾਕੀ ਕਰਕੇ। ਹੁਣ ਤੁਸੀਂ ਉੱਠ ਖੜੋ, ਹੁਣ ਤੁਸੀਂ ਟੈਲੀਵਿਜ਼ਨ ਬਹੁਤ ਦੇਖਿਆ, ਹੁਣ ਤੁਸੀਂ ਅਜੇ ਤੱਕ ਨਹਾਤੇ ਹੀ ਨਹੀਂ ਗਏ, ਤੁਸੀਂ ਹੁਣ ਰੋਟੀ ਨਹੀਂ ਖਾਧੀ, ਤੁਸੀਂ ਹੁਣ ਸੈਂਡਵਿਚ ਖਾ ਲਓ, ਜੇ ਉਹ ਸੈਂਡਵਿਚ ਬਣਾਉਣ ਲੱਗੇ ਲੈ ਸੈਂਡਵਿਚ ਦੀ ਕੀ ਲੋੜ ਸੀਗੀ, ਆਕੂ ਕੀ ਖਾ ਲੈਂਦਾ, ਫਿਰ ਮੈਂ ਤੈਨੂੰ ਦੁਪਹਿਰੇ ਰੋਟੀ ਦੇ ਦੇਣੀ ਸੀ। ਜਾਣੀ ਉਹਨਾਂ ਨੇ ਕੁਛ ਨਾ ਕੁਛ ਕਰੀ ਜਾਣਾ, ਉਹ ਫਿਰ ਬੱਚਾ ਖਿੱਚ ਜਾਂਦਾ, ਬੱਚਾ ਕਹਿੰਦਾ ਯਾਰ ਕਿਵੇਂ ਮੈਂ ਮਾਂ ਤੋਂ ਦੂਰ ਜਾਵਾਂ। ਉਹਨੇ ਮਾਂ ਦੀ ਰੋਟੀ ਉਹਨੂੰ ਪਸੰਦ ਨਹੀਂ ਗੀ, ਉਹਨੇ ਸੁੱਕੇ ਟੋਸਟ ਖਾ ਕੇ ਸੌਂ ਜਾਣਾ, ਪਰ ਮਾਂ ਇਸ ਚੀਜ਼ ਨੂੰ ਸਮਝ ਨਹੀਂ ਰਹੀ ਵੀ ਕਿਉਂ ਹੁੰਦਾ। ਉਹ ਅੰਦਰ ਆਪਣੇ ਜਾਣੇ ਤਾਂ ਉਹ ਬੜਾ ਤੜਫ ਸ਼ੋਅ ਕਰਦੀ ਆ ਵੀ ਉੱਠ ਪੁੱਤ ਤੈਨੂੰ ਮੈਂ ਰੋਟੀ ਬਣਾਉਂਦਾ, ਉੱਠ ਪੁੱਟ, ਉਹ ਕਹਿੰਦਾ ਤੂੰ ਗੈਟ ਆਊਟ ਹੋ ਜਾ ਮੇਰੇ ਰੂਮ 'ਚੋਂ, ਲੀਵ ਮੀ ਅਲੋਨ। ਉਹ ਸਮਝਦੀ ਨਹੀਂ ਵੀ ਵਟ ਡਜ਼ ਇਟ ਮੀਨ ਲੀਵ ਮੀ ਅਲੋਨ। ਲੀਵ ਮੀ ਅਲੋਨ ਮੀਨਸ ਲੀਵ ਮੀ ਅਲੋਨ, ਕਿਉਂ ਜਾਂਦੀ ਆ ਉਹਦੇ ਕਮਰੇ 'ਚ ਵਾਰ ਵਾਰ। ਹੁਣ ਇਹ ਜਿਹੜਾ ਬਿਹੇਵੀਅਰ ਆ, ਇਹ ਕਿਹੋ ਜਿਹਾ ਬਿਹੇਵੀਅਰ, ਇਹ ਕਿਸੇ ਖਾਸ ਵੈਲਿਊ ਸਿਸਟਮ 'ਚ ਕੀ ਵੈਲਿਊ ਸਿਸਟਮ ਹੈ ਇੱਕ ਪੰਜਾਬੀ ਮਾਂ ਦਾ? ਪੰਜਾਬੀ ਮਾਂ ਦਾ ਵੈਲਿਊ ਸਿਸਟਮ ਹੈਗਾ ਬੜਾ ਸਿੰਪਲ ਕਿ ਬੱਚਾ ਉਹ ਕਰੇ ਜਿਹੜਾ ਮੈਂ ਚਾਹੁੰਦੀ ਹਾਂ। ਆਹ ਵੈਲਿਊ ਸਿਸਟਮ ਆ ਇੱਕ ਪੰਜਾਬੀ ਮਾਂ ਦਾ ਵੀ ਬੱਚਾ ਉਹ ਕਰੇ ਜਿਹੜਾ ਮੈਂ ਚਾਹੁੰਦੀ ਹਾਂ, ਅਤੇ ਬੱਚਾ ਕਹਿੰਦਾ ਮੈਂ ਕਰਨਾ ਨਹੀਂ। ਮਾਂ ਚਾਹੁੰਦੀ ਆ ਵੀ ਉੱਠ ਖੜੇ, ਮਾਂ ਚਾਹੁੰਦੀ ਆ ਉਹ ਆਹ ਕਰੇ, ਉਹ ਛੱਲੇ ਤੁਰਿਆ ਆਉਂਦਾ, ਲੈ ਤੂੰ ਤਾਂ ਹੁਣ ਠੱਪ ਠੱਪ ਕਰਦਾ ਆਉਣਾ, ਜੇ ਤਿਲਕ ਗਿਆ ਤਾਂ ਫਿਰ ਕੀ ਹੋ ਜੂ, ਫਿਰ ਉਹ ਪਾਣੀ ਪੀਣ ਲੱਗਦਾ, ਲੈ ਹੁਣ ਬਰਫ਼ ਪਾਣ ਦੀ ਕੀ ਲੋੜ ਸੀਗੀ, ਫਿਰ ਉਹਨੇ ਗਲਾਸ ਉੱਥੇ ਰੱਖਤਾ, ਲੈ ਇਹਨੂੰ ਸਿੰਕ 'ਚ ਰੱਖ ਦਿੰਦਾ, ਫਿਰ ਟੁੱਟ ਕੇ ਡਿੱਗ ਪਊਗਾ, ਕੱਲ੍ਹ ਫਿਰ ਤੂੰ ਡਿੱਗਤਾ ਸੀਗਾ, ਫਿਰ ਉਹ ਬੈਠਾ ਲੰਬਾ ਪਿਆ ਉੱਥੇ ਟੀ ਵੀ ਸ਼ੋਅ ਦੇਖਦਾ, ਲੈ ਹੁਣ ਤੂੰ ਤਾਂ ਟੀ ਵੀ ਸ਼ੋਅ ਹੀ ਦੇਖੀ ਜਾਂਦਾ, ਹੁਣ ਅੱਧਾ ਘੰਟਾ ਤੈਨੂੰ ਹੋ ਗਿਆ, ਹੁਣ ਤੂੰ ਬੱਸ ਕਰ, ਹੁਣ ਤੂੰ ਪੜ੍ਹ ਲਾ, ਉਹ ਫਿਰ ਪੜ੍ਹਨ ਲੱਗਦਾ, ਲੈ ਹੁਣ ਤੂੰ ਟੇਢਾ ਹੋ ਕੇ ਪੜ੍ਹੀ ਜਾਣਾ, ਸਿੱਧਾ ਹੋ ਕੇ ਪੜ੍ਹ ਲਾ। ਜਾਣੀ ਉਹਨੇ ਉਹਨੂੰ ਸ਼ਾਮ ਤੱਕ ਉਹਦਾ ਨਾਸ ਮਾਰ ਦੇਣਾ ਜਵਾਕ ਦਾ, ਉਹ ਬਾਈ ਸਾਧ ਬਣਨ ਨੂੰ ਕਰਦਾ। ਔਰ ਤੁਸੀਂ ਲਾ ਕੇ ਦੇਖ ਲਓ ਟੇਪ ਰਿਕਾਰਡਰ, ਮੈਂ ਤੁਹਾਨੂੰ ਦੱਸਾਂ ਉਹਨੇ ਐਗਜੈਕਟਲੀ, ਮਾਵਾਂ ਨੇ ਉਹ ਚੀਜ਼ ਕਰਨੀ ਆ ਜਿਹੜੀ ਬੱਚੇ ਨੇ ਨਾ ਕੀਤੀ ਆ। ਜੇ ਬੱਚਾ ਕਹਿ ਦੇ ਮੈਂ ਦੁੱਧ ਨਹੀਂ ਪੀਣਾ, ਨਹੀਂ ਪੀਦਾ ਹੁੰਦਾ, ਚੰਗਾ ਹੁੰਦਾ, ਉਹ ਕਹਿੰਦਾ ਮੈਂ ਦੁੱਧ ਨਹੀਂ ਲਾਈਕ ਕਰਦਾ, ਉਹ ਕਹਿੰਦੇ ਨਹੀਂ ਮੈਂ ਤਾਂ ਪਲਾ ਕੇ ਹਟੂੰ, ਤੂੰ ਕਿਵੇਂ ਨਹੀਂ ਪੀਣਾ, ਕਮਜ਼ੋਰ ਹੋ ਜਾਏਗਾ, ਹੱਡੀਆਂ ਨਿਕਲ ਆਉਣਗੀਆਂ, ਫਿਰ ਗੋਰਿਆਂ ਤੋਂ ਕੁੱਟ ਖਾਏਗਾ, ਪੀ ਕੀ ਆ ਇਹ? ਕਿਉਂਕਿ ਵੈਲਿਊ ਸਿਸਟਮ ਆ ਨਾ, ਵੈਲਿਊ ਸਿਸਟਮ ਇਹ ਕਹਿੰਦਾ ਵੀ ਇਹ ਜਿਹੜਾ ਬੱਚਾ, ਇਹਨੂੰ ਹਜੇ ਕੁਛ ਨਹੀਂ ਪਤਾ, ਮੈਨੂੰ ਐਜ਼ ਏ ਮਦਰ ਬਹੁਤ ਪਤਾ, ਹੁਣ ਇਹਨੂੰ ਮੈਂ ਕਹਿ ਕੇ ਕਰਾ ਲੂੰ। ਇੱਥੋਂ ਦੇ ਬੱਚੇ ਤਾਂ ਨਹੀਂ ਲਾਈਕ ਕਰਦੇ, ਇੱਥੋਂ ਦੇ ਬੱਚੇ ਤਾਂ ਇੰਡੀਪੈਂਡੈਂਟ ਆ। ਸੋ ਹੁਣ ਕਿਸੇ ਮਾਂ ਨੂੰ ਕਹੀਏ ਵੀ ਤੂੰ ਟੋਕਾ ਟਾਕੀ ਨਾ ਕਰ, ਉਹ ਤਾਂ ਨਹੀਂ ਮੰਨਦੀ, ਉਹ ਕਹੂਗੀ ਕਿਉਂ, ਮੈਂ ਤਾਂ ਪਿਆਰ ਕਰਦੀ ਹਾਂ, ਤੁਸੀਂ ਆ ਗਏ ਹੋ ਵੱਡੇ ਸੋਸ਼ਲ ਵਰਕਰ, ਭੱਜੋ ਇੱਥੋਂ, ਉਹ ਤਾਂ ਨਹੀਂ ਮੰਨਦੇ। ਕਿਸੇ ਦਾਦੀ ਨੂੰ ਕਹਿ ਕੇ ਦੇਖ ਵੀ ਤੂੰ 10 ਸਾਲ ਦੇ ਬੱਚੇ ਦੇ ਮੂੰਹ 'ਚ ਬੁਰਕੀਆਂ ਨਾ ਪਾ, ਨੁਕਸਾਨ ਆ ਇਹ, ਉਹ ਤਾਂ ਤੁਹਾਨੂੰ ਟੁੱਟ ਕੇ ਪੈ ਜੂ, ਮਰਨ ਮਾਰਨ 'ਤੇ ਗੱਲ ਪਹੁੰਚ ਜੂ ਵੀ ਕਿਉਂ ਨਾ ਮੈਂ ਬੁਰਕੀਆਂ ਪਾਵਾਂ, ਤੂੰ ਕੌਣ ਹੁੰਦਾ, ਮੈਂ ਬਥੇਰੇ ਵੱਡੇ ਕੀਤੇ ਆ, 20 ਪੋਤੇ ਪੋਤੀਆਂ ਮੇਰੇ, ਇਹ ਕੋਈ ਨਵਾਂ ਨਹੀਂ ਜੰਮਿਆ। ਇਹਦਾ ਮਤਲਬ ਉਹਨਾਂ ਦਾ ਜਿਹੜਾ ਵੀ ਤੁਹਾਡਾ ਬਿਹੇਵੀਅਰ ਆ ਉਹ ਇਹਦੇ 'ਚੋਂ ਜਨਮਦਾ। ਸੋ ਜੇ ਇਹੀ ਗਲਤ ਆ, ਵੈਲਿਊ ਸਿਸਟਮ ਹੀ ਗਲਤ ਆ, ਤਾਂ ਉਹਦਾ ਬਿਹੇਵੀਅਰ ਕਿਵੇਂ ਆਪਾਂ ਚੇਂਜ ਕਰਾ ਲਾਂਗੇ, ਕਿਉਂਕਿ ਤਾਂ ਵੈਲਿਊ ਸਿਸਟਮ ਹੀ ਨਹੀਂ ਗਾ।
ਇੱਥੇ ਪਹਿਲਾਂ ਥੋੜ੍ਹੀ ਜਿਹੀ ਚੇਂਜ ਆਉਣੀ ਚਾਹੀਦੀ ਆ, ਥੋੜ੍ਹੀ ਜਿਹੀ ਸ਼ਿਫਟ ਹੋਣੀ ਚਾਹੀਦੀ ਆ। ਪਰ ਇੱਥੇ ਤੱਕ ਇਹਨੂੰ ਗੱਲ ਕਰਨ ਵਾਸਤੇ ਟਾਈਮ ਚਾਹੀਦਾ, ਪਿਆਰ ਚਾਹੀਦਾ, ਪੇਸ਼ੈਂਸ ਚਾਹੀਦੀ ਆ, ਬੈਠਣਾ ਚਾਹੀਦਾ, ਡੀਪ ਡਾਊਨ ਡਿਸਕਸ਼ਨ ਹੋਣੀ ਚਾਹੀਦੀ ਆ ਵੀ ਤੁਸੀਂ ਕਿਵੇਂ ਕਰਨਾ। ਹਾਓ ਇਸੇ ਕਰਕੇ ਆਪਣੇ ਜਿਹੜੇ ਪੇਰੈਂਟਸ ਹੈਗੇ ਆ ਉਹ ਬਹੁਤ ਪੁਸ਼ ਕਰਦੇ ਆ ਬੱਚਿਆਂ ਨੂੰ ਵੀ ਤੁਸੀਂ ਸਾਇੰਸ ਓਰੀਐਂਟਡ ਡਿਗਰੀਜ਼ ਕਰੋ, ਇੰਜੀਨੀਅਰ ਬਣੋ, ਮੈਡੀਸਨ 'ਚ ਜਾਓ, ਲੋਇਰ ਬਣੋ, ਚਾਰਟਰਡ ਅਕਾਊਂਟੈਂਟ ਬਣੋ, ਇਹੋ ਜਿਹੀਆਂ ਚੀਜ਼ਾਂ ਕਰੋ। ਪਰ ਕਈ ਬੱਚਿਆਂ ਦੀ ਪਰਸਨੈਲਿਟੀ ਹੁੰਦੀ ਆ, ਉਹਨਾਂ ਦਾ ਸਿਸਟਮ ਡਿਵੈਲਪ ਕੀਤਾ ਹੁੰਦਾ ਰੱਬ ਵੱਲੋਂ, ਉਧਰਲੇ ਪਾਸੇ ਉਹਨਾਂ ਦਾ ਦਿਮਾਗ ਨਹੀਂ ਚੱਲਦਾ। ਬ੍ਰਾਈਟ ਹੁੰਦੇ ਆ, ਲਾਈਕ ਦੇ ਆਰ ਐਕਡੈਮਿਕ ਸਟੂਡੈਂਟਸ, ਬੜੇ ਚੰਗੇ ਹੁੰਦੇ ਆ, ਲੇਕਿਨ ਉਹਨਾਂ ਦਾ ਉਧਰਲੇ ਪਾਸੇ ਨੂੰ ਦਿਮਾਗ ਨਹੀਂ ਚੱਲਦਾ, ਉਹ ਚਾਹੁੰਦੇ ਨੇਗੇ, ਉਹਨਾਂ ਦਾ ਮਨ ਨਹੀਂ ਮੰਨਦਾ। ਪਰ ਜੇ ਪੇਰੈਂਟ ਦੀ ਵੈਲਿਊ ਸਿਸਟਮ ਆ ਵੀ ਅਸੀਂ ਮੁੰਡੇ ਨੂੰ ਡਾਕਟਰ ਬਣਾਉਣਾ ਜਾਂ ਮੁੰਡੇ ਨੂੰ ਅਸੀਂ ਆਹ ਬਣਾਉਣਾ ਜਾਂ ਕੁੜੀ ਨੂੰ ਅਸੀਂ ਆਹ ਬਣਾਉਣਾ, ਲੇਕਿਨ ਕੁੜੀ ਅਤੇ ਮੁੰਡਾ ਬਣਨਾ ਨਹੀਂ ਚਾਹੁੰਦੇ, ਹੁਣ ਜਦ ਤੱਕ ਦੋਨਾਂ 'ਚੋਂ ਇੱਕ ਜਣਾ ਆਪਣਾ ਵੈਲਿਊ ਸਿਸਟਮ ਨਹੀਂ ਚੇਂਜ ਕਰਦਾ ਤਾਂ ਘਰ 'ਚ ਤਾਂ ਕਲੇਸ਼ ਰਹੂਗਾ ਹੀ ਰਹੂਗਾ। ਉਹ ਤਾਂ ਰਹੂਗਾ ਹੀ ਰਹੂਗਾ। ਹੁਣ ਜਿਹੜਾ ਭਾਈ ਕਨਈਆ ਜੀ ਸੀ, ਉਹਦੇ ਮਾਂ ਪਿਓ ਨੇ ਬਹੁਤ ਜ਼ੋਰ ਲਾਇਆ ਬਾਅਦ 'ਚ ਵੀ ਤੂੰ ਪਾਣੀ ਪਿਲਾਉਣ ਨੂੰ ਹਟ ਜਾ, ਬਹੁਤ ਪਿਲਾ ਲਿਆ, ਹੁਣ ਹੋਰ ਵੀ ਕੰਮ ਕਰਨੇ ਆ। ਤਾਂ ਗੁਰੂ ਨਾਨਕ ਦੇ ਮਾਂ ਪਿਓ ਨੇ ਵੀ ਬੜਾ ਜ਼ੋਰ ਲਾਇਆ ਵੀ ਆਹ ਲੈ 20 ਰੁਪਈਏ ਜਾ ਕੇ ਚੰਗਾ ਜਿਹਾ ਕੰਮ ਕਰ। ਵੈਲਿਊ ਸਿਸਟਮ ਉਹਦੇ ਮਾਂ ਪਿਓ ਦਾ ਹੋਰ ਸੀ ਗੁਰੂ ਨਾਨਕ ਦਾ, ਪਰ ਗੁਰੂ ਨਾਨਕ ਦਾ ਵੈਲਿਊ ਸਿਸਟਮ ਹੋਰ ਸੀ। ਅਤੇ ਤੁਹਾਡਾ ਖਿਆਲ 'ਚ ਉੱਥੇ ਉਹਨਾਂ ਦੇ ਘਰ 'ਚ ਕਲੇਸ਼ ਨਹੀਂ ਪਿਆ ਹੋਣਾ? ਜਦੋਂ ਪੰਡਿਤ ਆਇਆ ਸੀ ਅਤੇ ਉਹਦੇ ਜਨੇਊ ਪਾਉਣ ਲੱਗਿਆ ਅਤੇ ਉਹ ਕਹਿੰਦਾ ਮੈਂ ਤਾਂ ਨਹੀਂ ਪਾਉਂਦਾ। ਵੈਲਿਊ ਸਿਸਟਮ 'ਚ ਫਰਕ ਆ ਨਾ। ਮਾਂ ਪਿਓ ਤਾਂ ਚਾਹੁੰਦੇ ਸੀ ਵੀ ਉਹ ਜਨੇਊ ਪਾਵੇ, ਕਿਉਂਕਿ ਉਸ ਜ਼ਮਾਨੇ 'ਚ ਰਿਵਾਜ਼ ਸੀਗਾ ਜਨੇਊ ਪਾਉਣ ਦਾ। ਉਹ ਕਹਿੰਦਾ ਮੈਂ ਤਾਂ ਨਹੀਂ ਪਾਉਣਾ ਜਨੇਊ। ਅਤੇ ਤੁਹਾਡਾ ਕੀ ਖਿਆਲ ਉੱਥੇ ਕਲੇਸ਼ ਨਹੀਂ ਹੋਇਆ ਹੋਣਾ? ਡੈਫੀਨੇਟਲੀ ਹੋਇਆ ਹੋਣਾ। ਪਰ ਪ੍ਰਿੰਸੀਪਲਸ ਕਿੱਥੇ ਸੀ? ਪਰ ਆਪਣੇ ਪ੍ਰਿੰਸੀਪਲਸ ਕਿੱਥੇ ਆ? ਸੋ ਜਦੋਂ ਆਪਾਂ ਕਿਸੇ ਨੂੰ ਸਮਝਾਉਂਦੇ ਹਾਂ, ਕਿਸੇ ਜਨਾਨੀ ਨੂੰ ਕਹਿੰਦੇ ਹਾਂ ਵੀ ਮਾਤਾ ਤੂੰ ਆਏ ਨਾ ਕਰ ਬੱਚਿਆਂ ਨੂੰ, ਆਏ ਨਹੀਂ ਬੱਚੇ ਪਾਲੀ ਦੇ ਕਨੇਡਾ 'ਚ, ਇਟਸ ਨਾਟ ਅਪਰੋਪਰੀਏਟ ਕਿ 18 ਸਾਲ ਦੇ ਬੱਚੇ ਦੇ ਬੈਡਰੂਮ 'ਚ ਜਾ ਕੇ ਤੁਸੀਂ ਉਹਨੂੰ ਉਠਾ ਰਹੇ ਹੋ ਵੀ ਉੱਠ ਸਕੂਲ ਜਾ, ਨਾਟ ਏ ਗੁੱਡ ਆਈਡੀਆ। ਲੈਟ ਹਿਮ ਲਰਨ, ਕੋਈ ਫਰਕ ਨਹੀਂ ਪੈਂਦਾ, 2 ਸਾਲ ਬਾਅਦ ਗ੍ਰੈਜੂਏਟ ਹੋ ਜੂਗਾ, ਫੇਲ ਹੋ ਲੈਣ ਦਿਉ, ਇਟਸ ਗੁੱਡ ਟੂ ਫੇਲ ਇਨ ਲਾਈਫ, ਕੋਈ ਵਧੀ ਕੋਈ ਮਾੜੀ ਗੱਲ ਨਹੀਂ, ਫੇਲ ਹੋਣਾ ਕੋਈ ਮਾੜੀ ਗੱਲ ਨਹੀਂ। ਗੁਰੂ ਸਾਹਿਬ ਵੀ ਕਹਿੰਦੇ ਆ ਵੀ ਗਲਤੀਆਂ ਤੋਂ ਵੀ ਸਿੱਖਿਆ ਜਾ ਸਕਦਾ, ਕੋਈ ਵੱਡੀ ਗੱਲ ਨਹੀਂ। ਸਾਰੇ ਬਿਗ ਡੀਅਰ, ਕੀ ਫਰਕ ਪੈਂਦਾ? ਨਾਟ ਬਿਗ ਡੀਅਰ, ਇਹ ਤਾਂ ਕਿਤੇ ਨਹੀਂ ਲਿਖਿਆ, ਕਿਸੇ ਧਾਰਮਿਕ ਗ੍ਰੰਥ 'ਚ ਨਹੀਂ ਮਿਲਦਾ, ਤੁਹਾਨੂੰ ਕਿਤੇ ਨਹੀਂ ਮਿਲਿਆ ਵੀ ਪਹਿਲੇ 12 ਸਾਲ 'ਚ ਤੁਸੀਂ ਗ੍ਰੇਡ 12 ਕਰੋ, ਫਿਰ 4 ਸਾਲ ਦੀ ਡਿਗਰੀ ਕਰੋ, ਫਿਰ ਤੁਸੀਂ ਉਦੋਂ ਬਾਅਦ ਜੋਬ ਲਓ, ਫਿਰ ਉਦੋਂ ਬਾਅਦ ਤੁਸੀਂ ਵਿਆਹ ਕਰਾਓ, ਉਸ ਤੋਂ ਬਾਅਦ ਤੁਹਾਡੇ ਬੱਚੇ ਹੋਣਗੇ, ਉਸ ਤੋਂ ਬਾਅਦ ਤੁਸੀਂ ਤੁਰੋਂਗੇ। ਐਂ ਤਾਂ ਕਿਤੇ ਨਹੀਂ ਲਿਖਿਆ ਵੀ ਇਹੀ ਲਾਈਫ ਸਾਰੀ ਦੁਨੀਆਂ 'ਚ ਇਹੀ ਪਸੰਦ ਆ। ਬੱਚੇ ਨੂੰ ਵੀ ਕੁਛ ਡਿਸਾਈਡ ਕਰਨ ਦਿਓ, ਉਹਦੀ ਵੀ ਕੋਈ ਜ਼ਿੰਦਗੀ ਆ, ਉਹ ਵੀ ਕੁਛ ਸੋਚਣਾ ਚਾਹੁੰਦਾ, ਉਹ ਵੀ ਕੁਛ ਕਰਨਾ ਚਾਹੁੰਦਾ, ਤੁਸੀਂ ਉਹਨੂੰ ਸਰਟਨ ਇਨਸਾਨ ਬਣਾ ਲਓ ਬਸ ਉਹਨੂੰ, ਆਹ ਬਾਕੀ ਦੇ ਉਹਨੂੰ ਕਹੋ ਵੀ ਹੁਣ ਤੂੰ ਚੂਜ਼ ਕਰ ਲਾ। ਤੁਸੀਂ ਵੀ ਤਾਂ ਚੂਜ਼ ਕੀਤਾ, ਤੁਸੀਂ ਵੀ ਤਾਂ ਆਪਣਾ ਘਰ ਬਣਾਇਆ, ਤੁਸੀਂ ਵੀ ਕਨੇਡਾ 'ਚ ਆਏ ਹੋ, ਤੁਸੀਂ ਵੀ ਮਿਹਨਤ ਕੀਤੀ ਆ, ਤੁਹਾਨੂੰ ਵੀ ਜ਼ਿੰਦਗੀ 'ਚ ਬਹੁਤ ਸਾਰੇ ਡਿਸੀਜਨ ਲੈਣੇ ਪਏ। ਤੁਸੀਂ ਵੀ ਤਾਂ ਇੱਥੋਂ ਤੱਕ ਆਏ ਹੋ, ਇੱਥੋਂ ਤੱਕ ਸੋ ਵਾਈ ਕੈਂਟ ਦੇਖੋ ਇਹ ਕਿਉਂ ਆ ਕੇ ਸਮਹਾਉ ਜਿਹੜਾ ਕੁਛ ਮੈਂ ਸੋਚਦਾ ਉਸੇ ਹਿਸਾਬ ਨਾਲ ਹੀ ਸਾਰਾ ਕੁਛ ਸਹੀ ਹੋਊਗਾ? ਇਹ ਤਾਂ ਕੋਈ ਇਹ ਤਾਂ ਕਿਤੇ ਨਹੀਂ ਲਿਖਿਆ, ਇਹਦਾ ਮਤਲਬ ਮੈਂ ਤਾਂ ਫਿਰ ਉਸ ਪ੍ਰਕਿਰਤੀ ਤੋਂ ਜਿਹਨੂੰ ਤੁਸੀਂ ਰੱਬ ਕਹਿੰਦੇ ਹੋ ਉਹਦੇ ਨਾਲ ਫਿਰ ਵੱਡਾ ਹੋ ਗਿਆ ਵੀ ਜਿਹੜੀ ਸਾਰੀ ਡੈਸਟਨੀ ਮੈਂ ਆਪਣੇ ਬੱਚੇ ਦੀ ਮੇਰੇ ਨਾਲ ਹੀ ਹੋਊਗੀ ਵੀ ਮੈਨੂੰ ਡਿਸਾਈਡ ਕਰੂੰਗਾ ਵੀ ਤੇਰੀ ਡੈਸਟਨੀ ਕੀ ਆ, ਇਹ ਤਾਂ ਨਹੀਂ ਹੋ ਸਕਦਾ। ਸੋ ਆਹ ਜਿਹੜਾ ਚੇਂਜਿੰਗ ਬਿਹੇਵੀਅਰ ਆ, ਇਹਦੇ 'ਚ ਮੇਰਾ ਜਿੱਥੇ ਤੱਕ ਹੈਗਾ ਅੱਜ ਦਾ ਜਿਹੜਾ ਆਪਾਂ ਵਿਚਾਰ ਕਰ ਰਹੇ ਹਾਂ, ਮੇਰਾ ਖਿਆਲ 'ਚ ਆਪਾਂ ਜੇ ਥੋੜ੍ਹੇ ਜਿਹਾ ਵੈਲਿਊ ਨੂੰ ਦੇਖ ਲਈਏ, ਵੈਲਿਊ ਸਿਸਟਮ ਨੂੰ ਸਮਝ ਲਈਏ, ਆਈ ਥਿੰਕ ਦੈਟ ਵੁੱਡ ਬੀ ਗੁੱਡ। ਹੈ ਨਾ, ਆਪਾਂ ਬ੍ਰੇਕ ਕਰ ਲਈਏ, ਬ੍ਰੇਕ ਤੋਂ ਬਾਅਦ ਫਿਰ ਆਪਾਂ ਥੋੜ੍ਹਾ ਜਿਹਾ ਹੋਰ ਡਿਸਕਸ਼ਨ ਕਰ ਲੈਂਦੇ ਹਾਂ।